ਸੱਬੋਵਾਲ ਤੋਂ ਤਾਜ਼ੀ ਘਰ ਦੀ ਸਬਜ਼ੀ ਆ ਗਈ ਭਾਈ। ਦੇਸੀ ਕੱਦੂ, ਚੱਪਣ ਕੱਦੂ, ਪੇਠਾ, ਤੋਰੀਆਂ, ਸ਼ਿਮਲਾ ਮਿਰਚ, ਕਰੇਲੇ, ਭਿੰਡੀ, ਟਿੰਡੋ ਅਤੇ ਮਿੱਠਾ ਤਰਬੂਜ ਆ ਗਏ ਭਾਈ। ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਕੁਆਲੀਫਿਕੇਸ਼ਨ ਭਾਜੀ ਮੈਂ GNM ਨਰਸਿੰਗ ਕੀਤੀ ਹੋਈ ਆ। ਪਰਿਵਾਰ ਬਾਹਰ ਆ, ਜਿੱਦਾਂ ਭੈਣ ਬਾਹਰ ਆ, ਮਾਤਾ ਬਾਹਰ ਆ, ਬਾਪੂ ਦੀ ਤਿਆਰੀ ਸੀ, ਬਾਪੂ ਨੂੰ ਮੈਂ ਰੋਗ ਰੱਖਿਆ ਇੱਥੇ ਵੀ ਜਾਣਾ ਨੀਗਾ। ਰੂਹ ਨੀ ਮੰਨਦੀ ਪੰਜਾਬ ਤੋਂ ਜਾਣ ਦੀ। ਅਸਲ ਤਾਂ ਪਿੰਡ ਦਾ ਮੋਹ ਵੱਧਦਾ, ਖੇਤ ਮੋਹ ਕਰਦਾ ਭਾਜੀ, ਜ਼ਮੀਨ ਤੁਹਾਡਾ ਮੋਹ ਕਰਦੀ ਆ। ਤੁਸੀਂ ਖੇਤ ਗੇੜਾ ਮਾਰਦੇ ਹੋ, ਤੁਹਾਨੂੰ ਵੀ ਹੌਸਲਾ ਹੁੰਦਾ, ਤੁਹਾਡੀ ਜ਼ਮੀਨ ਵੀ ਹੌਸਲੇ 'ਚ ਹੁੰਦੀ ਆ। ਤੁਹਾਨੂੰ ਮੈਂ ਕੱਲ੍ਹ ਦੀ ਗੱਲ ਦੱਸਦਾ, ਮੈਂ ਸਧਾਰ ਮੰਡੀ 'ਚ ਦੇਖਿਆ ਭਾਜੀ, ਸਧਾਰ ਮੰਡੀ 'ਚ 250 ਤੋਂ 250 ਤਕਰੀਬਨ ਰੇਹੜੀ ਸੀ, ਉਹਦੇ 'ਚ ਅਸੀਂ 8 ਪੰਜਾਬੀ ਸੀਗੇ। ਉਹ ਬੰਦੇ ਪ੍ਰਵਾਸ ਕਰਕੇ ਆਉਂਦੇ ਆ ਇੱਥੇ, ਉਹ ਵੀ ਕਮਾਈ ਕਰਨ ਆਉਂਦੇ ਆ, ਉਹਨਾਂ ਲਈ ਤਾਂ ਇੱਥੇ ਹੀ ਕਨੇਡਾ, ਅਤੇ ਆਪਾਂ ਆਪਦੀ ਕਨੇਡਾ ਛੱਡ ਕੇ ਦੂਜੀ ਕਨੇਡਾ ਜਾਂਦੇ ਹਾਂ ਵੀ ਖਾਨੀ ਅਸੀਂ ਕਰ ਕੀ ਲਵਾਂ। ਨਾਲੇ ਉਹਨਾਂ ਕੋਲ ਓਰਾ ਜ਼ਮੀਨ ਦਾ ਨਹੀਂ, ਓਰਾ ਜ਼ਮੀਨ ਦਾ ਨਹੀਂ ਹੈਗਾ। ਵੀ ਜੱਟ ਪੁਣੇ ਵਾਲਾ, ਸੰਗ ਵਾਲਾ ਅਤੇ ਲੋਕ ਕੀ ਕਹਿਣਗੇ, ਇਹ ਤਿੰਨ ਬੰਦੇ ਕਦੇ ਕਾਮਯਾਬ ਨਹੀਂ ਹੋ ਸਕਦੇ। ਤੁਸੀਂ ਉਹਦੇ 'ਤੇ ਲਿਖ ਵੀ ਰੱਖਿਆ ਵੀ ਘੱਟ ਸਪਰੇਅ ਵਾਲੀ, ਉਹਨਾਂ ਇਹ ਬਹੁਤ ਇੰਟਰਸਟਿੰਗ ਲੱਗੀ ਮੈਨੂੰ ਚੀਜ਼। ਅਤੇ ਆਮ ਜਿਹੜੇ ਕਰਦੇ ਨੇ ਉਹ ਆਮ ਤਾਂ ਰੋਜ਼ ਰੋਜ਼ ਵੀ ਹੁੰਦੀ ਆ ਭਾਅ ਜੀ ਸਪਰੇਅ, ਕੈਮੀਕਲ ਮਾਰਕੀਟ 'ਚ ਇੱਦਾਂ ਦੇ ਆ ਭਾਅ ਜੀ ਵੀ 8 ਤੋਂ 12 ਘੰਟਿਆਂ ਦੇ ਵਿੱਚ ਫਰੂਟ ਤਿਆਰ ਕਰ ਦਿੰਦੇ ਆ ਲੋਕਾਂ ਨੂੰ ਮਾਰ, ਕੈਮੀਕਲ ਹੀ ਰਿਹਾ, ਆਪਣੇ ਲੋਕ ਸੁਧਰਦੇ ਫਿਰ ਨਹੀਂ। ਲੋਕ ਸਸਤੇ ਵੱਲ ਭਾਜਦੇ ਆ ਭਾਅ ਜੀ, ਚਾਹੇ ਜ਼ਹਿਰ ਦੇ ਦਿਓ, ਫਰੀ 'ਚ ਵੰਡ ਦਿੰਦਾ, ਇੱਥੇ ਮੈਂ ਲੰਗਰ ਲਾ ਦਿੰਦਾ, ਉਹ 'ਚ ਵੀ 10 ਬੰਦੇ ਖਾਣ ਆ ਜਾਣਗੇ ਵੀ ਜ਼ਹਿਰ ਹੀ ਮਿਲਦੀ ਆ, ਕੋਈ ਨਾ ਖਾ ਲਾ ਮੁਫਤ ਦੀ ਵੀ ਆ। ਜਿਹੜੀ ਆਪਣੇ ਲੋਕ ਹੁੱਬ ਕੇ ਖਾਂਦੇ ਨਾ ਵੀ ਚਿੱਟੀ ਗੋਭੀ ਆ ਗਈ, ਉਹ ਐਂ ਨਹੀਂ ਪਤਾ ਵੀ ਧੋਤੀ ਕਾਹਦੇ ਨਾਲ ਹੁੰਦੀ ਆ, ਵੀ ਸਰਫ ਨਾਲ ਪਾਣੀ 'ਚ ਡੁਬੋ ਕੇ ਕੱਢੀ ਹੁੰਦੀ ਆ, ਸਰਫ ਦੀ ਸਪਰੇਅ ਵੱਜੀ ਹੁੰਦੀ ਆ। ਬਹੁਤ ਕਿਸਾਨ ਵੀਰ ਗੁੱਸਾ ਕਰਨਗੇ ਮੇਰੀ ਗੱਲ ਦਾ, ਪਰ ਇਹ ਆ ਵੀ ਮੈਨੂੰ ਇਹ ਚੀਜ਼ਾਂ ਦਾ ਪਤਾ। ਜਿਹੜਾ ਸੀਜ਼ਨੇਬਲ ਖੀਰਾ ਹੁੰਦਾ ਮੈਂ ਸ਼ਰਤ ਲਾ ਕੇ ਕਹਿੰਦਾ ਹਰ ਇੱਕ 'ਚ 13 ਤੋਂ 15 ਗੱਟੇ ਯੂਰੀਏ ਦੇ ਹੁੰਦੇ ਆ ਇੱਕ ਏਕੜ 'ਚ। ਇਹਦਾ ਮਤਲਬ ਚਮਚੇ ਨਾਲ ਜ਼ਹਿਰ ਖਵਾਉਣ ਵਾਲੀ ਗੱਲ, ਚਮਚੇ ਨਾਲ ਜ਼ਹਿਰ ਖਵਾਉਣ ਵਾਲੀ ਗੱਲ ਆ, ਅਤੇ ਲੋਕ ਖਾ ਕੇ ਵੀ ਰਾਜ਼ੀ ਆ ਭਾਈ। ਲੋਕ ਜਦੋਂ ਸਸਤੀ ਚੀਜ਼ ਨੂੰ ਭੱਜਣਗੇ ਵੀ ਸਾਨੂੰ ਆਹ ਹੋ ਜੇ, ਆਹ ਹੀ ਨਾ ਹੋ ਜੇ, ਉਦੋਂ ਫਿਰ ਜ਼ਹਿਰ ਹੀ ਮਿਲਦੀਆਂ ਨੇ। ਆਉਣ ਵਾਲਾ ਸਟੈਪ ਤੁਹਾਡਾ ਇਹ ਹੈ ਵੀ ਇਹਨੂੰ ਡਿਜੀਟਲ ਕਰਨਾ? ਹਾਂਜੀ, ਡਿਜੀਟਲ ਕਰਾਂਗੇ ਮਾਰਕੀਟ। ਹੋਮ ਡਿਲੀਵਰੀ ਭਾਅ ਜੀ ਹੁਣ ਵੀ ਕਰ ਦਿੰਦਾ, ਜੇ ਮੰਨ ਕੇ ਚੱਲੋ ਕਿਸੇ ਦੀ 250-300 ਦੀ ਸਬਜ਼ੀ ਆ, 400 ਦੀ ਸਬਜ਼ੀ ਆ, ਉਹਨੂੰ ਕਰ ਦਈਦਾ ਹੋਮ ਡਿਲੀਵਰੀ। ਚੱਲ ਜੇ 45 ਵੀ ਲਾ ਲਈਏ ਤਾਂ 5.5 ਲੱਖ ਹੋ ਗਿਆ ਸਾਲ ਦਾ, 2 ਕਿੱਲਿਆਂ ਦਾ, ਹੈ ਨਾ? 2 ਕਿੱਲਿਆਂ ਦਾ 5.5 ਲੱਖ ਤਾਂ ਤੁਸੀਂ ਕਿਸੇ ਹਿਸਾਬ ਨਾਲ ਵੀ ਨਹੀਂ ਕੱਢ ਸਕਦੇ ਕਿਸੇ ਹੋਰ ਖੇਤੀ ਕਮਾ ਸਕਦੇ। ਹੁਣ ਲੋਕ ਇੱਥੇ ਪਿੰਡ ਵੀ ਸਬਜ਼ੀ ਲੈਣ ਆਉਂਦੇ ਆ, ਖੁਦ ਲੈਣ ਆਉਂਦੇ ਆ ਆਸੇ ਪਾਸੇ ਦੇ ਪਿੰਡਾਂ ਦੇ, ਜਿਹਨਾਂ ਨੂੰ ਪਤਾ ਵੀ ਯਾਰ ਇਹ ਘੱਟ ਕਰਦਾ ਕਰ, ਇਹ ਸਪਰੇਅ ਜਾਂ ਚੰਗੀ ਚੀਜ਼ ਹੁੰਦੀ ਆ, ਤਾਜ਼ੀ ਤੜਾ ਕੇ ਲੈ ਕੇ ਜਾਂਦਾ ਕੋਲੇ ਖੜ ਕੇ। ਪੰਜਾਬ ਡੁੱਬਿਆ ਨਹੀਂ ਭਾਜੀ, ਪੰਜਾਬ ਖਤਮ ਨਾ ਤਾਂ ਭਾਜੀ ਪੰਜਾਬ ਖਤਮ ਹੋਇਆ, ਨਾ ਹੋਵੇ ਤੇ ਨਾ ਕੋਈ ਕਰ ਸਕਦਾ। ਇਹ ਗੱਲਾਂ ਨੇ ਕਹਿਣਦੀਆਂ ਯਾਰ ਪੰਜਾਬ ਉੱਜੜ ਗਿਆ, ਪੰਜਾਬ ਇਹ ਹੋ ਗਿਆ, ਵੋ ਹੋ ਗਿਆ। ਲੋਕਾਂ ਨੂੰ ਮੈਂਟਲੀ ਸਪੋਰਟ ਦੀ ਜ਼ਿਆਦਾ ਜ਼ਰੂਰਤ ਆ ਜਿੱਥੇ ਤੱਕ ਮੈਂ ਦੇਖਿਆ। ਮੈਂ ਇਹ ਕਹਿੰਦਾ ਵੀ ਮੇਰੇ ਏਰੀਏ 'ਚ ਜੇ 5-7 ਮੁੰਡੇ ਨੇ ਜਿਨ੍ਹਾਂ ਨੂੰ ਆਏ ਆ ਵੀ ਯਾਰ ਸਾਡੇ ਕੋਲ ਜ਼ਮੀਨ ਵੀ ਹੈ ਨਹੀਂ, ਪੈਸਾ ਵੀ ਹੈ ਨਹੀਂ, ਮੈਂ ਕਹਿੰਦਾ ਮੇਰੇ ਨਾਲ ਕੰਟੈਕਟ ਕਰ ਲੈਣ, 5-7 ਜਣਿਆਂ ਨੂੰ ਤਾਂ ਮੈਂ ਵੀ ਰੁਜ਼ਗਾਰ ਦਵਾ ਦੂੰਗਾ। ਕੀ ਬਾਤ ਹੈ, ਰੁਜ਼ਗਾਰ ਕੀ, ਮੈਂ ਪੈਸੇ ਵੀ ਨਹੀਂ ਲੈਂਦਾ, ਮੈਂ ਆਪਦੇ ਖੇਤ ਦੀ ਸਬਜ਼ੀ ਦੇ ਦੂੰਗਾ ਵੀ ਵੇਚ ਲਓ, ਵੇਚ ਕੇ ਆਪਦਾ ਪ੍ਰੋਫਿਟ ਰੱਖ ਕੇ ਹੋਲਸੇਲ ਦਾ ਮੁੱਲ ਮੈਨੂੰ ਦੇ ਦਿਓ। ਡਿਸਕਵਰਡ ਬਾਈ ਲੈਂਸ ਤੇ ਤੁਹਾਡਾ ਸਵਾਗਤ ਹੈ ਦੋਸਤੋ। ਅੱਜ ਅਸੀਂ ਖੜੇ ਹਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੱਦੋਵਾਲ ਦੇ ਵਿੱਚ। ਇੱਥੇ ਅਸੀਂ ਤੁਹਾਨੂੰ ਇੱਕ ਇਸ ਤਰ੍ਹਾਂ ਦੇ ਨੌਜਵਾਨ ਕਿਸਾਨ ਨਾਲ ਮਿਲਾਵਾਂਗੇ ਜਿਨ੍ਹਾਂ ਨੇ ਵੱਖਰੇ ਤਰ੍ਹਾਂ ਦੀ ਖੇਤੀ ਸ਼ੁਰੂ ਕੀਤੀ ਹੈ ਅਤੇ ਉਹਦੇ 'ਚ ਕਾਮਯਾਬੀ ਵੀ ਹਾਸਲ ਕੀਤੀ ਹੈ। ਵੱਖਰੇ ਤਰ੍ਹਾਂ ਦੀ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀਆਂ ਚੀਜ਼ਾਂ ਖੇਤ ਦੇ ਵਿੱਚ ਪੈਦਾ ਹੁੰਦੀਆਂ ਨੇ ਸਾਰੇ ਕਿਸਾਨ ਇੱਕੋ ਜਿਹੀਆਂ ਪੈਦਾ ਕਰਦੇ ਨੇ, ਪਰ ਉਹਨਾਂ ਦਾ ਪੈਦਾ ਕਰਨ ਦਾ, ਤੋੜਨ ਦਾ ਅਤੇ ਵੇਚਣ ਦਾ ਜਿਹੜਾ ਪ੍ਰੋਸੈਸ ਹੈ ਉਹ ਆਮ ਕਿਸਾਨਾਂ ਨਾਲੋਂ ਵੱਖਰਾ ਹੈਗਾ। ਵੱਖਰਾ ਕਿਵੇਂ ਹੈ, ਜਦੋਂ ਆਪਾਂ ਉਹਨਾਂ ਨਾਲ ਗੱਲਾਂ ਕਰਾਂਗੇ ਤਾਂ ਤੁਹਾਨੂੰ ਹੌਲੀ ਹੌਲੀ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਫ਼ ਹੋ ਜਾਣਗੀਆਂ। ਇਸ ਇੰਟਰਵਿਊ ਕਰਨ ਪਿੱਛੇ ਮਕਸਦ ਸਾਡਾ ਇਹ ਹੈਗਾ ਕਿ ਜਿਹੜੇ ਲੋਕ ਅਕਸਰ ਇਸ ਗੱਲ ਤੋਂ ਨਿਰਾਸ਼ ਹੋ ਜਾਂਦੇ ਨੇ ਕਿ ਖੇਤੀ ਦੇ ਵਿੱਚ ਖਰਚੇ ਵੱਧ ਰਹੇ ਨੇ, ਉਤਪਾਦਨ ਆ ਜਿਹੜਾ ਉਹ ਖੜ ਗਿਆ, ਰੇਟ ਉਹਨੇ ਨਹੀਂ ਵੱਧ ਰਹੇ, ਅਤੇ ਜਦੋਂ ਕੋਈ ਨਵਾਂ ਐਕਸਪੈਰੀਮੈਂਟ ਕਰਦੇ ਨੇ ਤਾਂ ਉਹਦੇ 'ਚ ਉਹ ਕਹਿੰਦੇ ਨੇ ਵੀ ਚਾਹੇ ਉਹ ਸਬਜ਼ੀ ਲਾਉਂਦੇ ਨੇ ਜਾਂ ਬਾਗਬਾਨੀ ਕਰਦੇ ਨੇ ਤਾਂ ਉਹ 'ਚ ਕਾਮਯਾਬੀ ਉਹਨਾਂ ਨੂੰ ਜਿਹੜੀ ਨਹੀਂ ਮਿਲਦੀ, ਤਾਂ ਜਿਹ 'ਚੋਂ ਨਿਰਾਸ਼ ਹੋ ਕੇ ਜਾਂ ਤਾਂ ਫਿਰ ਨੌਜਵਾਨ ਬਾਹਰ ਦਾ ਰੁੱਖ ਕਰਦੇ ਨੇ ਜਾਂ ਫਿਰ ਇਹ ਹੈ ਜਿਹੜੀ ਉਹ ਆਪਾਂ ਬੱਧੀ ਰੁੱਧੀ ਖੇਤੀ ਜਿਹੜੀ ਕਹਿ ਦਿੰਦੇ ਹਾਂ ਵੀ ਇਹ ਤਾਂ ਬੱਧੀ ਰੁੱਧੀ ਖੇਤੀ ਕਰਦਾ, ਵੀ ਇਹਦੀ ਇਹ ਚੋਇਸ ਨਹੀਂ ਹੈਗੀ। ਜਦੋਂ ਅਸੀਂ ਬੱਧੀ ਰੁੱਧੀ ਖੇਤੀ ਕਰਦੇ ਹਾਂ ਤਾਂ ਫਿਰ ਜਿਹੜੇ ਮਨ ਨਾਲ ਖੇਤੀ ਕਰਦੇ ਹਾਂ ਤਾਂ ਫਿਰ ਉਹ ਰਿਜ਼ਕ ਆ ਜਿਹੜਾ ਉਨਾ ਕੀ ਸਾਨੂੰ ਉਹਦੇ 'ਚੋਂ ਹਾਸਲ ਹੁੰਦਾ। ਅਸੀਂ ਤੁਹਾਨੂੰ ਮਿਲਾਉਣ ਲੱਗੇ ਹਾਂ ਰਵਿੰਦਰ ਸਿੰਘ ਨਾਲ। ਰਵਿੰਦਰ ਸਿੰਘ ਨੌਜਵਾਨ ਕਿਸਾਨ ਹੈ, ਇਹ ਆਪਦੀ ਸਬਜ਼ੀ ਦੀ ਖੇਤੀ ਜਿਹੜੀ ਹੈਗੀ ਹੈ ਜ਼ਿਆਦਾ ਕਰਦੇ ਨੇ, ਅਤੇ ਨਾਲ ਦੀ ਨਾਲ ਜਿਹੜੀ ਖਾਸ ਗੱਲ ਇਹ ਹੈ ਕਿ ਚੰਗੀ ਇਹਨਾਂ ਕੋਲ ਜ਼ਮੀਨ ਹੈ ਪਰ ਇਹਦੇ ਬਾਵਜੂਦ ਇਹ ਆਪਦੀ ਸਬਜ਼ੀ ਪਿੰਡ ਪਿੰਡ ਜਾ ਕੇ ਆਪ ਸੇਲ ਕਰਦੇ ਨੇ, ਅਤੇ ਇਮਾਨਦਾਰੀ ਨਾਲ ਇਹ ਦੱਸਦੇ ਨੇ ਕਿ ਮੇਰੀ ਸਬਜ਼ੀ ਦੇ ਉੱਤੇ ਕੀ ਕੀ ਸਪਰੇਅ ਜਾਂ ਕੀਟਨਾਸ਼ਕ ਹੈ ਜਿਹੜਾ ਉਹ ਵਰਤਿਆ ਗਿਆ। ਰਵਿੰਦਰ, ਸਵਾਗਤ ਹੈ ਤੁਹਾਡਾ।
DBL ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਡਿਸਕਵਰਡ ਬਾਈ ਲੈਂਸ ਦੇਖ ਰਿਹਾ ਨੂੰ। ਤੇ ਇੱਕ ਚੀਜ਼ ਇਹ ਦੱਸੋ, ਇੱਕ ਤਾਂ ਇਹ ਜਿਹੜੀ ਤੁਹਾਡੀ ਉਮਰ ਹੈ ਨਾ, 26-27 ਸਾਲ ਦੀ ਉਮਰ ਹੈ ਤੁਹਾਡੀ? 27 ਸਾਲ ਦੀ ਉਮਰ। 27 ਸਾਲ ਦੀ ਉਮਰ ਹੋਵੇ ਤੇ 8-9 ਕਿੱਲੇ ਆਉਂਦੇ ਹੋਣ ਹੈ ਨਾ, ਤੇ ਭੈਣ ਜਿਹੜੀ ਹੈਗੀ ਫੋਰਨ ਦੇ ਵਿੱਚ ਰਹਿੰਦੀ ਹੋਵੇ, ਮਾਂ ਪਿਓ ਦਾ ਵੀਜ਼ਾ ਕੈਨੇਡਾ ਦਾ ਲੱਗਿਆ ਹੋਵੇ, ਤੇ ਬੰਦਾ ਮਤਲਬ ਰੇਹੜੀ ਲੈ ਕੇ ਸਬਜ਼ੀ ਵੇਚੇ, ਆਪਦੇ ਆਪ 'ਚ ਹੀ ਇੱਕ ਇੰਟਰਸਟਿੰਗ ਚੀਜ਼ ਹੈਗੀ, ਕਿਉਂਕਿ ਮਤਲਬ 2 ਕਿੱਲੇ ਵਾਲਾ ਬੰਦਾ ਵੀ ਇਹ ਕਰਨਾ ਨਹੀਂ ਚਾਹੁੰਦਾ। ਤੁਸੀਂ ਇਸ ਪਾਸੇ ਕਿਵੇਂ ਆਏ? ਭਾਅ ਜੀ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਨੂੰ ਸੰਗ ਹੈ ਨਹੀਂ ਕੰਮ ਕਾਜ ਦੀ। ਦੂਜੀ ਗੱਲ ਇਹ ਆ ਵੀ ਬਾਹਰ ਨੂੰ ਜਾਂਦੇ ਹਾਂ, ਬਾਹਰੋਂ ਇੱਥੇ ਆਪਾਂ ਜ਼ਮੀਨਾਂ ਵੇਚ ਕੇ ਜਾਂਦੇ ਹਾਂ, ਨੌਕਰ ਬਣਨੇ ਜਾਂਦੇ, ਇੱਥੇ ਆਪਾਂ ਖੁਦ ਮਾਲਕ ਹਾਂ। ਇਹ ਆਪਣੇ ਮੇਰੇ ਐਂ ਮੰਨ ਕੇ ਚੱਲੋ, ਚਾਹੇ ਬਲੱਡ ਲਾਈਨ ਹੀ ਕਹਿ ਲਓ, ਕੁਛ ਵੀ ਰੱਖ ਲਓ, ਵੀ ਮੈਂ ਇੱਥੋਂ ਨੌਕਰੀ ਨਹੀਂ ਹੁੰਦੀ। ਕੰਮ ਧੰਦੇ ਮੈਂ ਬਹੁਤ ਬਿਜ਼ਨਸ ਕਰਕੇ ਦੇਖਿਆ ਹੈ ਨਾ, ਇੱਥੇ ਆ ਵੀ ਭਾਅ ਜੀ 8-9 ਕਿੱਲੇ ਬਣਦੇ, ਆਪਾਂ ਖੁਦ ਮਾਲਕ ਹਾਂ, 8-9 ਕਿੱਲਿਆਂ 'ਚ ਆਪਾਂ ਰਾਜੇ ਹਾਂ। ਇੱਥੇ ਇੱਥੇ ਮੈਂ ਜਾਊਂਗਾ, 2 ਕਿੱਲੇ ਵੇਚ ਕੇ ਜਾਊਂਗਾ, ਉੱਥੇ ਜਾ ਕੇ ਨੌਕਰੀ ਕਰੂੰਗਾ, ਉੱਥੇ ਕੰਮ ਦਾ ਪਤਾ ਨਹੀਂ ਕੀ ਮਿਲਣਾ। ਉੱਥੇ ਲਾਈਫ ਆ ਜਿਹੜੀ ਸਟ੍ਰੈਸਫੁੱਲ ਬਹੁਤ ਆ, ਇੱਥੇ ਸਟ੍ਰੈਸ ਫਰੀ ਆ ਬੰਦਾ, ਮੈਂ ਸਟ੍ਰੈਸ ਫਰੀ ਰਹਿ ਕੇ ਰਾਜੀ ਹਾਂ ਜ਼ਿਆਦੇ। ਤੀਜੀ ਗੱਲ ਇਹ ਆ ਭਾਅ ਜੀ ਵੀ ਆਪਾਂ ਨੂੰ ਸੰਗ ਤੋੜ ਕੇ ਕੰਮ ਕਰਦੇ ਹਾਂ ਆਪਾਂ, ਵਧੀਆ ਕੰਮ ਚੱਲੀ ਜਾਂਦਾ ਇੱਥੇ ਆਪਣਾ, ਫਾਇਦੇ 'ਚ ਇਹ ਆ ਵੀ ਨੁਕਸਾਨ ਕੋਈ ਨਹੀਂ ਇੱਥੇ, ਬਾਹਰ ਜਾਂਦੇ ਨੁਕਸਾਨ ਪੰਜਾਬ ਦਾ ਵੀ ਆ ਅਤੇ ਆਪਦਾ ਵੀ ਨੁਕਸਾਨ ਆ। ਕੁਆਲੀਫਿਕੇਸ਼ਨ ਕੀ ਆ ਤੁਹਾਡੀ? ਕੁਆਲੀਫਿਕੇਸ਼ਨ ਭਾਅ ਜੀ ਮੈਂ GNM ਨਰਸਿੰਗ ਕੀਤੀ ਹੋਈ ਆ, BSc ਮੈਂ ਡਰੋਪ ਆਊਟ ਹਾਂ। ਉਹ ਵੀ ਇਹ ਚੀਜ਼ ਸਮਝ ਲਈ ਸੀ ਵੀ ਪੜ੍ਹ ਲਿਖ ਕੇ ਜਦੋਂ ਜੇ ਤਾਂ ਨੌਕਰੀ ਕਰਨੀ ਆ, ਫਾਇਦਾ ਕੋਈ ਨਹੀਂ, ਕਿਉਂਕਿ ਕੋਈ ਸਕੂਲ ਪੈਸਾ ਕਮਾਉਣਾ ਨਹੀਂ ਸਿਖਾਉਂਦਾ। ਜਿਹੜਾ ਮੇਨ ਰੀਜ਼ਨ ਆ, ਜਿੰਨੀ ਕੁ ਸਮਝ ਲੱਗੀ ਆ ਆਪਣੇ ਆਪ ਨੂੰ ਅੱਜ ਤਾਈਂ, ਵੀ ਸਕੂਲ ਆਖਰ ਨੂੰ ਬੰਦੇ ਨੇ ਪੜ੍ਹ ਲਿਖ ਕੇ ਕਮਾਉਣਾ ਪੈਸਾ ਹੀ ਆ, ਕੋਈ ਸਕੂਲ ਪੈਸਾ ਕਮਾਉਣਾ ਨਹੀਂ ਸਿਖਾਉਂਦਾ। ਉਦੋਂ ਮੈਂ ਨਰਸਿੰਗ ਛੱਡਤੀ ਸੀ ਆਪਦੀ, ਵੀ ਕਰਨੀ ਆਪਾਂ ਖੇਤੀ ਆ, ਜਦੋਂ ਖੇਤੀ ਨੂੰ ਕਰਾਂਗੇ ਵੱਖਰੇ ਢੰਗ ਨਾਲ, ਅਲੱਗ ਕਰਾਂਗੇ। ਹੁਣ 2-3 ਸਾਲ ਹੋ ਗਏ ਸਾਨੂੰ ਖੇਤੀ ਕਰਦਿਆਂ ਨੂੰ, ਇਹ 'ਚ ਮੈਂ ਇੰਟਰਕ੍ਰੋਪ ਕਰਕੇ ਕਰਦਾ, ਆਪ ਰਿਟੇਲ ਕਰਦਾ, ਮੇਨ ਰੀਜ਼ਨ ਜਿਹੜਾ। ਤੁਸੀਂ GNM ਕੀਤੀ ਹੈ ਨਾ ਨਰਸਿੰਗ, ਅਤੇ ਨਰਸਿੰਗ ਦਾ ਤਾਂ ਇਹ ਹੈ ਵੀ ਮਤਲਬ ਡਿਮਾਂਡ ਬਹੁਤ ਹੈ ਬਾਹਰ, ਹੈ ਨਾ। ਅਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਤੁਹਾਡੇ ਨਾਲ ਦੇ 26-27 ਸਾਲ ਦੀ ਉਮਰ ਹੈ ਤੁਹਾਡੀ, ਤੁਹਾਡੇ ਨਾਲ ਦੇ ਮੁੰਡੇ ਕੁੜੀਆਂ ਜਿਹੜੇ ਨਾਲ ਪੜ੍ਹਦੇ ਸੀ ਜਾਂ ਰਿਸ਼ਤੇਦਾਰ ਹੁੰਦੇ ਨੇ, ਕਾਫੀ ਸਰਕਲ ਬਾਹਰ ਆ ਭਾਈ, ਨਰਸਿੰਗ ਵਾਲਾ, ਵੀ ਉਹ ਜਦੋਂ ਇੰਨੇ ਸਾਰੇ ਬਾਹਰ ਹੋਣ ਅਤੇ ਜਦੋਂ ਇਹ ਰੁਝਾਨ ਹੀ ਬਣਿਆ ਹੋਵੇ ਵੀ ਯਾਰ 100-100 ਕਿੱਲਿਆਂ ਦੇ ਜਵਾਕ ਵੀ ਬਾਹਰ ਜਾ ਰਹੇ ਨੇ, ਤਾਂ ਤੁਹਾਨੂੰ ਉਹ ਚੀਜ਼ਾਂ ਦਾ ਪ੍ਰੈਸ਼ਰ ਨਹੀਂ ਪਿਆ ਵੀ ਮੈਂ ਜਾ ਵੀ ਸਾਰੇ ਜਾ ਰਹੇ ਮੈਂ ਵੀ ਜਾਵਾਂ? ਪ੍ਰੈਸ਼ਰ ਪੈਂਦਾ ਭਾਅ ਜੀ, ਰਿਸ਼ਤੇਦਾਰ ਕਹਿ ਦਿੰਦੇ ਆ, ਘਰ ਦੇ ਮੇਨ ਗੱਲ ਘਰ ਦੇ ਕਹਿ ਦਿੰਦੇ, ਹੁਣ ਪਰਿਵਾਰ ਬਾਹਰ ਆ, ਜਿੱਦਾਂ ਭੈਣ ਬਾਹਰ ਆ, ਮਾਤਾ ਬਾਹਰ ਆ, ਬਾਪੂ ਦੀ ਤਿਆਰੀ ਸੀ, ਬਾਪੂ ਨੂੰ ਮੈਂ ਰੋਗ ਰੱਖਿਆ ਇੱਥੇ ਵੀ ਜਾਣਾ ਨੀਗਾ, ਰੂਹ ਨਹੀਂ ਮੰਨਦੀ ਪੰਜਾਬ ਤੋਂ ਜਾਣ ਦੀ, ਅਸਲ ਤਾਂ ਪਿੰਡ ਦਾ ਮੋਹ ਵੱਧਦਾ ਆਪਦੀ ਧਰਤੀ ਨਾਲ ਨਾ। ਲੋਕ ਕਹਿ ਦਿੰਦੇ ਆ, ਝੂਠ ਵੀ ਬੋਲ ਦਿੰਦੇ ਆ, ਮੈਂ ਪਹਿਲੇ ਦਿਨ ਤੁਹਾਡੇ ਕੋਲ ਕਹਿ ਰਿਹਾ ਵੀ ਮੈਂ ਘਰਦਿਆਂ ਨੂੰ ਵੀ ਨਹੀਂ ਕਹਿੰਦਾ ਵੀ ਮੇਰਾ ਪਿੰਡੋਂ ਬਾਹਰ ਜਾਣ ਨੂੰ ਵੀ ਨਹੀਂ ਜੀ ਕਰਦਾ, ਮੇਨ ਰੀਜ਼ਨ ਤਾਂ ਮੇਰਾ ਇਹੀ ਆ। ਦੂਜੀ ਗੱਲ ਫਿਰ ਉੱਥੇ ਆ ਜਾਂਦੀ ਆ ਵੀ ਆਪਾਂ ਨੌਕਰ ਬਣਨ ਜਾਂਦੇ ਹਾਂ, ਮਾਲਕ ਉੱਥੇ ਕੋਈ ਕੋਈ ਬਣਦਾ ਜਾ ਕੇ, ਇੱਥੇ ਆਪਾਂ ਖੁਦ ਮਾਲਕ ਆ, ਕਰ ਸਕਦੇ ਹਾਂ ਇੱਥੇ, ਪਰ ਕਰਨ ਦਾ ਢੰਗ ਜਿਹੜਾ ਤਰੀਕਾ ਉਹ ਤੁਹਾਨੂੰ ਬਦਲਣਾ ਪੈਣਾ। ਇਹ ਤਾਂ ਆਪਾਂ ਡਿਸਾਈਡ ਕਰ ਲੈਂਦੇ ਹਾਂ ਵੀ ਯਾਰ ਅਸੀਂ ਵੀ ਨਹੀਂ ਜਾਣਾ, ਹੈ ਨਾ, ਕਿਉਂਕਿ ਇਹ ਕਾਫੀ ਲੋਕ ਡਿਸਾਈਡ ਕਰਨ ਲੱਗ ਗਏ। ਪਰ ਜਿਹੜਾ ਆਹ ਮਤਲਬ ਜੱਟ ਵਾਲਾ ਕਿੱਲਾ ਧੋਣ ਚੋਂ ਕੱਢ ਕੇ ਰੇਹੜੀ ਲਾਉਣੀ ਹੈ, ਹੈ ਨਾ, ਜਿਹੜਾ ਗਲੀ ਗਲੀ ਜਾ ਕੇ ਵੇਚਣਾ ਜਾਂ ਸਟਾਲਾਂ 'ਤੇ ਜਾ ਕੇ ਜਾਂ ਸਬਜ਼ੀ ਮੰਡੀਆਂ 'ਚ ਆਪ ਬੈਠ ਕੇ ਵੇਚਣਾ, ਮਤਲਬ 2 ਕਿੱਲੇ ਵਾਲਾ ਜ਼ਿਮੀਂਦਾਰ ਵੀ ਕਰਨਾ ਨਹੀਂ ਚਾਹੁੰਦਾ। ਤੁਸੀਂ 8-9 ਕਿੱਲਿਆਂ ਦੇ ਮਾਲਕ ਹੋ, ਮਤਲਬ ਇਕੱਲਾ ਮੁੰਡਾ ਆਪਣੇ ਆਪ ਕਹਿ ਦਿੰਦੇ ਨੇ ਲੋਕ, ਮਾਂ ਬਾਪ ਦਾ ਇਕੱਲਾ ਮੁੰਡਾ, ਅਤੇ ਇਹ ਮਤਲਬ ਖਾਸਾ ਔਖਾ ਹੁੰਦਾ ਸੁਸਾਇਟੀ 'ਚ, ਜਿਹੜਾ ਟੈਬੂ ਬਣਿਆ ਹੋਵੇ, ਟੈਬੂ ਹੈ ਨਾ ਸੁਸਾਇਟੀ। ਭਾਅ ਜੀ ਤੁਹਾਨੂੰ ਕਦੇ ਵੀ ਅਸੈਪਟ ਨਹੀਂ ਕਰਦੀ, ਤੁਸੀਂ ਵਿਹਲੇ ਹੋ ਤੁਹਾਨੂੰ ਤਾਂ ਵੀ ਨਿੰਦਣਾ, ਤੁਸੀਂ ਕਰੋਗੇ ਤਾਂ ਵੀ ਨਿੰਦਣਾ, ਇਹ ਪਰਸਨਲ ਐਕਸਪੀਰੀਅੰਸ ਆ। ਵਿਹਲਾ ਸੀ ਮੈਂ, ਉਹ ਤੂੰ ਕੰਮ ਲੱਭ ਲਾ, ਕੋਈ ਪੜ੍ਹਿਆ ਲਿਖਿਆ ਇੰਨਾ ਤੁਰਿਆ ਫਿਰਦਾ, ਕਰਨ ਲੱਗ ਗਿਆ, ਆਹੀ ਕੰਮ ਬਚਿਆ ਤੇਰੇ ਕੋਲ, ਸੁਸਾਇਟੀ ਨਹੀਂ ਅਸੈਪਟ ਕਰਦੀ। ਬਟ ਇਹ ਆ ਵੀ ਜੱਟ ਪੁਣੇ ਵਾਲਾ ਕਿੱਲਾ ਧੋਣ 'ਚੋਂ ਕੱਢ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ, ਅਤੇ ਜੱਟ ਪੁਣਾ ਰੱਖ ਕੇ ਬਲੱਡ ਹੈਗਾ, ਜੱਟ ਪੁਣਾ ਕੁਛ ਗੱਲਾਂ 'ਚ ਹੁੰਦਾ, ਉਹ ਆਕੜ ਹੈਂਕੜ ਹਰ ਇੱਕ ਬੰਦੇ 'ਚ ਹੈਂਦੀ ਆ, ਪਰ ਇਹ ਆ ਵੀ ਜਦੋਂ ਤੁਸੀਂ ਕੰਮ ਕਰਨਾ। ਤੁਹਾਨੂੰ ਮੈਂ ਕੱਲ੍ਹ ਦੀ ਗੱਲ ਦੱਸਦਾ, ਮੈਂ ਸੁਧਾਰ ਮੰਡੀ 'ਚ ਦੇਖਿਆ ਭਾਅ ਜੀ, ਸੁਧਾਰ ਮੰਡੀ 'ਚ 250-250 ਤਕਰੀਬਨ ਰੇਹੜੀ ਸੀ, ਉਹਦੇ 'ਚੋਂ ਅਸੀਂ 8 ਪੰਜਾਬੀ ਸੀਗੇ। ਉਹ ਬੰਦੇ ਪ੍ਰਵਾਸ ਕਰਕੇ ਆਉਂਦੇ ਆ ਇੱਥੇ, ਉਹ ਵੀ ਕਮਾਈ ਕਰਨ ਆਉਂਦੇ ਆ, ਉਹਨਾਂ ਲਈ ਤਾਂ ਇੱਥੇ ਹੀ ਕਨੇਡਾ, ਅਤੇ ਆਪਾਂ ਆਪਦੀ ਕਨੇਡਾ ਛੱਡ ਕੇ ਦੂਜੀ ਕਨੇਡਾ ਜਾਂਦੇ ਹਾਂ ਵੀ ਖਾਨੀ ਅਸੀਂ ਕਰ ਕੀ ਲਵਾਂਗੇ, ਨਾਲੇ ਉਹਨਾਂ ਕੋਲ ਓਰਾ ਜ਼ਮੀਨ ਦਾ ਨਹੀਂ, ਓਰਾ ਜ਼ਮੀਨ ਦਾ ਨਹੀਂ ਹੈਗਾ, ਕਮਾਈ ਦੇ ਸਾਧਨ ਨਹੀਂ ਹੈਗੇ, ਸਿਰਫ 7,000 ਦੀ ਰੇਹੜੀ ਲੈ ਕੇ, ਉਹ 5-7,000 ਦੀ ਰੇਹੜੀ ਲੈ ਕੇ 1,000-1,500 ਰੁਪਇਆ ਦਿਹਾੜੀ ਪ੍ਰੋਫਿਟ ਕੱਢਦੇ ਆ ਉਹ 1,000-1,500। ਇਹ ਛੋਟੀ ਜਿਹੀ ਚੀਜ਼ ਆ ਵੀ ਪ੍ਰੋਫਿਟ, ਉਹ 5 ਰੁਪਏ ਦੇ ਮਾਰਜਨ ਨਾਲ ਮੈਂ ਦੱਸਦਾ ਤੁਹਾਨੂੰ ਵੀ 5 ਰੁਪਏ ਦੇ ਹਿਸਾਬ ਨਾਲ ਉਹ 1,000 ਰੁਪਇਆ ਕਮਾਈ ਕਰਦਾ, ਅਤੇ ਆਪਾਂ ਕਿਉਂ ਨਹੀਂ ਕਰ ਸਕਦੇ ਇੱਥੇ। ਇਹ ਕੈਲਕੂਲੇਸ਼ਨ ਜਦੋਂ ਆਪਾਂ ਕਰਦੇ ਹਾਂ ਨਾ, ਉਦੋਂ ਇਹ ਚੀਜ਼ਾਂ ਹੁੰਦੀਆਂ ਨੇ। ਹਾਂ, ਮਤਲਬ ਇਹ ਆ ਵੀ ਜੇ ਆਪਾਂ ਨਹੀਂ ਕਰਦੇ ਤਾਂ ਹੀ ਕੋਈ ਬਾਹਰੋਂ ਆ ਕੇ ਕਰਦਾ, ਕਿਉਂਕਿ ਜਿਨ੍ਹਾਂ ਨੇ ਖਾਣੀ ਆ ਉਹਨਾਂ ਨੂੰ ਤਾਂ ਰੇਹੜੀਆਂ ਚਾਹੀਦੀਆਂ। ਹੁਣ ਉੱਥੇ 250 ਪ੍ਰਵਾਸੀ ਖੜਾ ਭਾਜੀ, 250 ਪੰਜਾਬੀ ਵੀ ਖੜ ਸਕਦਾ, 250 ਬੰਦੇ ਦਾ ਰੁਜ਼ਗਾਰ ਖੜਾ ਇੱਕ ਥਾਂ ਮੰਡੀ 'ਤੇ। ਇਹ ਇਕੱਲਾ ਸੁਧਾਰ ਮੰਡੀ ਦਾ ਨਹੀਂ, ਤਕਰੀਬਨ ਪੰਜਾਬ 'ਚ ਕਿੰਨੀਆਂ ਸਾਰੀਆਂ ਮੰਡੀਆਂ ਲੱਗਦੀਆਂ ਨੇ,
ਲੱਖਾਂ ਸਾਹਿਬ ਦੇ ਬੰਦਿਆਂ ਨੂੰ ਰੁਜ਼ਗਾਰ ਮਿਲਦਾ, ਨਾਲੇ ਖੁਦ ਮਾਲਕੋਂ ਵੇਚੋਗੇ ਤੁਹਾਨੂੰ ਪਤਾ ਲੱਗੂ, ਨਾਲੇ ਉੱਥੋਂ ਬੇਇੱਜ਼ਤੀ ਕਰਾਉਂਦੇ, ਅਗਲਾ ਕਹਿੰਦਾ ਲੈਣਾ ਲੈਣੀ ਗਾਹ ਉਹ। ਇਹ ਚੀਜ਼ਾਂ ਹੋਈਆਂ ਵੀ ਆ ਭਾਜੀ ਲੋਕਾਂ ਨਾਲ, ਪੱਗਾਂ ਹੁਣ ਆਹ ਨਵਾਂ ਹੀ ਮੁੱਦਾ ਚੱਲਿਆ ਵਾ ਵੀ ਪੱਗਾਂ ਲੈਂਦੀਆਂ ਐਂ ਲੈਂਦੀਆਂ, ਇਹ ਆਪਦੇ ਆਪ ਆਪਾਂ ਜੇ ਲਹਾਉਂਦੇ ਤਾਂ ਲੈਂਦੀਆਂ ਨੇ, ਐਂ ਨਹੀਂ ਲੈਂਦੀਆਂ ਪੱਗਾਂ। ਅਤੇ ਇੱਕ ਚੀਜ਼ ਇਹ ਜਿਹੜੀ ਮੈਂ ਉਹੀ ਦੁਬਾਰੇ ਪੁੱਛਦਾ, ਚਲੋ ਇਹ ਤਾਂ ਠੀਕ ਹੈ, ਮਤਲਬ ਤੁਸੀਂ ਪੜ੍ਹੇ ਲਿਖੇ ਹੋ ਨਾ, ਤੁਸੀਂ ਇਹ ਕੈਲਕੂਲੇਸ਼ਨ ਲਾ ਲਈ ਅਤੇ ਹੋਣਾ ਵੀ ਐਂ ਚਾਹੀਦਾ ਨਾ, ਲੋਜੀਕਲੀ ਵੀ ਇਹ ਠੀਕ ਲੱਗਦੀ ਹੈ ਗੱਲ, ਪਰ ਸਮਾਜ ਦੇ ਵਿੱਚ ਇਹ ਹੈ ਵੀ ਤੁਸੀਂ ਕਿਸੇ ਬੰਦੇ ਨੂੰ ਕਹਿ ਦਿਉ, ਮੈਂ ਕਹਿੰਦਾ ਵੀ ਕਿੱਲਾ ਨਾ ਛੱਡੋ, ਅੱਧਾ ਕਿੱਲਾ ਵੀ ਹੋਵੇ, ਉਹਨੂੰ ਕਹਿ ਦਿਉ ਵੀ ਯਾਰ ਤੂੰ ਸੜਕ 'ਤੇ ਤੇਰੀ ਜ਼ਮੀਨ ਲੱਗਦੀ ਹੈ, ਤੂੰ ਕੱਦੂ ਰੱਖ ਕੇ ਵੇਚ ਲੈ ਇੱਥੇ ਟੋਕਰੇ 'ਚ, ਉਹ ਵੀ ਉਹ ਕਰਕੇ ਰਾਜੀ ਨਹੀਂ ਗਾ ਨਾ, ਨਹੀਂ ਕਰਕੇ ਰਾਜੀ ਭਾਈ, ਉਹ ਸੰਗ ਮਾਰਦੀ ਆ। ਹਾਂ ਇਹ ਬੰਦੇ ਜਿਹੜੇ ਜਿੱਦਾਂ ਪਹਿਲਾਂ ਗੱਲ ਕੀਤੀ ਆ ਤੁਸੀਂ ਵੀ ਜੱਟ ਪੁਣੇ ਵਾਲਾ ਸੰਗ ਵਾਲਾ ਅਤੇ ਲੋਕ ਕੀ ਕਹਿਣਗੇ, ਇਹ ਤਿੰਨ ਬੰਦੇ ਕਦੇ ਕਾਮਯਾਬ ਨਹੀਂ ਹੋ ਸਕਦੇ। ਜਿਹਦੀ ਧੌਣ 'ਚ ਕਿੱਲਾ ਹੋਇਆ ਉਹਨੇ ਨਹੀਂ ਕਰਨਾ, ਸੰਗ ਵਾਲਾ ਬੰਦੇ ਨੇ ਤਾਂ ਉਹੀ ਨਹੀਂ ਕਰਨਾ, ਅਤੇ ਜਿਹੜਾ ਕਹੂ ਯਾਰ ਲੋਕਾਂ ਨੇ ਕੀ ਕਹਿਣਾ ਬਾਈ, ਲੋਕਾਂ ਨੇ ਕਹੀ ਜਾਣਾ, ਲੋਕਾਂ ਨੇ ਤੁਸੀਂ ਕਰੋਗੇ ਤਾਂ ਵੀ ਕਹਿਣਾ, ਨਾ ਕਰੋਗੇ ਤਾਂ ਵੀ ਕਹਿਣਾ, ਫਿਰ ਇੱਦੂ ਚੰਗਾ ਤਾਂ ਕਰਕੇ ਕਹਾਲੋ, ਕਹਿਣਾ ਹੀ ਕਹਿਣਾ ਗਾ ਜਦੋਂ ਆਪਾਂ ਸੁਣਨਾ ਹੀ ਆ ਤਾਂ ਕਰਕੇ ਕਹਾਓ, ਨਾਲੇ ਜਦੋਂ ਕਰਾਂਗੇ ਸਾਲ ਦੋ ਸਾਲ ਤੱਕ ਉਹੀ ਬੰਦੇ ਤੁਹਾਨੂੰ ਸਲਾਉਣ ਲੱਗ ਜਾਂਦੇ ਆ, ਤੁਹਾਡੀ ਸਿਫਤ ਕਰਦੇ ਆ, ਪਿੱਠ ਥਾਪੜਦਾ ਵੀ ਹਾਂ ਯਾਰ ਤੂੰ ਚੰਗਾ ਕੰਮ ਕੀਤਾ। ਕਿੰਨੇ ਸਾਲ ਹੋ ਗਏ ਤੁਹਾਨੂੰ? ਸਾਨੂੰ ਤਕਰੀਬਨ ਭਾਜੀ 3 ਸਾਲ ਹੋ ਗਏ। ਅਤੇ 3 ਸਾਲ ਤੋਂ ਤੁਸੀਂ ਪਿੰਡਾਂ 'ਚ ਜਾ ਕੇ ਆਏ? ਹਾਂਜੀ ਹਾਂ, ਪਿਛਲੇ ਸਾਲ ਤੋਂ ਭਾਜੀ ਰਿਟੇਲ ਕਰਦੇ ਨੂੰ ਮੈਨੂੰ 2 ਸਾਲ ਹੋ ਗਏ ਖੁਦ ਵੇਚਦੇ ਨੂੰ ਪਿੰਡਾਂ 'ਚ। ਪਹਿਲਾਂ ਮੰਡੀ 'ਚ ਸਿੱਟੇ? ਹਾਂ ਪਹਿਲਾਂ ਮੰਡੀ 'ਚ ਸਿੱਟੇ। ਇਹ ਵੀ ਮੰਡੀ 'ਚ ਵੀ ਭਾਜੀ ਮੈਂ ਨਾ ਪਟਿਆਲਿਓਂ ਜਦੋਂ ਆਇਆ, ਮੈਂ ਮਹੀਨਾ ਕਰ ਰਿਹਾ ਘਰ ਪਟਿਆਲੇ, ਜਦੋਂ ਜਾ ਕੇ ਮੈਂ ਮੰਡੀ 'ਚ ਜਾ ਕੇ ਦੇਖਿਆ, ਮੰਡੀ 'ਚ ਵੀ ਪੱਲੇ ਨਹੀਂ ਕੁਛ ਪੈਂਦਾ, ਪੱਲੇ ਤਾਂ ਨਹੀਂ ਪੈਂਦਾ, ਤਕਰੀਬਨ ਆਪਣਾ ਜ਼ਿਮੀਂਦਾਰ ਦਬਕਾ ਜਿਵੇਂ ਮੰਨ ਲਓ ਫਾਦਰ ਸਾਹਿਬ ਦੀ ਉਮਰ ਦਾ, ਘੱਟ ਪੜ੍ਹੇ ਲਿਖੇ ਨੇ, ਇਹਨਾਂ ਨੂੰ ਮੈਥ ਕੈਲਕੂਲੇਸ਼ਨ ਆਉਂਦੀ ਨੀਗੀ, ਉੱਥੇ ਜਾ ਕੇ ਢੂਹਾ ਕਟਾ ਦਿੰਦੇ ਆ ਆਪਦਾ, ਆੜਤ ਦਾ ਨਹੀਂ ਪਤਾ ਲੱਗਦਾ ਵੀ ਕਿੰਨੀ ਕੱਟਦੇ ਆ ਕਿੰਨੀ ਨਹੀਂ ਕੱਟਦੇ, ਮਰਜ਼ੀ ਨਾਲ ਪੈਸੇ ਦਿੰਦੇ ਆ। ਜਦੋਂ ਉਹ ਚੀਜ਼ਾਂ ਦੇਖੀਆਂ ਉਹਦੇ ਨਾਲੋਂ ਚੰਗਾ ਮੈਨੂੰ ਰਿਟੇਲ ਲੱਗਿਆ, ਮੰਡੀ ਦੇ ਭਾਅ ਤੋਂ 10 ਰੁਪਏ ਵੱਧ ਰੱਖ ਕੇ ਆਪਾਂ ਵੇਚਦੇ ਹਾਂ, ਵਿਕਦੀ ਵੀ ਸੋਹਣੀ, ਨਾਲੇ ਲੋਕਾਂ ਨੂੰ ਸਿਹਤ ਮਿਲਦੀ ਆ ਭਾਜੀ, ਬਹੁਤ ਘੱਟ ਰਹੇ ਸਪਰੇ ਕਰਦੇ ਆ, ਲੋਕ ਸਵਾਦ ਨਾਲ ਖਾਂਦੇ ਆ, ਇਹ ਆ ਵੀ ਇੱਕ ਪੁੰਨ ਦਾ ਕੰਮ ਵੀ ਆ ਪੁੰਨਾਂ ਨਾਲੇ ਫਲੀਆਂ ਨਾਲ। ਤੁਸੀਂ ਉਹਦੇ 'ਤੇ ਲਿਖ ਵੀ ਰੱਖਿਆ ਵੀ ਘੱਟ ਸਪਰੇਅ ਵਾਲੀ ਹੈ ਨਾ, ਇਹ ਬਹੁਤ ਇੰਟਰਸਟਿੰਗ ਲੱਗੀ ਮੈਨੂੰ ਚੀਜ਼, ਕਿਉਂਕਿ ਆਮ ਤੌਰ 'ਤੇ ਲੋਕ ਇਹ ਤਾਂ ਕਰਦੇ ਆ ਵੀ ਸਪਰੇਅ ਕਰ ਦਿੰਦੇ ਆ, ਲਿਖ ਦਿੰਦੇ ਆ ਔਰਗੈਨਿਕ। ਨਹੀਂ ਭਾਜੀ, ਆਪਾਂ ਅਸੈਪਟ ਕਰਦੇ ਹਾਂ, ਆਪਾਂ ਕਰਦੇ ਹਾਂ ਘੱਟ ਰਹੇ ਸਪਰੇ, ਤਾਂ ਹੀ ਸਪੈਸ਼ਲੀ ਲਿਖਿਆ ਭਾਜੀ ਆਪਾਂ, ਕਹਿਣ ਨੂੰ ਮੈਂ ਔਰਗੈਨਿਕ ਵੀ ਕਰਦਾ, ਕੋਈ ਸਿੱਧ ਵੀ ਕਰਕੇ ਦਿਖਾਦੇ ਹਨ, ਤਰੀਕੇ ਹੁੰਦੇ ਆ ਬਹੁਤ ਅਲੱਗ ਅਲੱਗ ਤਰ੍ਹਾਂ ਦੇ, ਪਰ ਇਹ ਆ ਵੀ ਆਪਾਂ ਅਸੈਪਟ ਕਰਦੇ ਹਾਂ, ਬਟ ਬਹੁਤ ਘੱਟ ਆ। ਹੁਣ ਜਿਵੇਂ ਮੰਨ ਕੇ ਚੱਲੋ ਵੀ 25-30 ਦਿਨ ਹੋ ਗਏ ਮੈਂ ਕੋਈ ਪੈਸਟੀਸਾਈਡ ਨਹੀਂ ਯੂਜ਼ ਕੀਤਾ, ਅਤੇ ਚਾਹੇ ਕੋਈ ਆ ਕੇ ਚੈੱਕ ਵੀ ਕਰ ਲਿਆ ਗਿਆ, ਹੈ ਨਾ। ਅਤੇ ਆਮ ਜਿਹੜੇ ਕਰਦੇ ਨੇ ਉਹ ਆਮ ਤਾਂ ਰੋਜ਼ ਰੋਜ਼ ਵੀ ਹੁੰਦੀ ਆ ਭਾਜੀ ਸਪਰੇ। ਅੱਛਾ, ਹੁਣ ਮੈਂ ਮੰਡੀਆਂ ਦੇ ਨਾਂ ਨਹੀਂ ਲੈਣੇ, ਬਦਨਾਮ ਹੋ ਜਾਂਦਾ ਅਗਲਾ। ਤੁਸੀਂ ਇਹ ਦੇਖੋ ਵੀ ਜਿਹੜੀ ਮੰਡੀ 'ਚ 2 ਟਾਈਮ ਸਬਜ਼ੀ ਜਾਂਦੀ ਆ ਜਾਂ 3 ਟਾਈਮ ਸਬਜ਼ੀ ਜਾਂਦੀ ਆ, ਮੈਂ ਇੱਦਾਂ ਦੇ ਜ਼ਿਮੀਂਦਾਰ ਕਿਸਾਨ ਵੀ ਦੇਖਿਆ, ਅੱਖੀਂ ਦੇਖਿਆ ਵੀ ਸ਼ਾਮ ਦੀ ਤੜਾਈ ਕਰਕੇ ਵੀ ਸਪਰੇ, ਸਵੇਰੇ ਜਿਹੜੀ 10 ਵਜੇ ਤੜਾਈ ਕਰਨੀ ਆ ਉਦੋਂ ਬਾਅਦ ਵੀ ਸਪਰੇ। ਕੈਮੀਕਲ ਮਾਰਕੀਟ 'ਚ ਇੱਦਾਂ ਦੇ ਆ ਭਾਜੀ ਵੀ 8 ਤੋਂ 12 ਘੰਟਿਆਂ ਦੇ ਵਿੱਚ ਫਰੂਟ ਤਿਆਰ ਕਰ ਦਿੰਦੇ ਆ। ਅੱਛਾ, ਅਤੇ ਹੁਣ ਜਿਹੜਾ ਉਹ ਫਰੂਟ ਖਾਵਾਂਗੇ ਆਪਾਂ, ਅਤੇ ਉਹ ਤੁਹਾਨੂੰ ਮੈਂ ਇੱਕ ਜ਼ਹਿਰ ਹੀ ਆ। ਮੇਰਾ ਨਾ ਮਿੱਤਰ ਬਿਮਾਰ ਹੋ ਗਿਆ, ਉਹਨੂੰ ਡਾਕਟਰ ਕਹਿੰਦਾ ਪਪੀਤਾ ਖਾ, ਵੀ ਇਨਫੈਕਸ਼ਨ ਟਾਈਪ ਹੋ ਗਿਆ ਉਹਨੂੰ ਕੁਛ, ਉਹਨੂੰ ਕਹਿੰਦਾ ਪਪੀਤਾ ਖਾ ਲਈ ਵੀ ਹੌਲੀ ਫਰੂਟ ਖਾਈ ਨੂੰ, ਉਹਨੇ ਜਦੋਂ ਪਪੀਤਾ ਖਾਧਾ ਉਹਨੂੰ ਐਡਮਿਟ ਕਰਨਾ ਪੈ ਗਿਆ। ਹੁਣ ਤੁਸੀਂ ਇਹ ਲਾ ਲਓ ਸਾਹਿਬ ਵੀ ਕੈਮੀਕਲ ਉਹ ਪਪੀਤੇ 'ਤੇ ਕਿੱਦਾਂ ਦਾ ਲੱਗਿਆ ਹੋਊ ਜਿਹੜਾ ਇਹਨੇ 4 ਘੰਟਿਆਂ 'ਚ ਬੰਦਾ ਦਾਖਲ ਕਰਾਤਾ। ਉਹਦਾ ਮਤਲਬ ਇਹ ਵੀ ਪਹਿਲਾਂ ਇੱਕ ਪ੍ਰੋਬਲਮ ਸੀ, ਉਦੋਂ ਵੀ ਕ੍ਰੀਏਟ ਹੋ ਗਈ ਵੀ ਉਹ ਮੇਨ ਪ੍ਰੋਬਲਮ ਕੀ ਆ ਗਈ ਭਾਅ ਜੀ ਵੀ ਕੈਮੀਕਲ ਆ ਨਾ ਜਿਹੜਾ ਲੋਕਾਂ ਨੂੰ ਮਾਰ ਕੈਮੀਕਲ ਹੀ ਰਿਹਾ, ਆਪਣੇ ਲੋਕ ਸੁਧਰਦੇ ਫੇਰ ਨਹੀਂ, ਲੋਕ ਸਸਤੇ ਵੱਲ ਭਾਜਦੇ ਆ ਭਾਜੀ, ਚਾਹੇ ਜ਼ਹਿਰ ਦੇ ਦਿਓ ਫ੍ਰੀ 'ਚ ਵੰਡ ਦਿੰਦਾ, ਇੱਥੇ ਮੈਂ ਲੰਗਰ ਲਾ ਦਿੰਦਾ ਉਹ 'ਚ ਵੀ 10 ਬੰਦੇ ਖਾਣ ਆ ਜਾਣਗੇ ਵੀ ਜ਼ਹਿਰ ਹੀ ਮਿਲਦੀ ਆ, ਕੋਈ ਨਾ ਖਾ ਲਾ ਮੁਫ਼ਤ ਦੀ ਵੀ ਆ। ਰੀਜਨ ਇਹ ਆ, ਸਮਝਾਉਣ ਲਈ ਇਹ ਗੱਲ ਠੀਕ ਆ ਤੁਹਾਡੀ, ਇਹ ਹੈਗੀ ਹੈ। ਅਤੇ ਇਹ ਮਤਲਬ ਤੁਸੀਂ 20-25 ਦਿਨ ਤੋਂ ਸਪਰੇਅ ਨਹੀਂ ਕੀਤੀ, ਇਹ ਸਪਰੇਅ ਫਿਰ ਤੁਸੀਂ ਕੀ ਡਿਸਾਈਡ ਕਰਕੇ ਕਰਦੇ ਹੋ ਜਦੋਂ ਤੁਹਾਨੂੰ ਇਹ ਲੱਗਦਾ ਵੀ ਬਿਮਾਰੀ ਪੈ ਗਈ ਜਾਂ ਕੀ? ਹੱਦੋਂ ਵੱਧ ਕੋਈ ਭਾਅ ਜੀ ਕੋਈ ਪ੍ਰੋਬਲਮ ਆ ਜੇ, ਜਿਵੇਂ ਮੰਨ ਲਓ ਸੁੰਡੀ ਦਾ ਜ਼ਿਆਦਾ ਹਮਲਾ ਹੋ ਗਿਆ ਜਾਂ ਤੇਲੇ ਦਾ ਜ਼ਿਆਦਾ ਨੁਕਸਾਨ ਹੋ ਰਿਹਾ, ਉਹ ਹੁੰਦੀ ਆ, ਨਹੀਂ ਅਦਰਵਾਈਜ਼ ਕੋਈ ਐਡਾ ਆਪਾਂ ਨੂੰ ਹੈ ਨਹੀਂ ਵੀ ਆਪਾਂ ਕੋਈ ਫਰੂਟ ਦਾ। ਆਹ ਭਿੰਡੀ ਆ, ਭਿੰਡੀ ਤਾਂ ਸਾਡੇ ਆ ਤੁਸੀਂ ਦੇਖ ਲਓ ਚਿੜੀਆਂ ਦੇ ਆਲ ਨੇ ਪਾਏ ਆ, ਇਹ ਤਾਂ 20-25 ਦਿਨ ਹੋ ਗਏ ਕੋਈ ਸਪਰੇ ਨਹੀਂ ਆਈ, ਤੁਰੇ ਫਿਰਦੇ ਹਾਂ ਅਸੀਂ, ਓਨਾ ਹੀ ਝਾੜ ਆ, ਕੋਈ ਸਾਨੂੰ ਝਾੜਦਾ ਨਹੀਂ। ਆਹ ਹੁਣ ਇਹਦੇ ਥੋੜ੍ਹਾ ਜਿਹਾ ਘਾਟ ਪੈਂਦੀ ਲੱਗਦੀ ਆ ਵੀ ਉਹ ਵੀ ਅਸੀਂ ਦੇਖਦੇ ਹਾਂ ਕੋਈ ਬਾਇਓ ਬੂ ਵਾਲੀ ਮਾਰ ਦੇਣੀ ਆ ਲਿਆ ਕੇ। ਉਹ ਬਾਇਓ ਚੰਗੀ ਚੀਜ਼ ਹੈ, ਪੈਸੇ ਤਾਂ ਉਨੀ ਲੱਗ ਜਾਂਦੇ, ਪੈਸੇ ਉਨੀ ਲੱਗ ਜਾਂਦੇ, ਪਰ ਇਹ ਵੀ ਚਲੋ ਘੱਟੋ ਘੱਟ ਉਹ 'ਚ ਕੈਮੀਕਲ ਨਹੀਂ ਹੈਗਾ, ਕੈਮੀਕਲ ਨਹੀਂ ਹੈਗਾ। ਅਤੇ ਇਹ ਮਤਲਬ ਜਿਹੜਾ ਤੁਸੀਂ ਇਹ ਲਿਜਾਂਦੇ ਹੋ ਸਬਜ਼ੀ ਹੈ ਨਾ ਪਿੰਡਾਂ ਦੇ ਵਿੱਚ ਜਾ ਕੇ ਤੁਸੀਂ ਆਪ ਵੇਚਦੇ ਹੋ, ਸਾਰੀ ਆਪ ਵੇਚਦੇ ਹੋ, ਕੁਛ ਮੰਡੀ 'ਚ ਲਿਆਉਣੀ ਪੈਂਦੀ ਹੈ? ਮੰਡੀ ਭਾਅ ਜੀ ਜਦੋਂ ਵੱਧ ਜਾਂਦੀ ਆ, ਜਿੱਦਾਂ ਹੁਣ ਮੰਨ ਕੇ ਚੱਲੋ ਕੱਦੂ ਆ, ਕੱਦੂ ਨਹੀਂ ਵਿਕਦਾ ਜ਼ਿਆਦਾ ਜਾਂ
ਭਿੰਡੀ ਜ਼ਿਆਦਾ ਹੋਊਗੀ ਜਾਂ ਇੱਧਰ ਫਰਾਸ ਬੀਨ ਲਾਈ ਵੀ ਆ ਮੇਰੀ ਇਹ ਪਿੰਡਾਂ 'ਚ ਘੱਟ ਵਿਕਦੀ ਆ ਰੇਟ ਜ਼ਿਆਦਾ ਕਰਕੇ ਇਹ ਚੀਜ਼ਾਂ ਨੂੰ ਫਿਰ ਮੰਡੀ ਵੇਚਣਾ ਪੈਂਦਾ ਪਰ ਇਹ ਆ ਵੀ ਜਿੰਨੀ ਕੋਸ਼ਿਸ਼ ਕਰਦਾ ਮੈਂ ਵੀ ਜਿੰਨੀ ਰਿਟੇਲ ਆਪ ਕਰ ਸਕਾਂ ਓਨੀ ਵੱਧ ਤੋਂ ਵੱਧ ਕੀਤੀ ਜਾਵੇ ਇਹ ਫਿਰ ਤੁਸੀਂ ਰੋਜ਼ ਜਾਂਦੇ ਹੋ ਮੰਡੀ ਹਾਂਜੀ ਹਾਂ ਨਹੀਂ ਮੰਡੀ 'ਚ ਭਾਜੀ ਐਂ ਮੰਨ ਕੇ ਚੱਲੋ ਵੀ ਇੱਕ ਦੋ ਦਿਨ ਛੱਡ ਕੇ ਮੰਡੀ ਜਾਣਾ ਪੈਂਦਾ ਜਿੱਦਾਂ ਹੁਣ 8-10 ਦਿਨ ਹੋ ਗਏ ਹੁਣ ਗਏ ਨਹੀਂ ਗਏ ਹੁਣ ਮੰਡੀ 'ਚ ਹੀ ਵੇਚ ਆਉਂਦੇ ਸੀਗੇ ਸਾਰੀ ਅਤੇ ਰਿਟੇਲ ਆ ਜਿਹੜੀ ਤੁਸੀਂ ਉਹ ਰੋਜ਼ ਕਰਦੇ ਹੋ ਹਾਂ ਰਿਟੇਲ ਰੋਜ਼ ਕਰਦੇ ਹਾਂ ਭਾਜੀ ਰਿਟੇਲ ਇਹ ਆ ਵੀ ਜੇ ਤਾਂ ਮੰਨ ਕੇ ਚੱਲੋ 3-4 ਪਿੰਡ ਕੱਢਣੇ ਆ ਫਿਰ ਜਿਵੇਂ ਅੱਜ ਸ਼ਾਮ ਨੂੰ ਸਬਜ਼ੀ ਤੋੜ ਲਈ ਸਵੇਰੇ ਵੇਚਤੀ ਸਵੇਰੋਂ ਤੋੜ ਕੇ ਸ਼ਾਮ ਨੂੰ ਵੇਚਤੀ ਇੱਦਾਂ ਰਿਟੇਲ ਕਰ ਲੈਂਦੇ ਹਾਂ 5-4 ਪਿੰਡਾਂ 'ਚ ਅਤੇ ਨੇੜੇ ਨੇੜੇ ਜਿਹੜੇ ਪਿੰਡ ਨੇ ਹਾਂਜੀ ਹਾਂ ਨੇੜੇ ਨੇੜੇ ਜਾਂ ਦਵਾਨੇ ਹੋ ਗਿਆ ਛੋਟਾ ਛੀਨੀਆਲ ਹੋ ਗਿਆ ਹਠੂਰ ਹੋ ਗਿਆ ਅਤੇ ਕਈ ਜਿਵੇਂ ਹੁਣ ਗਹਿਲਾਂ ਪਿੰਡ ਦੇ ਨੇ ਉਹ ਇੱਥੇ ਵੀ ਲੈਣ ਆ ਜਾਂਦੇ ਨੇ ਸਬਜ਼ੀ ਜਾਂ ਉਹ ਫੋਨ ਕਰ ਲੈਂਦੇ ਵੀ ਕਿੱਥੇ ਖੜਾ ਹੋਵੇਗਾ ਦਵਾਨੇ ਆਵੇਗਾ ਹਾਂਜੀ ਆਊਗਾ ਉਹ ਦਵਾਨੇ ਆ ਜਾਂਦੇ ਆ ਮਤਲਬ ਟੈਕਨੋਲੋਜੀ ਦਾ ਇਹ ਫਾਇਦਾ ਹੈ ਨਾ ਕਿਸਾਨ ਨੂੰ ਫਾਇਦਾ ਹੈ ਜੀ ਹਾਂ ਉਹ ਵਰਤਣੀ ਹੋਣੀ ਚਾਹੀਦੀ ਹੈ ਜੀ ਅਤੇ ਇਹ ਜਿਹੜਾ ਤੁਸੀਂ ਇਹ ਕਰਦੇ ਹੋ ਰਿਟੇਲ ਜਾ ਕੇ ਡੇਲੀ ਕਰਦੇ ਹੋ ਹੈ ਨਾ ਇਹਦੇ 'ਚ ਮਤਲਬ ਕਿੰਨਾ ਕੁ ਆਮਦਨ ਦਾ ਫਰਕ ਪੈਂਦਾ ਤੁਸੀਂ ਮੰਡੀ 'ਚ ਵੀ ਸੁੱਟਦੇ ਹੋ ਤੁਹਾਨੂੰ ਪਤਾ ਹੈ ਵੀ ਮੰਡੀ 'ਚ ਆਹ ਰੇਟ ਮਿਲਦਾ ਜਾਂ ਇੰਨਾ ਉੱਥੇ ਟੈਕਸ ਪੈ ਜਾਂਦਾ ਜਾਂ ਆੜਤ ਪੈ ਜਾਂਦੀ ਹੈ ਮੰਡੀ ਫੀਸ ਪੈ ਜਾਂਦੀ ਹੈ ਅਤੇ ਇਹਦੇ 'ਚ ਕਿੰਨਾ ਕੁ ਮੁਨਾਫਾ ਹੁੰਦਾ ਕਿਸਾਨ ਨੂੰ ਰਿਟੇਲ ਨਾਲ ਭਾਅ ਜੀ ਇਹ ਹੈ ਵੀ ਜਿੰਨੀ ਸਬਜ਼ੀ ਮੈਂ ਇੱਕ ਮੰਨ ਕੇ ਚੱਲੋ ਵੀ ਜੇ ਮੈਂ 2 ਕੁਇੰਟਲ ਦਾ ਰਿਟੇਲ ਕਰਦਾ ਅਤੇ ਮੰਡੀ 'ਚ 10 ਕੁਇੰਟਲ ਵੇਚ ਕੇ ਆਉਂਦਾ ਇੰਨਾ ਫਰਕ ਪੈ ਜਾਂਦਾ ਅੱਛਾ ਮੰਡੀ 'ਚ 8-10 ਕੁਇੰਟਲ ਗਈ ਇੱਕ ਭਾਅ ਗਈ ਅਤੇ ਰਿਟੇਲ 'ਚ 2-2.5 ਕੁਇੰਟਲ ਵੀ ਗਈ ਤੁਹਾਡੀ ਇੱਕ ਭਾਅ ਗਈ ਇੰਟਰਕ੍ਰੋਪ ਕੀਤੀ ਜਾਂਦੀ ਹੈ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਜੇ ਤੁਸੀਂ 2 ਕਿੱਲੇ ਲਾ ਕੇ ਆਪ ਵੇਚ ਲਈ ਤਾਂ ਚਾਹੇ 10 ਕਿੱਲੇ 10 ਕਿੱਲੇ ਲਾ ਕੇ ਮੰਡੀ ਵੇਚਤੀ ਤਾਂ ਪੈਸੇ 'ਚ ਇੱਕੋ ਹੀ ਗੱਲ ਇੱਕੋ ਜਿਹੀ ਗੱਲ ਜ਼ਿਆਦਾ ਨਹੀਂ ਤਾਂ ਭਾਅ ਜੀ ਇਹ ਆ ਵੀ ਕਿਸੇ ਚੀਜ਼ ਦਾ ਵੱਧ ਰੇਟ ਮਿਲ ਗਿਆ ਤੁਹਾਨੂੰ ਉਹ ਚੀਜ਼ ਫਰਕ ਪਾ ਸਕਦੀ ਆ ਅਦਰਵਾਈਜ਼ ਸੇਮ ਹੀ ਆ ਜਾਂਦੀਆਂ ਚੀਜ਼ਾਂ 10 ਕਿੱਲਿਆਂ 'ਚ ਮਿਹਨਤ ਵੀ ਆ ਲੇਬਰ ਵੀ ਆ ਹੋਰ 100 ਖਰਚੇ ਆ 2 ਕਿੱਲਿਆਂ 'ਚ ਇਹ ਆ ਵੀ ਜੇ ਪਰਿਵਾਰ ਦੇ 4 ਮੈਂਬਰ ਨੇ 2 ਕਿੱਲਿਆਂ 'ਚ ਉਹਨਾਂ ਨੂੰ ਲੇਬਰ ਦਾ ਖਰਚਾ ਵੀ ਵੱਜੂ ਜੇ ਖੁਦ ਕਰਨ ਵਾਲੇ ਆ ਇਹ ਨਹੀਂ ਵੀ ਜੇ ਇੱਕ ਬੰਦਾ ਇਕੱਲਾ ਲਾ ਕੇ 2 ਕਿੱਲਿਆਂ 'ਚ ਤੁਰਿਆ ਫਿਰਦਾ ਤੇ 5 ਬੁੜੀਆਂ ਦਿਹਾੜੀ ਲਈਆਂ ਵੀ ਆ ਉਹਨੇ ਉਹਨੂੰ ਨਹੀਂ ਕੁਛ ਬਚਣਾ ਇਹ ਆ ਵੀ ਜੇ ਖੁਦ ਬੰਦਾ ਨਾਲ ਕਰੇ ਫਿਰ ਫਾਇਦੇ 'ਚ ਆ ਅਤੇ ਤੁਹਾਡੇ ਘਰ ਦੇ ਵੀ ਨਾਲ ਕਰਾਉਂਦੇ ਆ ਕੁਛ ਹਾਂਜੀ ਫਾਦਰ ਸਾਹਿਬ ਇੱਥੇ ਹੀ ਰਹਿੰਦੇ ਆ ਫਾਦਰ ਸਾਹਿਬ ਕਰਦੇ ਰਹਿੰਦੇ ਆ ਮਾਤਾ ਤਾਂ ਚਲੋ ਬਾਹਰ ਆ ਹੁਣ ਮਾਤਾ ਨੇ ਆ ਜਾਣਾ ਫਿਰ ਮਾਤਾ ਨੂੰ ਜ਼ਿੰਮੇਵਾਰੀ ਸੰਭਾਵਾਂਗੇ ਖੇਤ ਦੀ ਅਤੇ ਤੁਹਾਡੇ ਘਰਦਿਆਂ ਤੋਂ ਮੇਰਾ ਮਤਲਬ ਸੀ ਤੁਹਾਡੀ ਘਰ ਵਾਲੀ ਵੀ ਉਹਨਾਂ ਦਾ ਕੀ ਰੋਲ ਆ ਇਹਦੇ 'ਚ ਜਿਹੜੀ ਤੁਸੀਂ ਆਹ ਕੰਮ ਕਰਦੇ ਹੋ ਉਹ ਭਾਅ ਜੀ ਉਹਨੂੰ ਹੁਣ ਉਹਨਾਂ ਨੂੰ ਹਜੇ ਉਹਨਾਂ ਨਾਲ ਬੇਬੀ ਹੋਇਆ ਕਰਕੇ ਘਰ ਹੀ ਹੁੰਦੇ ਨੇ ਉਹਨਾਂ ਨੂੰ ਵੀ ਲਾਵਾਂਗੇ ਉਹਨਾਂ ਨੂੰ ਥੋੜ੍ਹਾ ਜਿਹਾ ਟੈਕਨੋਲੋਜੀ ਦਾ ਵਾਧਾ MSCIT ਕੀਤੀ ਕਰਕੇ ਨਾ ਉਹਨਾਂ ਦੀ ਅਤੇ ਉਹਨਾਂ ਨੂੰ ਹੁਣ ਸੋਸ਼ਲ ਮੀਡੀਆ 'ਤੇ ਐਡ ਵਗੈਰਾ ਸਾਈਟ ਵਗੈਰਾ ਬਣਾ ਕੇ ਔਨਲਾਈਨ ਸੇਲ ਕਰਨ ਦੀ ਕੋਸ਼ਿਸ਼ ਕਰਾਂਗੇ ਚੀਜ਼ਾਂ ਮਤਲਬ ਆਉਣ ਵਾਲਾ ਸਟੈਪ ਤੁਹਾਡਾ ਇਹ ਹੈ ਵੀ ਇਹਨੂੰ ਡਿਜੀਟਲ ਕਰਨਾ ਹਾਂਜੀ ਡਿਜੀਟਲ ਕਰਾਂਗੇ ਮਾਰਕੀਟ ਡਿਜੀਟਲ ਮਾਰਕੀਟ ਕਰਾਂਗੇ ਤੁਸੀਂ ਇੱਕ ਵੈਬਸਾਈਟ ਬਣਾਓਗੇ ਉਹਦੇ 'ਤੇ ਤੁਹਾਨੂੰ ਆਰਡਰ ਪਲੇਸ ਹੋ ਜਾ ਕਰਨਗੇ ਜਾਂ ਆਰਡਰ ਮੁਤਾਬਕ ਤੁਸੀਂ ਆਪਦਾ ਹਾਂਜੀ ਹਾਂ ਹੋਮ ਡਿਲੀਵਰੀ ਭਾਅ ਜੀ ਹੁਣ ਵੀ ਕਰ ਦਿੰਦਾ ਜੇ ਮੰਨ ਕੇ ਚੱਲੋ ਕਿਸੇ ਦੀ 250-300 ਦੀ ਸਬਜ਼ੀ ਆ 400 ਦੀ ਸਬਜ਼ੀ ਆ ਉਹਨੂੰ ਕਰ ਦਈਦਾ ਹੋਮ ਡਿਲੀਵਰੀ ਪਤਾ ਵੀ ਆਪਣਾ 20-30 ਰੁਪਏ ਦਾ ਪੈਟਰੋਲ ਦਾ ਖਰਚਾ ਹੁਣ ਤੋੜ ਕੇ ਫੜਾ ਕੇ ਆਉਣੀ ਆ ਫੜਾਈ ਦੀ ਨਾਲ ਦੇ ਪਿੰਡਾਂ 'ਚ ਵੀ ਹਾਂਜੀ ਹਾਂ ਇਹ ਤਾਂ ਇੰਟਰਸਟਿੰਗ ਚੀਜ਼ ਆ ਮਤਲਬ ਇਹ ਤਾਂ ਪਹਿਲੀ ਵਾਰੀ ਸੁਣਿਆ ਮੈਂ ਕਿਉਂਕਿ ਸ਼ਹਿਰ 'ਚ ਤਾਂ ਹੁੰਦਾ ਮਤਲਬ ਨਹੀਂ ਨਹੀਂ ਪਹਿਲੇ ਮਾਲ ਨੇ ਤੁਸੀਂ ਉਹਨਾਂ ਤੋਂ ਕੁਛ ਵੀ ਮੰਗਾ ਲਓ ਹਾਂਜੀ ਕਹਿ ਦਿੰਦੇ ਆ ਵੀ 1000 ਤੋਂ ਉੱਪਰ ਜੋ ਵੀ ਮਰਜ਼ੀ ਮੰਗਾ ਲਓ ਹਾਂਜੀ ਹਾਂ ਪਰ ਪਿੰਡ ਦੇ ਵਿੱਚ ਕੋਈ ਕਿਸਾਨ ਪੜ੍ਹਿਆ ਲਿਖਿਆ ਨੌਜਵਾਨ ਨਹੀਂ ਹੁਣ ਜਿਵੇਂ ਕਈ ਪਿੰਡਾਂ 'ਚ ਹਠੂਰ ਲੱਗੇ ਹੋਏ ਆ ਸਾਡੇ ਹਠੂਰ ਆ ਭਾਅ ਜੀ ਇੱਥੇ 2-3 ਘਰ ਇਕੱਠੇ ਹੋ ਕੇ ਫੋਨ ਕਰ ਦਿੰਦੇ ਆ ਵੀ ਸਾਨੂੰ ਇੰਨੀ ਕੁ ਸਬਜ਼ੀ ਦੇ ਜਾ ਕਿਉਂਕਿ ਹਠੂਰ ਸਾਡਾ ਰੋਜ਼ ਦਾ ਆਉਣਾ ਜਾਣਾ ਗਾ ਸ਼ਹਿਰ ਕਰਕੇ 1-2 ਗੇੜੇ ਪੱਕੇ ਲੱਗ ਜਾਂਦੇ ਆ ਫਿਰ ਉੱਥੇ ਫੜਾਇਆ ਜਾਂਦੀ ਆ ਅਤੇ ਕਿੰਨੇ ਕੁ ਕਮਾ ਲੈਂਦੇ ਜਦੋਂ ਤੁਸੀਂ ਆਪਦਾ ਟਰੈਕਟਰ ਲੈ ਕੇ ਮਗਰ ਟਰਾਲੀ ਪਾ ਕੇ ਹੋ ਸਬਜ਼ੀ ਵਾਲੀ ਰੇਹੜੀ ਪਾ ਕੇ ਨਿਕਲਦੇ ਹੋ ਕਮਾਈ ਦਾ ਭਾਅ ਜੀ ਸਾਧਨ ਇਹ ਆ ਵੀ ਪੱਕਾ ਨਹੀਂ ਹੈਗਾ ਬਟ ਇਹ ਆ ਵੀ ਆਪਾਂ 1000-1500 ਰੁਪਇਆ ਦਿਹਾੜੀ ਪੈ ਜਾਂਦੀ ਆ ਵੀ ਜੇ ਰਿਟੇਲ 'ਚ ਵੀ ਜਾਂਦਾ ਮੈਂ ਵੀ ਜ਼ਿਆਦਾ ਤਾਂ ਹੋ ਜੇ 5000 ਵੀ ਹੋ ਜੇ ਬਟ ਇਹ ਆ ਵੀ ਮਿਨੀਮਮ 1000-1500 ਹੋ ਜਾਂਦੀ ਆ ਹਾਂਜੀ ਹਾਂ ਮਤਲਬ ਇੰਨੀ ਕੁ ਹੈ ਵੀ ਤੁਸੀਂ ਇੱਕ ਜਿਹੜੀ ਹੈਂਡਸਮ ਸੈਲਰੀ ਆ ਉਹਦੇ ਬਰਾਬਰ ਤਾਂ ਘੱਟੋ ਘੱਟ ਹੀ ਕਮਾ ਘੱਟੋ ਘੱਟ ਕਮਾ ਲੈਂਦੇ ਹਾਂ ਅਤੇ ਇਹਦੇ 'ਚ ਫਿਰ ਕਿੰਨੇ ਘੰਟੇ ਲਾਉਂਦੇ ਹੋ ਤੁਸੀਂ ਕਿੰਨੇ ਘੰਟੇ ਫੇਰੀ ਲਾਉਂਦੇ ਹੋ ਘੰਟਾ ਭਾਅ ਜੀ ਸਵੇਰ ਦੇ ਮੰਨ ਕੇ ਚੱਲੋ 2-3 ਘੰਟੇ ਮੋਰਨਿੰਗ ਆ 2-3 ਘੰਟੇ ਈਵਨਿੰਗ ਆ ਮਤਲਬ 6 ਘੰਟੇ ਮੈਂ 6 ਘੰਟੇ ਮਿਣ ਕੇ ਚੱਲੋ ਅਤੇ ਤੜਾਈ ਤੁਸੀਂ ਲੇਬਰ ਤੋਂ ਕਰਾਉਂਦੇ ਹੋ ਤੜਾਈ ਭਾਅ ਜੀ 2-3 ਲੇਬਰ ਦੇ ਹੋ ਜਾਂਦੇ ਆ 2-3 ਅਸੀਂ ਆਪ ਹੀ ਹੋ ਜਾਂਦੇ ਹਾਂ ਫਾਦਰ ਸਾਹਿਬ ਹੋ ਜਾਂਦੇ ਆ ਖੁਦ ਹੋ ਜਾਂਦਾ ਮੈਂ ਅਤੇ 5 ਕੁ ਬੰਦੇ ਕੰਮ ਕਰੀ ਜਾਂਦੇ ਆ ਉਹਨਾਂ ਦਾ ਵੀ ਰੁਜ਼ਗਾਰ ਚੱਲੀ ਜਾਂਦਾ ਨਾਲੇ ਆਪਦੇ ਖੇਤ 'ਚ ਜਦੋਂ ਬੰਦਾ ਸਾਰਾ ਦਿਨ ਤੁਰਿਆ ਫਿਰਦਾ ਜੀ ਵੀ ਲੱਗਦਾ ਖੇਤ ਮੋਹ ਕਰਦਾ ਭਾਅ ਜੀ ਜ਼ਮੀਨ ਤੁਹਾਡਾ ਮੋਹ ਕਰਦੀ ਆ ਤੁਸੀਂ ਖੇਤ ਗੇੜਾ ਮਾਰਦੇ ਹੋ ਤੁਹਾਨੂੰ ਵੀ ਹੌਸਲਾ ਹੁੰਦਾ ਤੁਹਾਡੀ ਜ਼ਮੀਨ ਵੀ ਹੌਸਲੇ 'ਚ ਹੁੰਦੀ ਆ ਕਿਉਂਕਿ ਇਹ ਵੀ ਤਾਂ ਜਿਉਂਦੀ ਚੀਜ਼ ਆ ਨਾ ਮਿੱਟੀ ਤਾਂ ਜਿਉਂਦੀ ਚੀਜ਼ ਆ ਅਤੇ ਇਹ ਜਿਹੜਾ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਨਾ ਚਲੋ ਹਰ ਬੰਦਾ ਮਤਲਬ ਜ਼ਿਆਦਾਤਰ ਬੰਦੇ ਤੁਹਾਨੂੰ ਚੰਗਾ ਕਹਿਣ ਵਾਲੇ ਹੀ ਮਿਲੇ ਹੋਣਗੇ ਅਤੇ
ਕਿਸੇ ਨੇ ਐਂ ਵੀ ਹੋਇਆ ਵੀ ਯਾਰ ਤੂੰ ਐਂ ਵੀ ਚੰਗਾ ਕੋਈ 20-25 ਲੱਖ ਲਾ ਕੇ ਬਿਜ਼ਨਸ ਕਰ ਲਿਆ ਐਵੇਂ ਰੇਹੜੀਆਂ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਮਿਲ ਜਾਂਦੇ ਆ ਭਾਜੀ ਬਹੁਤ ਬਾਹਰ ਭੇਜਣ ਵਾਲੇ ਬਹੁਤ ਬੈਠੇ ਆ ਅੱਛਾ ਉਹ ਤੂੰ ਇੱਥੇ ਕਿੱਥੇ ਟੱਕਰਾਂ ਮਾਰਦਾ ਫਿਰਦਾ ਬਾਹਰ ਉੱਠ ਜਾ ਫਲਾਨਾ ਕਰ ਲਾ ਧਿਉਂਕਾ ਕਰ ਲਾ ਪਰ ਸੁਣੀ ਦੀਆਂ ਘੱਟ ਆਪਾਂ ਮੈਨੂੰ ਪਤਾ ਭਾਈ ਹੁਣ 20-25 ਲੱਖ ਲਾਊਂਗਾ ਏਡਾ ਜ਼ਿਮੀਦਾਰ ਕੋਈ ਨਹੀਂ ਹੁੰਦਾ 10 ਕਿੱਲਿਆਂ ਵਾਲਾ ਜਿਹਦੇ ਖਾਤੇ 'ਚ ਪਏ ਹੁਣ ਫੜਕੀ ਲਾਉਣੇ ਪੈਣਗੇ ਅਤੇ ਉਹਦੇ ਵਿਆਹ 'ਚ ਮੈਨੂੰ ਪਤਾ ਵੀ ਮੇਰੇ ਮਾਇੰਡ 'ਚ ਇੰਨੇ ਕੁ ਪ੍ਰੋਜੈਕਟ ਆ ਵੀ ਇੱਥੇ ਨਾਲੇ ਮੈਂ 5-7 ਬੰਦਿਆਂ ਨੂੰ ਰੁਜ਼ਗਾਰ ਦੇ ਦੂੰ ਅਤੇ ਕਨੇਡਾ ਦੀ ਆਮਦਨ ਜਿੰਨੀ ਮੈਂ ਇੱਥੇ ਕਮਾਈ ਕਰ ਲੂੰਗਾ ਆਰਾਮ ਨਾਲ 20-25 ਲੱਖ ਲਾ ਕੇ ਜੇ ਨਾ ਵੀ ਕਰੋਗੇ ਤਾਂ ਘੱਟੋ ਘੱਟ ਇਹ ਹੈ ਵੀ ਜਿੱਥੇ ਤੁਸੀਂ ਜੰਮੇ ਪਲੇ ਹੋ ਜਿਹੜੇ ਖੇਤ ਤੁਹਾਨੂੰ ਆਵਾਜ਼ਾਂ ਮਾਰਦੇ ਆ ਤੁਸੀਂ ਕਹਿੰਦੇ ਹੋ ਵੀ ਖੇਤ ਤੁਹਾਡਾ ਮੋਹ ਕਰਦੇ ਆ ਉੱਥੇ ਰਹਿ ਕੇ ਤੁਹਾਨੂੰ ਰਿਜ਼ਕ ਮਿਲ ਰਿਹਾ 50-60 ਹਜ਼ਾਰ ਦਾ ਆਰਾਮ ਨਾਲ 2 ਕਿੱਲਿਆਂ 'ਚ ਲਾਈਏ ਤੁਸੀਂ ਹਾਂਜੀ ਭਾਅ ਜੀ 2 ਕਿੱਲਿਆਂ ਦਾ ਰਕਬਾ ਆ ਤਕਰੀਬਨ 2 ਕਿੱਲਿਆਂ ਦੇ ਵਿੱਚੋਂ ਮਤਲਬ ਇਹ ਤੁਸੀਂ ਸਾਰਾ ਸਾਲ ਇਹ 'ਚ ਸਬਜ਼ੀ ਵੀ ਲਾਉਂਦੇ ਹੋ ਹਾਂਜੀ ਭਾਅ ਜੀ ਹੁਣ ਸਾਰਾ ਸਾਲ ਸਬਜ਼ੀ ਦੀ ਕਾਸ਼ਤ ਹੀ ਕਰਨੀ ਹੈ ਜੀ ਮੇਰਾ ਤਾਂ 1500 ਰੁਪਇਆ ਜੇ ਆਪਾਂ ਡੇਲੀ ਦਾ ਲਾਈਏ ਤਾਂ 45,000 ਮਹੀਨੇ ਦਾ ਹੋ ਗਿਆ ਸਿਰਫ ਤੁਹਾਡੇ ਆਪ ਸੇਲ ਕਰਨ ਕਰਕੇ ਆਪ ਸੇਲ ਕਰਨ ਕਰਕੇ ਹੈ ਨਾ ਬੱਚਤ ਕਹਿ ਰਹੇ ਬੱਚਤ ਮੰਨ ਕੇ ਚੱਲ ਪਓ ਵੀ 2 ਕਿੱਲਿਆਂ 'ਚੋਂ ਤਾਂ ਇੰਨੀ ਆਮਦਨ ਬਹੁਤ ਹੈਗੀ ਕਰਨ ਦੇ ਢੰਗ ਚਾਹੀਦੇ ਆ ਭਾਅ ਜੀ ਕਿੱਲੇ ਵਾਲਾ ਵੀ ਕਰ ਸਕਦਾ ਜੇ ਕਿਸੇ ਜ਼ਿਮੀਦਾਰ ਕੋਲ 1 ਕਿੱਲਾ ਗਾ ਠੇਕੇ ਦੇ ਬੰਜ 'ਤੇ ਚੜ੍ਹਦਾ ਉਹ ਚੜ੍ਹਨ ਨਾਲੋਂ 1 ਕਿੱਲੇ 'ਚ ਇੰਟਰਕ੍ਰੋਪ ਕਰੇ ਉਹ 45,000 ਤੋਂ ਵੀ ਵੱਧ ਕਮਾਊਗਾ ਚੱਲ ਜੇ 45 ਵੀ ਲਾ ਲਈਏ ਤਾਂ 5.5 ਲੱਖ ਹੋ ਗਿਆ ਸਾਲ ਦਾ 2 ਕਿੱਲਿਆਂ ਦਾ ਹੈ ਨਾ 2 ਕਿੱਲਿਆਂ ਦਾ 5.5 ਲੱਖ ਤਾਂ ਤੁਸੀਂ ਕਿਸੇ ਹਿਸਾਬ ਨਾਲ ਵੀ ਨਹੀਂ ਕੱਢ ਸਕਦੇ ਕਿਸੇ ਹੋਰ ਖੇਤੀ 'ਚ ਸਕਦੇ ਅਤੇ ਨਾ ਤੁਹਾਨੂੰ ਕੋਈ ਪ੍ਰਾਈਵੇਟ ਨੌਕਰੀ 'ਚ ਕੋਈ ਇੰਨੇ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਭਾਅ ਜੀ ਨੌਕਰੀ 8,000 ਹੁਣ ਮੈਂ ਨਰਸਿੰਗ ਕੀਤੀ ਹੋਈ ਆ ਭਾਅ ਜੀ ਗਈ ਹੱਦ 8,000 ਤੋਂ ਸੈਲਰੀ ਸ਼ੁਰੂ ਹੁੰਦੀ ਆ ਹੋਸਪਿਟਲਾਂ 'ਚ ਮੈਕਸੀਮਮ 12-15 ਹਜ਼ਾਰ ਤੱਕ ਐਂਡ ਹੋ ਜਾਂਦਾ ਕੋਈ ਵੱਡਾ ਹੋਸਪਿਟਲ ਹੋਊ ਜਿਹੜੇ 18-20 ਹਜ਼ਾਰ ਦਿੰਦੇ ਹੋਣਗੇ ਨਰਸਿੰਗ ਸਟਾਫ ਨੂੰ ਅਦਰਵਾਈਜ਼ 8-12 ਹਜ਼ਾਰ ਤੱਕ ਆ ਮੈਂ 20 ਦਿਨ ਟ੍ਰੇਨਿੰਗ ਕੀਤੀ ਅਮਰ ਹੋਸਪਿਟਲ 'ਚ ਮੇਰੇ ਲੱਕ 'ਤੇ ਪੈਂਟ ਖੜ੍ਹ ਨੂੰ ਹਟ ਗਈ ਸੀ ਪਰ ਫਿਰ ਸੋਚਿਆ ਵੀ ਯਾਰ ਇੱਥੇ ਨੌਕਰੀ ਕਰਨ ਨਾਲੋਂ ਆਪਾਂ ਆਪਦੇ ਖੇਤ ਚੱਲੀਏ ਸਾਂਭ ਲਾਂਗੇ ਬਹੁਤ ਕੁਛ ਕਰ ਲਾਂਗੇ ਆਪਾਂ ਉਹਦੇ ਨਾਲੋਂ ਹੁਣ ਮੈਂ 100 ਗੁਣਾ ਚੰਗਾ ਅਤੇ ਇਹ ਹਾਲੇ ਤੁਸੀਂ ਮਤਲਬ 8 ਕਿੱਲੇ ਜ਼ਮੀਨ ਆ ਤੁਹਾਡੇ ਕੋਲ ਉਹ 'ਚ ਤੁਸੀਂ 2 ਕਿੱਲਿਆਂ 'ਚ ਹੀ ਸ਼ੁਰੂ ਕੀਤਾ 2 ਕਿੱਲਿਆਂ ਦੇ ਰਕਬੇ 'ਚ ਸ਼ੁਰੂ ਜਦੋਂ ਤੁਸੀਂ 8 ਕਿੱਲਿਆਂ 'ਤੇ ਚਲੇ ਗਏ ਤਾਂ ਤੁਸੀਂ ਮਤਲਬ ਕਿ ਚੰਗੇ ਖਾਸੇ ਬਿਜ਼ਨਸ ਜਿੰਨਾ ਕਮਾ ਸਕਦੇ ਹੋ ਬਿਜ਼ਨਸ ਮਾਡਲ ਬਣਾਉਣਾ ਪੈਣਾ ਭਾਅ ਜੀ ਉਹਦੇ ਲਈ ਇਹ ਨਹੀਂ ਵੀ ਮੈਂ ਰੀਸ ਲਾ ਕੇ ਕਰ ਲਿਆ ਵੀ 8 ਦੇ 8 ਕਿੱਲੇ ਸਬਜ਼ੀ ਬੀਜ ਕੇ ਅਤੇ ਮੈਂ ਦੇਖ ਕੇ ਲੱਗ ਜਾਂ ਲੋਕਾਂ ਨੂੰ ਨਹੀਂ ਉਹਦੇ ਲਈ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਪਲੱਸ ਤੁਹਾਨੂੰ ਮਾਡਲ ਬਣਾਉਣਾ ਪੈਣਾ ਉਹਦੇ ਲਈ ਹਾਂ ਕਿਉਂਕਿ ਰਿਟੇਲ ਤੁਸੀਂ ਕਿੰਨੀ ਰਿਟੇਲ ਤੁਸੀਂ ਇੰਨੀ ਰਿਟੇਲ ਵੀ ਨਹੀਂ ਕਰ ਸਕਦੇ ਬਾਕੀ ਇਹ ਭਾਅ ਜੀ ਹੁਣ 8 ਹੁਣ ਜ਼ਿਮੀਦਾਰਾਂ ਦੀ ਗਲਤੀ ਕੀ ਹੁੰਦੀ ਆ ਵੀ ਭੇਡ ਚਾਲ ਬਹੁਤ ਆ ਜੇ ਮੈਂ ਕਹਿ ਦਾਂ ਵੀ ਯਾਰ ਕੱਦੂ ਲਾ ਦੇ ਉਹਨੇ ਇਹ ਦੇਖਣਾ ਵੀ ਯਾਰ ਇਹਦਾ 1 ਲੱਖ ਦਾ ਕੱਦੂ ਹੋ ਗਿਆ ਅਤੇ ਮੈਂ ਵੀ ਕੱਦੂ 'ਚ ਲਾ ਕੇ 1 ਲੱਖ ਕਮਾ ਲੂੰ ਉਹ ਨਹੀਂ ਕਮਾਇਆ ਜਾਂਦਾ ਹੁੰਦਾ ਉਹਦੇ ਲਈ ਤਜਰਬਾ ਪਹਿਲਾਂ ਤਾਂ ਮੇਨ ਗੱਲ ਤੁਹਾਨੂੰ ਤਜਰਬਾ ਇਹਦੀ ਚਾਹੀਦੀ ਆ ਦੂਜੀ ਗੱਲ ਇੰਟਰਕ੍ਰੋਪ ਜ਼ਰੂਰੀ ਆ ਫਸਲਾਂ ਦੀ ਕੱਦੂ ਐਤਕੀ ਕੱਦੂ ਮੰਦਾ ਗਾ ਕੱਦੂ 3 ਰੁਪਈਏ ਰਹਿ ਗਿਆ ਹੋਰ ਚੀਜ਼ਾਂ ਬਹੁਤ ਐਤਕੀ ਖੀਰਾ 10 ਰੁਪਏ 'ਤੇ ਖੜ੍ਹਾ ਗਾ ਖੀਰੇ ਦੀ ਅਣਕਮ ਸੋਹਣੀ ਆ ਇਹ ਨਹੀਂ ਵੀ ਆਪਾਂ ਜੇ 2 ਕਿੱਲਿਆਂ ਦਾ 2 ਕਿੱਲੇ ਕੱਦੂ ਹੀ ਠੋਕ ਦਿਓ ਲਾ ਕੇ ਅਤੇ ਤੁਸੀਂ ਕੀ ਲਾਇਆ ਹੋਇਆ ਇੱਥੇ ਆਪਣੇ ਕੋਲ ਭਾਅ ਜੀ ਹੈਗੀ ਆ 12-13 ਤਰ੍ਹਾਂ ਦੀ ਸਬਜ਼ੀ ਇੱਧਰ ਆ ਚੱਪਣ ਕੱਦੂ ਆ ਗਿਆ ਉਹ ਫਰਾਸ ਬੀਨ ਆ ਗਈ ਇਹ ਆਪਣੇ ਪੰਜਾਬ 'ਚ ਬਹੁਤ ਘੱਟ ਹੁੰਦੀ ਆ ਇਹ ਮੰਨ ਕੇ ਚੱਲੋ ਵੀ ਮੈਂ ਮੇਰੇ ਜ਼ਿਲ੍ਹੇ 'ਚੋਂ ਮੈਂ ਕਹਿੰਦਾ 1-2 ਕਿਸਾਨ ਹੀ ਹੋਣਗੇ ਆਪਣੇ ਬਰਨਾਲੇ ਜ਼ਿਲ੍ਹੇ 'ਚੋਂ ਜਿਨ੍ਹਾਂ ਦੀ ਲੱਗੀ ਵੀ ਹੋਊਗੀ ਲੋਕਲ ਉਹ ਜੁਗਣੀ ਪੇਠਾ ਆ ਗਿਆ ਭਿੰਡੀਆਂ ਆ ਗਈਆਂ ਉੱਥੇ ਰਾਜਸਥਾਨੀ ਮਤੀਰਾ ਆ ਗਿਆ ਕਰੇਲੇ ਆ ਗਏ ਸ਼ਿਮਲਾ ਮਿਰਚ ਆ ਗਈ ਹਰੀ ਮਿਰਚ ਆ ਗਈ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਤੁਸੀਂ 2-2 ਲਾਈਨਾਂ ਕਰਕੇ ਲਾਈਆਂ ਹੋਈਆਂ ਇੰਟਰਕ੍ਰੋਪ ਕੀਤਾ ਹੋਇਆ ਇੰਟਰਕ੍ਰੋਪ ਕੀਤਾ ਹੋਇਆ ਭਾਅ ਜੀ ਇੰਟਰਕ੍ਰੋਪ ਦਾ ਜ਼ਿਆਦਾ ਫਾਇਦਾ ਕੀ ਹੁੰਦਾ ਮਤਲਬ ਬਿਮਾਰੀ ਘੱਟ ਪੈਂਦੀ ਹੈ ਜਾਂ ਖਾਦ ਦਾ ਕੋਈ ਫਰਕ ਪੈਂਦਾ ਨਹੀਂ ਭਾਅ ਜੀ ਖਾਦ ਤਾਂ ਦੇਖੋ ਉਨੀ ਪੈਣੀ ਆ ਓਕੇ ਜੇ ਮੰਨ ਕੇ ਚੱਲੋ ਆਪਾਂ 1 ਬੋਰੀ ਪਾਉਣੀ ਆ ਤਾਂ 1 ਹੀ ਪੈਣੀ ਆ ਇੰਟਰਕ੍ਰੋਪ ਨਾਲ ਇਹ ਹੋ ਜਾਂਦਾ ਵੀ ਤੁਹਾਡੀਆਂ ਫਸਲਾਂ ਮਲਟੀਪਲਾਈ ਹੋ ਜਾਂਦੀਆਂ ਨੇ ਠੀਕ ਆ ਫਸਲਾਂ ਮਲਟੀਪਲਾਈ ਹੋਣ ਕਰਕੇ ਜੇ ਤੁਹਾਨੂੰ ਮੰਨ ਕੇ ਚੱਲੋ ਵੀ ਹੁਣ ਇਹਦੇ 'ਚ ਮੇਰੀ ਮਿਰਚ ਲੱਗੀ ਹੁੰਦੀ ਕੱਦੂ ਮੰਦਾ ਗਾ ਮੇਰਾ ਮਿਰਚ ਦਾ ਰੇਟ ਚੰਗਾ ਗਾ ਆ ਕਿਉਂਕਿ ਥਾਂ ਤਾਂ ਆਪਾਂ ਛੱਡਣਾ ਹੀ ਆ ਉਹ ਥਾਂ ਛੱਡਣ ਨਾਲੋਂ ਚੰਗਾ ਉਹਨੂੰ ਕਵਰ ਕਰ ਦਿਓ ਆਪਾਂ ਜੇ ਆਪਾਂ ਗਿੱਠ ਦਾ ਥਾਂ ਛੱਡਣਾ ਉਹ 'ਚ ਪਿਆਜ਼ ਲੱਗ ਜੂ ਉਹ 'ਚ ਕਈ ਤਰ੍ਹਾਂ ਦੀਆਂ ਫਸਲਾਂ ਲੱਗ ਜਾਂਦੀਆਂ ਨੇ ਹੁਣ ਭਿੰਡੀ ਬਹੁਤ ਇੰਟਰਕ੍ਰੋਪ ਹੋ ਜਾਂਦੀ ਆ ਫਸਲ 'ਚ ਅੱਛਾ ਪਰ ਆਪਣੇ ਲੋਕ ਕਰਦੇ ਨਹੀਂ ਗੇ ਮਤਲਬ ਇੱਕ ਚੀਜ਼ ਦਾ ਰੇਟ ਡਾਊਨ ਹੈ ਇੱਕ ਦਾ ਆਪਾਂ ਤਾਂ ਐਵਰੇਜ ਹੀ ਬਣੀ ਐਵਰੇਜ ਬਣੀ ਰਹਿੰਦੀ ਆ ਉਹਦੇ ਨਾਲ ਇਹ ਆ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਯਾਰ ਮੈਨੂੰ ਘਾਟਾ ਪੈ ਗਿਆ ਜੇ ਹੁਣ ਮੰਨ ਕੇ ਚੱਲੋ ਆਹ ਚੀਜ਼ 5 ਰੁਪਏ ਵਿਕਦੀ ਆ ਤਾਂ ਉਹ 40 ਵੀ ਵਿਕਦੀ ਆ ਇਹ ਮਤਲਬ ਰਿਟੇਲ ਦੇ ਵਿੱਚ ਤਾਂ ਇਹ ਖਾਸੀ ਇੰਪੋਰਟੈਂਟ ਚੀਜ਼ ਹੁੰਦੀ ਖਾਸੀ ਕਿਉਂਕਿ ਆਪਾਂ ਜਿਹੜੇ ਰੇਹੜੀਆਂ ਵਾਲੇ ਦੇਖਦੇ ਹਾਂ ਉਹ ਆਪ ਪੈਦਾ ਨਹੀਂ ਕਰਦੇ ਮੰਡੀ 'ਚੋਂ ਖਰੀਦ ਕੇ ਵੀ ਉਹ 1500 ਕਮਾ ਲੈਂਦੇ 1500 ਕਮਾ ਲੈਂਦੇ ਬਸ ਉਹਨਾਂ ਨੂੰ ਇਹ ਆਪਾਂ ਜੀ ਵੀ ਉਹਨਾਂ ਕੋਲੇ ਸੰਗ ਨਹੀਂ ਹੈਗੀ ਆਪਣੇ ਧੌਣਾ 'ਚ ਕਿੱਲੇ ਆ ਜੱਟ ਪੁਣੇ ਵਾਲੇ ਫੁਕਰ ਪੁਣਾ ਵੱਧਦਾ ਆਪਣੇ ਲੋਕਾਂ 'ਚ ਰੀਸ ਵੱਧਦਾ ਜੇ ਇੱਕ ਨੇ 15 ਲੱਖ ਦਾ ਟਰੈਕਟਰ ਲਿਆਂਦਾ ਤਾਂ ਦੂਜੇ ਨੇ ਕਹਿਣਾ ਵੀ ਮੈਂ ਵੀ ਲੈ ਕੇ ਆਉਣਾ ਉਹ ਉਦੋਂ ਵੱਡਾ ਲਿਆਊ 18 ਲੱਖ ਵਾਲਾ ਲਿਆਊ ਉਹ 12 ਲੱਖ ਵਾਲਾ ਨਹੀਂ ਲੈ ਕੇ ਆਉਂਦਾ ਹਾਂ ਮਤਲਬ ਖੇਤ 'ਚ ਚਾਹੇ ਲੋੜ 35-11 ਦੀ ਲੋੜ 35-11 ਦੀ ਆ ਹੈ ਨਾ ਮਤਲਬ ਮੈਨੂੰ ਲੱਗਦਾ ਵੀ 10 ਕਿੱਲੇ ਤਾਂ 35-11 ਹੀ ਸਾਂਭ ਲਊਗਾ
ਚਲੋ 35 ਗਰਾਂ ਦਾ ਭਾਜੀ ਆਪਾਂ ਕਹਿ ਸਕਦੇ ਹਾਂ ਵੀ ਹੁਣ ਤਕਨੀਕੀ ਯੁੱਗ ਆ ਗਿਆ ਹਨਾ, ਵੀ ਸੰਦ ਬੱਚੇ ਆ ਗਏ, ਇਹ ਚੀਜ਼ਾਂ ਹੋ ਗਈਆਂ। ਫੋਰ ਐਗਜ਼ਾਮਪਲ ਮਤਲਬ ਛੋਟੀ ਪਾਵਰ ਵਾਲਾ, ਵੀ ਛੋਟੀ ਪਾਵਰ ਵਾਲਾ ਟਰੈਕਟਰ, ਖਰਚੇ ਘਟਾਉਣ ਦੀ ਖਾਤਰ ਗੱਲ ਕਰਦੇ ਹਾਂ ਭਾਜੀ, ਵੀ ਆਮਦਨ ਕਿਸਾਨ ਸਰਵਾਈਵ ਵੀ ਉਦੋਂ ਕਰੂ ਜਦੋਂ ਆਪਦੇ ਖਰਚੇ ਘਟਾਊਗਾ। ਖਰਚੇ ਘਟਾਊਗਾ ਤੇ ਇਹ ਨਹੀਂ ਹੈਗਾ ਵੀ ਮੇਰੀ ਆਮਦਨ, ਵੀ ਜੇ ਹੁਣ ਜੇ ਮੰਨ ਕੇ ਚੱਲੋ ਵੀ ਮੈਂ 2000 ਰੁਪਇਆ ਕਮਾਉਂਦਾ ਤਾਂ 2000 ਰੁਪਇਆ ਮੇਰਾ ਖਰਚਾ ਦਿਹਾੜੀ ਦਾ ਕਰੀ ਜਾਂਦਾ ਮੈਂ, ਉਹ 'ਚ ਨਹੀਂ ਬਚਤ ਹੈਗੀ। ਜੇ ਮੈਨੂੰ ਇਹ ਸੋਚਣਾ ਪੈਣਾ ਵੀ 2000 ਰੁਪਇਆ ਜੇ ਮੈਂ ਕਮਾਉਂਦਾ ਤਾਂ ਮੈਂ 200 ਹੀ ਖਰਚਾ ਉਹਦੇ 'ਚੋਂ, ਫਿਰ ਮੈਨੂੰ ਬਚਤ ਆ। ਜੇ ਮੈਂ ਕਹਾਂ ਵੀ 2000 ਵੱਟ ਲਿਆ, ਅੱਜ ਮੈਂ ਬੂਟ ਲਿਆਵਾਂ, ਅੱਜ ਮੈਂ ਕੱਪੜੇ ਲਿਆਵਾਂ, ਉਵੇਂ ਬਚਤ ਨਹੀਂ ਹੁੰਦੀ। ਅਤੇ ਇਹ ਚੀਜ਼ ਮੈਂ ਤੁਹਾਨੂੰ ਪੁੱਛਣ ਹੀ ਲੱਗਿਆ ਸੀਗਾ, ਤੁਸੀਂ ਆਪ ਹੀ ਦੱਸਤੀ ਵੀ ਇਹ ਅਕਸਰ ਹੀ ਇਹ ਹੁੰਦਾ, ਚਲੋ ਬਾਕੀ ਚੀਜ਼ਾਂ ਤਾਂ ਆਪਾਂ ਕਰ ਲੈਂਦੇ ਹਾਂ, ਹਾਲਾਂਕਿ ਮੈਨੂੰ ਤੁਹਾਡੀ ਗੱਲ ਨਾਲ ਮੈਂ ਸਹਿਮਤ ਹੀ ਹਾਂ ਵੀ ਉੱਧਰਲੀ ਜ਼ਿੰਦਗੀ ਨਾਲੋਂ ਆਹ ਜ਼ਿਆਦਾ ਵਧੀਆ, ਇਹ ਸੌਖੀ ਹੈ ਜ਼ਿੰਦਗੀ। ਪਰ ਇਹ ਹੈ ਵੀ ਜਿਵੇਂ ਤੁਹਾਡੇ ਨਾਲ ਦੇ ਮੁੰਡੇ ਕੁੜੀਆਂ, ਤੁਹਾਡੀ ਸਿਸਟਰ ਵੀ ਬਾਹਰ ਗਈ ਹੋਈ, ਹਾਂਜੀ ਹਾਂ, ਅਤੇ ਉਹ ਜਦੋਂ ਫੋਟੋਆਂ ਪਾਉਂਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਨਾਲ, ਉਦੋਂ ਨਹੀਂ ਐਂ ਜੇ ਹੁੰਦਾ ਵੀ ਯਾਰ ਆਹ ਬਾਕੀ ਤਾਂ ਠੀਕ ਹੈ ਵੀ ਆਹ ਨਹੀਂ ਸਹੂਲਤਾਂ ਲੈ ਸਕਦੇ। ਨਹੀਂ ਸਹੂਲਤਾਂ ਭਾਅ ਜੀ ਇਹ ਆ ਵੀ ਲੈ ਸਕਦੇ ਹਾਂ, ਇੱਥੇ ਕਮਾਈ ਕਰਾਂਗੇ ਆਪਾਂ, ਸਹੂਲਤਾਂ ਲੈ ਲਾਂਗੇ, ਪਰ ਉਹ ਆਪਾਂ ਨੂੰ ਹਜੇ ਲੋੜ ਨਹੀਂ ਹੈਗੀ। ਹੁਣ ਗੱਡੀ ਮੇਰੇ ਕੋਲ ਹੈਗੀ ਆ, ਮੈਂ ਉਹ ਤੋਂ ਗੱਡੀ ਤੋਂ ਆਉਣ ਜਾਣ ਦਾ ਕੰਮ ਵੀ ਲੈਂਦਾ, ਅਤੇ ਉਹਦੇ 'ਚੋਂ ਮੈਂ ਉਹਦੇ 'ਚ ਸਬਜ਼ੀ ਵੀ ਵੇਚਦਾ, ਉਹਦੇ 'ਚ ਮੈਂ ਮੰਡੀ 'ਚ ਵੀ ਸਬਜ਼ੀ ਲੈ ਕੇ ਜਾਂਦਾ। ਇਹ ਵੀ ਆਪਾਂ ਨੂੰ ਫਾਇਦੇਮੰਦ ਤਾਂ ਫਿਰ ਫਾਇਦੇਮੰਦ ਤਾਂ ਹੈਗੀ ਆ। ਹੁਣ ਮੈਂ ਗੱਡੀ 'ਤੇ 20 ਲੱਖ ਲਾ ਦੂੰਗਾ, ਉਹਦੀ ਐਵਰੇਜ 8 ਦੀ ਹੋਣੀ ਆ, ਮੈਂ ਰੈਕੋਰਡ ਤੱਕ ਨਹੀਂ ਸਬਜ਼ੀ ਵੇਚਣ ਜਾ ਸਕਦਾ। ਅਤੇ ਇਹ ਠੀਕ ਆ, ਮਤਲਬ ਜਿਹੜੀ ਚੀਜ਼ ਤੁਹਾਨੂੰ ਵੱਧ ਕੰਮ ਦਿੰਦੀ ਹੈ, ਮਲਟੀਪਰਪਜ਼ ਹੈਗੀ ਤਾਂ ਉਹੀ ਤੁਹਾਡੇ ਲਈ ਮਰਸਡੀਜ਼ ਆ ਨਾ। ਹਾਂਜੀ ਹਾਂ, ਅਤੇ ਉੱਦਾਂ ਤੁਸੀਂ ਮਹਿੰਗੀ ਗੱਡੀ ਲਿਆ ਕੇ ਖੜਾ ਲਓ, ਉਹਦਾ ਫਾਇਦਾ ਹੈ ਨਹੀਂ ਕੋਈ ਭਾਅ ਜੀ। ਅਤੇ ਇਹ ਜਿਹੜਾ ਤੁਹਾਡਾ ਮਾਡਲ ਆ, ਤੁਸੀਂ ਡਿਜੀਟਲ ਕਰਨ ਜਾ ਰਹੇ ਹੋ ਇਹਨੂੰ, ਅਤੇ ਇਹਦੇ 'ਚ ਜਿਵੇਂ ਤੁਸੀਂ ਆਪ ਹੀ ਕਹਿੰਦੇ ਹੋ ਹਨਾ ਵੀ ਇਹਨੂੰ ਆਪਾਂ ਰਿਟੇਲ ਬਹੁਤ ਹੀ ਨਹੀਂ ਕਰ ਸਕਦੇ, ਵੀ ਸਾਰੀ ਮੈਂ ਸਬਜ਼ੀ ਨਹੀਂ ਲਾਊਂਗਾ 8 ਕਿੱਲਿਆਂ 'ਚ। ਹਾਂਜੀ ਹਾਂ, ਨਹੀਂ ਰਿਟੇਲ ਭਾਅ ਜੀ ਇਹ ਵੀ ਜਦੋਂ ਤੁਹਾਡੀ ਮਾਰਕੀਟ ਬਣ ਜਾਂਦੀ ਆ ਨਾ, ਉਦੋਂ ਰਕਬਾ ਵਧਾ ਵੀ ਸਕਦੇ ਹਾਂ। ਹੁਣ ਜਿੱਦਾਂ ਸ਼ਨੀਵਾਰ ਨੂੰ ਮੰਡੀ ਲੱਗੀ ਸੀ ਬੱਸੀਆਂ, ਤਕਰੀਬਨ ਉੱਥੋਂ 15 ਤੋਂ 20 ਕਿਸਾਨ ਮੇਰਾ ਨੰਬਰ ਲੈ ਕੇ ਗਏ, ਵੀ ਉਹਨਾਂ ਦੇ ਪ੍ਰਧਾਨ ਦੀ ਇਹ ਅਨਾਊਂਸਮੈਂਟ ਸੀ ਵੀ ਤੂੰ ਸਾਡੇ ਪਿੰਡ ਆ ਕੇ ਸਬਜ਼ੀ ਵੇਚਣ ਆਇਆ ਕਰ, ਤੇਰੀ ਅਨਾਊਂਸਮੈਂਟ ਹੋਊ ਸਾਡੇ ਪਿੰਡ, ਮਾਰਕੀਟ ਬਣਾਉਣੀ ਪੈਂਦੀ ਆ। ਹੋ ਸਕਦਾ ਪਰਮਾਤਮਾ ਮਿਹਰ ਕਰੇ ਮਾਰਕੀਟ ਇੰਨੀ ਬਣ ਜਾਵੇ, ਮੈਨੂੰ 10-15 ਕਿੱਲੇ ਠੇਕੇ 'ਤੇ ਵੀ ਲੈਣੇ ਪੈਣ। ਹਿੰਮਤ ਆ, ਇਹ ਆਪਦੀ ਖੁਦ ਦੀ ਹਿੰਮਤ ਆ। ਹਾਂ ਮਤਲਬ ਤੁਹਾਨੂੰ ਉਡੀਕਣ ਲੱਗ ਜਾਂਦੇ ਆ ਗਾਹਕ ਫਿਰ, ਹੈ ਨਾ। ਹਾਂਜੀ ਹਾਂ, ਪਰ ਜਿਹੜਾ ਤੁਸੀਂ ਹੋਰ ਇਹਦੇ 'ਚ ਐਡ ਔਨ ਕਰਨਾ ਚਾਹੁੰਦੇ ਹੋ, ਜਦੋਂ ਤੁਸੀਂ ਵੈਬਸਾਈਟ ਬਣਾਓਗੇ ਉੱਤੇ ਤੁਸੀਂ ਇਕੱਲੀਆਂ 10 ਸਬਜ਼ੀਆਂ ਤਾਂ ਪਾਓਗੇ ਨਹੀਂ? ਨਹੀਂ, ਇਹ 'ਚ ਮਲਟੀਪਲ ਕਰ ਦਾਂਗੇ ਭਾਅ ਜੀ। ਹੁਣ ਉੱਧਰ ਅਸੀਂ ਬਾਗ ਵੀ ਲਾ ਰਹੇ ਹਾਂ, ਅੱਗੇ ਬਾਗਬਾਨੀ ਦਾ ਜਾ ਕੇ ਆਉਣਾ, ਮੈਪ ਤਿਆਰ ਕਰਾ ਕੇ ਉਹ 'ਚ ਫਰੂਟ ਵੀ ਲਾਵਾਂਗੇ 10-12 ਤਰ੍ਹਾਂ ਦਾ, ਕਿਉਂਕਿ ਹੁਣ ਜਦੋਂ ਵੇਚਣੀ ਲੱਗ ਗਏ ਭਾਅ ਜੀ ਫਿਰ ਸਾਰਾ ਕੁਛ ਹੀ ਕਰਾਂਗੇ। ਲੋਕਾਂ ਨੂੰ ਜ਼ਰੂਰਤ ਫਰੂਟ ਦੀ ਵੀ ਹੈ ਨਾ, ਇਕੱਲੀਆਂ ਸਬਜ਼ੀਆਂ ਦੀ ਨਹੀਂ ਹੈਗੀ। ਫਰੂਟ ਵੀ ਲੋਕ ਮੁੱਲ ਲੈ ਕੇ ਖਾਂਦੇ ਆ, ਉਹ ਵੀ ਮਸਾਲਿਆਂ ਵਾਲਾ ਜ਼ਹਿਰਾਂ ਵਾਲਾ ਖਾਂਦੇ ਆ। ਇਹਦੇ ਨਾਲ ਇਹ ਆ ਵੀ ਆਪਾਂ ਖੁਦ ਰਿਟੇਲ ਕਰਦੇ ਹਾਂ, ਜਦੋਂ ਫਰੂਟ ਵੀ ਲਾ ਦਾਂਗੇ 2-4 ਕਨਾਲਾਂ 'ਚ ਤਾਂ ਉਹਦੀ ਵੀ ਸੇਲ ਹੋਊਗੀ ਆਪਾਂ। ਅਤੇ ਇਹ ਜਿਹੜੀ ਤੁਸੀਂ ਚੀਜ਼ ਲਿਖ ਕੇ ਲਾਈ ਹੋਈ ਆ, ਜਿਹੜੀ ਜਿਹਨੇ ਮਤਲਬ ਮੈਨੂੰ ਵੀ ਖਿੱਚਿਆ ਇਸ ਗੱਲ ਵੱਲ ਵੀ ਬੰਦਾ ਲਿਖ ਕੇ ਵੇਚ ਰਿਹਾ ਵੀ ਮੈਂ ਸਪਰੇਅ ਤਾਂ ਕਰਦਾ ਪਰ ਘੱਟ ਕਰਦਾ, ਅਤੇ ਕਸਟਮਰ ਦਾ ਰਵੱਈਆ ਕਿਹੋ ਜਿਹਾ ਹੁੰਦਾ? ਰਵੱਈਆ ਕਸਟਮਰ ਭਾਅ ਜੀ ਜਿਹੜੇ ਤਾਂ ਸਮਝਦਾਰ ਆ, ਉਹ ਤਾਂ ਕਹਿੰਦੇ ਆ ਵੀ ਹਾਂ ਸ਼ਾਬਾਸ਼, ਇਹ ਵੀ ਪੱਕੇ ਗਾਹਕ ਲੱਗੇ ਨੇ, ਵੀ ਹਾਂ ਉਹ ਸਾਨੂੰ ਪਤਾ ਵੀ ਤੇਰੇ 'ਤੇ ਯਕੀਨ ਆ ਵੀ ਘੱਟ ਰਹੇ ਸਪਰੇਅ ਵਾਲੀਆਂ ਦੇ ਜਾ। ਅਤੇ ਹੁਣ ਜਿਹਨੇ ਰੁਪਇਆ ਪਰਖਣਾ ਗਾ ਉਹਨੂੰ ਤਾਂ ਆਪਾਂ ਕਹੀ ਕੀ ਸਕਦੇ ਹਾਂ, ਵੀ ਬੋਲ ਦਿੰਦੇ ਆ। ਹੁਣ ਲੋਕ ਇੱਥੇ ਪਿੰਡ ਵੀ ਸਬਜ਼ੀ ਲੈਣ ਆਉਂਦੇ ਆ, ਖੁਦ ਲੈਣ ਆਉਂਦੇ ਆ ਆਸੇ ਪਾਸੇ ਦੇ ਪਿੰਡਾਂ ਦੇ, ਜਿਹਨਾਂ ਨੂੰ ਪਤਾ ਵੀ ਯਾਰ ਇਹ ਘੱਟ ਕਰਦਾ ਗਾ ਰੇਹ ਸਪਰੇਅ ਜਾਂ ਚੰਗੀ ਚੀਜ਼ ਹੁੰਦੀ ਆ ਤਾਜ਼ੀ ਤੜਾ ਕੇ ਲੈ ਕੇ ਜਾਂਦਾ ਕੋਲੇ ਖੜ ਕੇ, ਉਹ ਵੀ ਆਉਂਦੇ ਨੇ ਖੇਤ ਇੱਥੇ। ਅੱਛਾ, ਘੱਟ ਦਾ ਨਾ ਜਿਵੇਂ ਆਪਾਂ ਕਹਿੰਦੇ ਹਾਂ ਘੱਟ, ਹੈ ਨਾ, ਘੱਟ ਦੀ ਵੀ ਇੱਕ ਸੀਮਾ ਹੁੰਦੀ ਹੈ ਨਾ। ਜਿਵੇਂ ਆਪਾਂ ਜੇ ਉਦਾਹਰਨ ਦੇ ਤੌਰ 'ਤੇ ਦੱਸਣਾ ਹੋਵੇ, ਜਿਵੇਂ ਮੈਂ ਇੱਕ ਕਿਸਾਨ ਨੇ ਮੈਨੂੰ ਦੱਸਿਆ ਅਤੇ ਮੈਂ ਹੈਰਾਨ ਰਹਿ ਗਿਆ, ਉਹ ਕਹਿੰਦਾ ਵੀ 17 ਗੱਟੇ ਯੂਰੀਏ ਦੇ ਪੈਂਦੇ ਨੇ ਗੋਭੀ 'ਚ, ਜਿਹੜੇ ਕਮਰਸ਼ੀਅਲੀ ਕਰਦੇ ਨੇ, ਅਤੇ ਤੁਸੀਂ ਕਿੰਨੇ ਪਾਉਂਦੇ ਹੋ? ਅਸੀਂ ਭਾਅ ਜੀ ਪਹਿਲੀ ਗੱਲ ਤਾਂ ਮੈਂ ਉਹ ਚੀਜ਼ ਨਹੀਂ ਲਾਉਂਦਾ ਜਿਹੜੀ ਜ਼ਿਆਦਾ, ਹੁਣ ਜਿੱਦਾਂ ਬੈਂਗਣੀ 'ਤੇ ਸਪਰੇਅ ਹੁੰਦੀ ਆ, ਵਾਲੀ ਹੁੰਦੀ ਆ, ਆਪਾਂ ਲਾਉਂਦੀ ਨਹੀਂ ਉਹ ਚੀਜ਼ ਨੂੰ। ਬਾਕੀ ਇਹ ਆ ਕਿਸਾਨਾਂ ਨੂੰ ਵੀ ਉਹ ਚੀਜ਼ ਨੂੰ ਭਾਅ ਜੀ ਸਮਝਦੇ ਨਹੀਂ ਲੋਕ, ਵੀ ਧਰਤੀ ਦੀ ਪਹਿਲਾਂ ਤਾਂ ਆਪਾਂ ਮਾਤਰਾ ਦੇਖੋ ਵੀ ਇਹਨੂੰ ਨਾਈਟ੍ਰੋਜਨ ਦੀ ਕਿੰਨੀ ਮਾਤਰਾ, ਪੋਟਾਸ਼ੀਅਮ ਦੀ ਕਿੰਨੀ ਮਾਤਰਾ, ਕੈਲਸ਼ੀਅਮ ਦੀ ਕਿੰਨੀ ਮਾਤਰਾ। ਜਦੋਂ ਇਹ ਲੋਕ ਚੀਜ਼ਾਂ ਸੋਚਦੇ ਨਹੀਂ ਨਾ, ਆਪਦੇ ਬੈਣੀ ਫਿੱਟ ਲਈ ਤਾਂ ਲੋਕ ਧੋ ਵੀ ਦਿੰਦੇ ਆ ਯੂਰੀਏ ਨਾਲ। ਅੱਛਾ, ਜਿਹੜੀ ਆਪਣੇ ਲੋਕ ਹੁੱਬ ਕੇ ਖਾਂਦੇ ਨਾ ਵੀ ਚਿੱਟੀ ਗੋਭੀ ਆ ਗਈ, ਉਹ ਐਂ ਨਹੀਂ ਪਤਾ ਵੀ ਧੋਤੀ ਕਾਹਦੇ ਨਾਲ ਹੁੰਦੀ ਆ, ਵੀ ਸਰਫ ਨਾਲ ਪਾਣੀ 'ਚ ਡੁਬੋ ਕੇ ਕੱਢੀ ਹੁੰਦੀ ਆ, ਕਿਵੇਂ ਸਰਫ ਦੀ ਸਪਰੇਅ ਵੱਜੀ ਹੁੰਦੀ ਆ। ਬਹੁਤ ਕਿਸਾਨ ਵੀਰ ਗੁੱਸਾ ਕਰਨਗੇ ਮੇਰੀ ਗੱਲ ਦਾ, ਪਰ ਇਹ ਆ ਵੀ ਮੈਨੂੰ ਇਹ ਚੀਜ਼ਾਂ ਦਾ ਪਤਾ ਵੀ ਕੀ ਕੁਛ ਹੁੰਦਾ ਗਾ। ਹੁਣ ਖੀਰਾ ਆਪਣੇ ਲੋਕ ਹੁੱਬ ਕੇ ਖਾਂਦੇ ਆ, ਗਰਮੀਆਂ 'ਚ ਸਭ ਤੋਂ ਵੱਧ ਖਾਣ ਵਾਲੀ ਚੀਜ਼ ਖੀਰਾ, 1 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਤੱਕ ਖੀਰਾ ਖਾਂਦੇ ਆ। ਜਿਹੜਾ ਸੀਜ਼ਨੇਬਲ ਖੀਰਾ ਹੁੰਦਾ, ਮੈਂ ਸ਼ਰਤ ਲਾ ਕੇ ਕਹਿੰਦਾ ਹਰ ਇੱਕ 'ਚ 13-15 ਗੱਟੇ ਯੂਰੀਏ ਦੇ ਹੁੰਦੇ ਆ 1 ਏਕੜ 'ਚ। ਇਹਦਾ ਮਤਲਬ ਚਮਚੇ ਨਾਲ ਜ਼ਹਿਰ ਖਵਾਉਣ ਵਾਲੀ ਗੱਲ, ਚਮਚੇ ਨਾਲ ਜ਼ਹਿਰ ਖਵਾਉਣ ਵਾਲੀ ਗੱਲ ਆ, ਅਤੇ ਲੋਕ ਖਾ ਕੇ ਵੀ ਰਾਜ਼ੀ।
लोग जो सस्ती चीज़ नूं भज्जणगे भी सानू आ हो जे आ ना हो जे उदों फिर जरें मिलदियां ने ते जिहड़े दो चार लोग चाहुंदे हुंदे ने उहनां नूं मिलदी नहीं उहनां नूं मिलदी क्योंकि तुहाडे वर्गा किसान हरेक पिंड च नहीं ना हुंदा ਜਾਂ ਹਰੇਕ ਮੰਡੀ 'ਚ ਨਹੀਂ ਹੁੰਦਾ ਜਿਹੜਾ ਇਮਾਨਦਾਰੀ ਦੱਸ ਕੇ ਵੇਚੇ ਨਹੀਂ ਮੈਂ ਭਾਅ ਜੀ ਆਪਾਂ ਤਾਂ ਦੱਸ ਮੈਂ ਤਾਂ ਜੇ ਮੈਨੂੰ ਕੋਈ ਪੁੱਛ ਵੀ ਲਵੇ ਵੀ ਤੂੰ ਕਿਹੜੀ ਸਪਰੇਅ ਕੀਤੀ ਸੀ ਮੈਂ ਉਹਨੂੰ ਦੱਸ ਦੇਣਾ ਵੀ ਯਾਰ ਇੰਨੇ ਕੁ ਦਿਨ ਹੋ ਗਏ ਆਹ ਮਾਰੀ ਸੀ ਅਤੇ ਯੂਰੀਆ ਤੁਸੀਂ ਕਿੰਨਾ ਪਾਉਂਦੇ ਹੋ ਯੂਰੀਆ ਭਾਅ ਜੀ ਇਹ ਮੰਨ ਕੇ ਚੱਲੋ ਵੀ ਗਈ ਹੱਦ ਦੋ ਗੱਟੇ ਪਾ ਦਾਂਗੇ ਅਸੀਂ ਉਦੋਂ ਵੱਧ ਨਹੀਂ ਉਹ ਵੀ ਜਦੋਂ ਐਂ ਲੱਗੇ ਵੀ ਯਾਰ ਅਣਸਰਦੇ ਨੂੰ ਵੀ ਹੁਣ ਇਹਨੂੰ ਨਾਈਟ੍ਰੋਜਨ ਦੀ ਜ਼ਰੂਰਤ ਆ ਉਹ ਵੀ ਮੈਂ ਕੋਈ ਦੇਖਦਾ ਹੁਣ ਤਰੀਕਾ ਵੀ ਨਾਈਟ੍ਰੋਜਨ ਯੂਰੀਆ ਦੀ ਥਾਂ 'ਤੇ ਨਾਈਟ੍ਰੋਜਨ ਫਿਕਸਰ ਪਹਿਲਾਂ ਉਹ ਕਰੀਏ ਕਿਉਂਕਿ ਹੁਣ ਜਿੱਦਾਂ ਜਿਵੇਂ ਇਹਦੇ 'ਚ ਐਂਟਰ ਹੋਈ ਜਾਂਦੇ ਹਾਂ ਉਵੇਂ ਉਵੇਂ ਐਕਸਪੀਰੀਅੰਸ ਵਧੀ ਜਾਂਦਾ ਲੋਕਾਂ ਨਾਲ ਟੱਚ ਵਧੀ ਜਾਂਦਾ ਬਹੁਤ ਕਿਸਾਨ ਨੇ ਆਪਣੇ ਜਿਹੜੇ ਔਰਗੈਨਿਕ ਕਰਦੇ ਨੇ ਉਹਨਾਂ ਨਾਲ ਟੱਚ ਵੱਧਦਾ ਉਹ ਦੱਸਦੇ ਆ ਵੀ ਇਹਨੂੰ ਐਂ ਨਹੀਂ ਐਂ ਕਰ ਲਾ ਉਹ ਫਿਰ ਹੌਲੀ ਹੌਲੀ ਐਕਸਪੀਰੀਅੰਸ ਦੇ ਤੌਰ 'ਤੇ ਆਪਾਂ ਉਹ ਵੀ ਘਟਾ ਦੇਣਾ ਗਾ ਮਤਲਬ ਤੁਸੀਂ ਔਰਗੈਨਿਕ ਵਾਲੇ ਪਾਸੇ ਨੂੰ ਵੱਧ ਰਹੇ ਹੋ ਹਾਂਜੀ ਹਾਂ ਔਰਗੈਨਿਕ ਭਾਅ ਜੀ ਝਾੜਦਾ ਨਹੀਂ ਨਾ ਫਰਕ ਪੈਂਦਾ ਔਰਗੈਨਿਕ ਤਾਂ ਆਪਣੇ ਲੋਕਾਂ 'ਚ ਇੱਕ ਵਹਿਮ ਆ ਜਿਹੜੀ ਫਸਲ ਦਾ ਝਾੜਦਾ ਫਰਕ ਪੈਂਦਾ ਹੁਣ ਸਬਜ਼ੀ ਹੈ ਸਬਜ਼ੀ ਦਾ ਬੀਜ ਕਿੱਥੇ ਮਰਜ਼ੀ ਘਰੇ ਛੱਡ ਦਿਉ ਆਪਾਂ ਉੱਥੇ ਵੀ ਹਰਾ ਹੋ ਜਾਂਦਾ ਉਹਨੇ ਉਨਾ ਹੀ ਵੇਲ ਨੂੰ ਫਲ ਦੇਣਾ ਬਸ ਇਹ ਆ ਵੀ ਉਹਨੂੰ ਬਿਮਾਰੀਆਂ ਨੂੰ ਬਚਾਉਣ ਦੀ ਖਾਤਰ ਜਿਹੜੇ ਤਰੀਕੇ ਆ ਉਹ ਆਪਾਂ ਔਰਗੈਨਿਕ ਕਰ ਲਾਂਗੇ ਫਲ ਤਾਂ ਉਹਨੇ ਆਪਦੀ ਮਰਜ਼ੀ ਨਾਲ ਦੇਣਾ ਮਤਲਬ ਤੁਸੀਂ ਹਾਲੇ ਸਿੱਖ ਰਹੇ ਹੋ ਸਿੱਖ ਰਹੇ ਹਾਂ ਭਾਜੀ ਫਲ ਤਾਂ ਬਾਕੀ ਕੁਦਰਤ ਦੇ ਸਿਰ 'ਤੇ ਵੀ ਆ ਭਾਜੀ ਹੁਣ 3 ਦਿਨ ਹਨੇਰੀ ਚੱਲ ਗਈ ਫਲ ਚੱਕੇ ਨਹੀਂ ਗਾ ਉਹ ਤਾਂ ਕੈਮੀਕਲ ਵਾਲੀ ਦਾ ਵੀ ਹੋ ਸਕਦਾ ਉਹਦਾ ਕੋਈ ਵੀ ਚਾਹੇ ਹੁਣ ਮੇਰੇ ਭਾਜੀ ਖੀਰਾ ਲੱਗਿਆ ਸੀ ਅੱਗੇ ਮੇਰਾ ਐਂ ਮੰਨ ਕੇ ਚੱਲੋ ਵੀ ਮੈਂ ਨਵੰਬਰ ਲਾਸਟ 'ਚ ਖੀਰਾ ਲਾਉਂਦਾ ਜੂਨ ਤੱਕ ਮੇਰਾ ਖੀਰਾ ਚੱਲਦਾ ਲੋਅ ਟਨਲ ਕਰਕੇ ਠੀਕ ਆ ਉਹ ਅਪ੍ਰੈਲ 'ਚ ਹੀ ਖਤਮ ਹੋ ਗਿਆ ਉਹ ਕੁਦਰਤ ਦੀ ਮਾਰ ਪੈ ਗਈ ਹੁਣ ਉੱਥੇ ਕੈਮੀਕਲ ਵੀ ਕੀ ਕਰਦਾ ਕੁਦਰਤ ਅੱਗੇ ਕਿਸੇ ਦਾ ਬਸ ਨਹੀਂ ਨਾ ਕੁਦਰਤ ਨਾਲ ਆਪਾਂ ਜਦੋਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਵੀ ਕਰੂਗੀ ਆਪਣੇ ਨਾਲ ਬਿਲਕੁਲ ਕਰੂਗੀ ਅਤੇ ਇਹ ਤੁਹਾਡਾ ਹੈਗਾ ਮਿਰਚਾਂ ਵਾਲਾ ਖੇਤ ਹੈ ਨਾ ਹਾਂਜੀ ਇਹ ਐਂਟਰ ਕਰੋਪ ਸੀ ਭਾਅ ਜੀ ਇਹ 'ਚ ਖੀਰਾ ਸੀਗਾ ਸਾਰੇ 'ਚ ਉੱਧਰ ਫਿਰ ਇਹ 'ਚ ਐਂਟਰ ਕਰੋਪ ਕਰਤੀ ਸੀ ਸ਼ਿਮਲਾ ਮਿਰਚ ਅਤੇ ਹਰੀ ਮਿਰਚ ਅਤੇ ਪਰਲੇ ਪਾਸੇ ਕੱਦੂ ਆ ਪਰਲੇ ਪਾਸੇ ਕੱਦੂ ਆ ਗਿਆ ਜੀ ਅਤੇ ਇਹ ਜਿਹੜਾ ਤੁਸੀਂ ਹੁਣ ਕਰਦੇ ਹੋ ਹੈ ਨਾ ਕਦੇ ਰਿਸ਼ਤੇਦਾਰ ਨੇ ਜਾਂ ਘਰਦਿਆਂ ਨੇ ਨਹੀਂ ਕਿਹਾ ਵੀ ਤੈਨੂੰ ਅਸੀਂ ਬਾਹਰ ਭੇਜਦੇ ਸੀ ਅਤੇ ਤੂੰ ਕੀ ਕੰਮਾਂ 'ਚ ਪੈ ਗਿਆ ਨਹੀਂ ਕਰਦੇ ਤਾਂ ਹੁਣ ਵੀ ਕਹਿ ਦਿੰਦੇ ਆ ਵੀ ਕਾਹਨੂੰ ਟੱਕਰਾਂ ਮਾਰਦਾ ਤੂੰ ਬਾਹਰ ਜਾ ਫੜਾ ਪਰ ਨਹੀਂ ਮਨ ਨਹੀਂ ਮੰਨਦਾ ਵੀ ਨਹੀਂ ਯਾਰ ਇੱਥੇ ਕੁਛ ਨਾ ਕੁਛ ਕਰ ਲਾਂਗੇ ਆਪਾਂ ਦੇਖ ਕੇ ਹੋਰ ਇੱਕ ਦੋ ਨੂੰ ਸੇਧ ਮਿਲਦੀ ਆ ਦਲ ਵੀ ਖੁਸ਼ ਹੁੰਦਾ ਵੀ ਨਹੀਂ ਯਾਰ ਵੀ ਚੱਲ ਆਪਣੇ ਮਗਰ ਲੋਕ ਲੱਗਦੇ ਵੀ ਆ ਹਨਾ ਹੁਣ ਜਿਹਨੇ ਕਰਨਾ ਨਹੀਂ ਭਾਅ ਜੀ ਉਹਨੇ ਕਨੇਡਾ 'ਚ ਵੀ ਨਹੀਂ ਕਰਨਾ ਕੁਛ ਬਹੁਤ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਇੱਧਰੋਂ ਪੈਸੇ ਮੰਗਾ ਮੰਗਾ ਹਜੇ ਵੀ ਖਾਈ ਜਾਂਦਾ ਅਤੇ ਦੋ ਦੋ ਸਾਲ ਹੋ ਗਏ ਤਾਂ 3 ਸਾਲ ਉੱਧਰ ਉਹਨਾਂ ਦਾ ਕੀ ਕਰਾਂਗੇ ਹੁਣ ਉਹਨਾਂ ਨੂੰ ਕਿਹੜਾ ਕਨੇਡਾ ਨੇ ਡਾਲਰਾਂ ਨਾਲ ਬੈਗ ਭਰ ਕੇ ਤੌਰ 'ਤੇ ਉੱਧਰੋਂ ਕਰਨਾ ਤਾਂ ਕੰਮ ਹੀ ਆਉਣਾ ਚਾਹੇ ਉੱਥੇ ਜਾ ਕੇ ਕਰ ਲਓ ਚਾਹੇ ਇੱਥੇ ਰਹਿ ਕੇ ਕਰ ਲਓ ਉੱਥੇ ਕਰਨੀ ਤਾਂ ਮਿਹਨਤ ਹੀ ਪੈਣੀ ਆ ਜਿਹੜੀ ਇੱਥੇ ਆ ਵੀ ਜਿਹੜੇ ਜਿਹਨਾਂ ਕੋਲ ਜ਼ਮੀਨਾਂ ਉਹ ਮਾਲਕ ਨੇ ਆਪਦੀ ਖੁਦ ਮਿਹਨਤ ਕਰਨ ਉਹ ਰਾਜੇ ਨੇ ਉੱਥੇ ਕਿਸੇ ਦੇ ਅੰਡਰ ਰਹਿ ਕੇ ਕੋਈ ਤਨਖਾਹ ਨਹੀਂ ਦਿੰਦਾ 16-16 ਘੰਟਿਆਂ ਦੀਆਂ ਸ਼ਿਫਟਾਂ ਨੇ ਕੋਈ ਫਾਇਦਾ ਨਹੀਂ ਕੋਈ ਆਰਾਮ ਤਾਂ ਹੈ ਨਹੀਂ ਕੋਈ ਜ਼ਿੰਦਗੀ ਤਾਂ ਹੈ ਨਹੀਂ ਉੱਥੇ ਉਹ ਮੁੱਕਣਗੀਆਂ ਫਿਰ ਵੱਡੀ ਗੱਡੀ ਲੈ ਲਓਗੇ ਵੱਡਾ ਘਰ ਲੈ ਲਓਗੇ ਉਹ ਬੰਨ ਲੈਂਦੇ ਆ ਭਾਜੀ ਪਹਿਲਾਂ ਹੀ ਘਰ ਦੀ 30-30 ਸਾਲਾਂ ਦੀ ਕਿਸ਼ਤ ਬੰਨ ਦਿੰਦੇ ਆ ਮੁੜਦੀ ਨਹੀਂ ਕਿਸ਼ਤ ਮੁੜਦੀ ਨਹੀਂ ਇੰਡੀਆ ਆਉਣ ਜੋਗਾ ਬੰਦਾ ਛੱਡਦੀ ਨਹੀਂ ਉਹ ਮੇਰੀ ਇੱਕ ਮੁੰਡੇ ਨਾਲ ਗੱਲ ਹੋਈ ਉਹ ਪਿੱਛੇ ਜੇ ਉਹ ਗਿਆ ਉਹਨੂੰ 7-8 ਮਹੀਨੇ ਹੀ ਹੋਇਆ ਉਹ ਕਹਿੰਦਾ $550 ਤਾਂ ਮੈਂ ਸਿਰਫ ਇੰਸ਼ੋਰੈਂਸ ਹੀ ਭਰਦਾ ਗੱਡੀ ਦਾ ਗੱਡੀ ਦੀ ਕਿਸ਼ਤ ਅੱਡ ਹੈਗੀ ਅਤੇ ਰੂਮ ਰੈਂਟ ਲਾ ਕੇ ਉਹ ਕਹਿੰਦਾ ਵੀ $2,000 ਜੇ ਤੁਹਾਡੀ ਜੇਬ 'ਚ ਕੈਨੇਡਾ 'ਚ ਨਹੀਂ ਪੈਂਦਾ ਮਹੀਨੇ ਦਾ ਤਾਂ ਤੁਸੀਂ ਅਗਲੇ ਮਹੀਨੇ ਸੜਕ 'ਤੇ ਆ ਸਕਦੇ ਹੋ ਅਤੇ ਹੁਣ ਤੁਸੀਂ ਉਹਦੇ 'ਚ ਦੇਖ ਲਓ ਵੀ $2,000 ਜਿਹਦੇ ਕੋਲ ਉਹਨੂੰ ਇੱਧਰੋਂ ਉਹਦੇ ਮਾਂ ਬਾਪ ਨੂੰ 1,20,000-25,000 ਰੁਪਇਆ ਬਣਦਾ $60 ਠੀਕ ਆ $2,000 ਨਾਲ 1,20,000 ਰੁਪਇਆ ਜੇ ਉਹਦਾ ਮਾਂ ਪਿਓ ਇੱਧਰੋਂ ਭੇਜੂ ਤਾਂ ਉਹ ਸਰਵਾਈਵ ਕਰੂ ਨਹੀਂ ਉਹ ਕਰ ਨਹੀਂ ਸਕਦਾ ਅਤੇ ਜਾਂ ਉਹ ਗਲਤ ਕੰਮਾਂ 'ਚ ਪਊ ਉੱਥੇ ਜਾ ਕੇ ਜਾਂ ਫਿਰ ਉਹ ਕਮਾਉਣ ਵਾਲੀ ਮਸ਼ੀਨ ਹੀ ਬਣਿਆ ਕਮਾਉਣ ਵਾਲੀ ਮਸ਼ੀਨ ਬਣਿਆ ਉਹ ਬਹੁਤ ਮੁੰਡੇ ਨੇ ਭਾਜੀ ਮੇਰੀ ਨੌਲੇਜ 'ਚ ਇੱਥੇ ਮੇਰਾ ਯਾਰ ਮਿੱਤਰ ਆ ਇੱਕ ਹਰਿਆਣੇ 'ਚ ਉਹਦੇ ਕੋਲ 40 ਕਿੱਲੇ ਬਾਂਧਦੇ ਆ ਅਤੇ ਉੱਥੇ ਉਹ ਸਟੋਰਾਂ 'ਚ ਝਾੜੂ ਪੋਚੇ ਦਾ ਕੰਮ ਕਰਦਾ ਹੁਣ ਤੁਸੀਂ ਇਹ ਲਾ ਲਓ ਸਾਹਿਬ ਵੀ ਇੱਥੇ ਉਹਨੇ ਕਦੇ ਪੈਰ ਨੂੰ ਮਿੱਟੀ ਨਹੀਂ ਸੀ ਲੱਗਣ ਦਿੱਤੀ ਤੇ ਹੁਣ ਉੱਥੇ ਮਿੱਟੀ 'ਚ ਝਾੜੂ ਪੋਚੇ ਹਲੇ ਕਈ ਲੋਕ ਕਹਿ ਦਿੰਦੇ ਆ ਤੁਸੀਂ ਮਤਲਬ ਅਕਸਰ ਹੀ ਕਮੈਂਟ ਆਉਂਦੇ ਨੇ ਲਿਵਿੰਗ ਸਟੈਂਡਰਡ ਨਾਂ ਦੀ ਕੋਈ ਚੀਜ਼ ਹੁੰਦੀ ਆ ਤੁਹਾਨੂੰ ਉਹ ਤਾਂ ਪਤਾ ਨਹੀਂ ਉੱਥੇ ਲਿਵਿੰਗ ਸਟੈਂਡਰਡ ਕਿੰਨਾ ਉੱਚਾ ਨਹੀਂ ਲਿਵਿੰਗ ਉੱਚਾ ਕਿੱਥੇ ਹੋਇਆ ਉਹ ਤਾਂ ਤੁਸੀਂ ਉੱਥੋਂ ਦਾ ਡਾਊਨ ਹੋ ਗਿਆ ਨਾ ਸਸਤੀ ਲੇਬਰ ਬਣ ਗਏ ਸਸਤੀ ਲੇਬਰ ਬਣ ਗਏ ਇੱਕ ਤੁਸੀਂ ਇਹ ਆ ਵੀ ਜਿਵੇਂ ਆਪਣੇ ਪੁਰਾਣੇ ਝੋਟੇ ਕੁੱਟ ਕਹਿ ਦਿੰਦੇ ਸੀ ਵੀ ਉਹ ਚੀਜ਼ਾਂ ਬਣ ਗਈਆਂ ਵੀ ਉਹ ਤੁਹਾਥੋਂ ਕੰਮ ਲਈ ਜਾਂਦੇ ਆ ਲੋਕ ਤੁਸੀਂ ਕਰੀ ਜਾਂਦੇ ਹੋ ਇਹ ਚੀਜ਼ਾਂ ਨੇ ਤੁਹਾਡੇ ਨਾਲ ਲੇਬਰ ਤਾਂ ਤੁਸੀਂ ਬਣੇ ਤਾਂ ਲੇਬਰ ਹੀ ਹੋਣਾ ਇੱਥੋਂ ਜਾ ਕੇ ਲਿਵਿੰਗ ਸਟੈਂਡਰਡ ਕਾਹਦਾ ਬਣ ਗਿਆ ਤੁਹਾਡਾ ਲਿਵਿੰਗ ਸਟੈਂਡਰਡ ਤੁਸੀਂ ਇੱਥੇ ਵੀ ਮੇਨਟੇਨ ਕਰ ਸਕਦੇ ਹੋ ਕੁਛ ਰਿਸ਼ਤੇਦਾਰੀ 'ਚ ਨਹੀਂ ਆ ਸਕਦੇ ਕੋਈ ਤੁਹਾਨੂੰ ਛੁੱਟੀ ਨਹੀਂ ਤੁਸੀਂ ਲੈਂਦੇ ਡਰਦੇ ਵੀ ਕਿਸ਼ਤਾਂ ਭਰਨੀ ਭਾਜੀ ਹੁਣ ਕਿੰਨੀਆਂ ਆਹੀ ਘਟਨਾਵਾਂ ਤੋਂ ਦੇਖ ਲਓ ਤੁਸੀਂ ਕਿੰਨੇ ਬੱਚਿਆਂ ਦੇ ਉੱਧਰ ਕਿਸੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਕਿਸੇ ਦੀ ਐਕਸੀਡੈਂਟ ਨਾਲ ਮੌਤ ਹੋ ਗਈ ਕਿਹੜਾ ਮਾਂ ਪਿਓ ਜਾ ਕੇ ਡੈੱਡ ਬੋਡੀ ਲਿਆ ਉਹਨਾਂ ਦੀ ਜਾਂ ਕਿਹੜੇ ਰਿਸ਼ਤੇਦਾਰ ਨੇ ਉਹਦਾ ਮੂੰਹ ਦੇਖ ਲਿਆ ਇੱਥੇ ਦਾਦੇ ਦਾਦੀਆਂ ਰੁਲ ਜਾਂਦੇ ਆ ਤਰਸਦੇ ਵੀ ਸਾਡੇ ਪੋਤੇ ਪੋਤੀਆਂ ਆਉਣਗੇ ਜਾਂ
ਹੁਣ ਮੈਂ ਸਬਜ਼ੀ ਵੇਚਣ ਜਾਂਦਾ ਅਕਸਰ ਹੀ ਦੇਖਦਾ ਵੱਡੀਆਂ ਵੱਡੀਆਂ ਕੋਠੀਆਂ ਨੂੰ ਜਿੰਦੇ ਲੱਗੇ ਹੋਏ ਆ ਜਾਂ ਇੱਕ ਇੱਕ ਦੋ ਦੋ ਮੈਂਬਰ ਨੇ, ਕਈ ਵਾਰ ਬਜ਼ੁਰਗ ਖੜ ਜਾਂਦੇ ਗੱਲਾਂ ਮਾਰਨ ਲੱਗ ਜਾਂਦੇ। ਮੈਂ ਕਹਿ ਦਿੰਦਾ ਵੀ ਬਾਪੂ ਕਿਵੇਂ ਆ, ਕਹਿੰਦਾ ਯਾਰ ਸੱਤ ਅੱਠ ਜਾਣੇ ਸੀ ਬਾਹਰ ਉੱਠ ਗਏ, ਇਕੱਲਾ ਹੀ ਆ ਮੈਂ ਤਾਂ ਇੱਥੇ, ਉਹ ਵੀ ਘਰ ਸਾਂਭਣ ਨੂੰ, ਨਾਲ ਐਂ ਵੀ ਕਹਿੰਦਾ ਵੀ ਘਰ ਸਾਂਭਣ ਨੂੰ। ਇਹਦਾ ਮਤਲਬ ਤਾਂ ਵੀ ਬਜ਼ੁਰਗ ਵੀ ਆਪਾਂ ਫਿਰ ਨੌਕਰ ਬਣਾ ਲਏ ਵੀ ਘਰ ਸਾਂਭੀ ਚੱਲੋ, ਜਿਵੇਂ ਹੁਣ ਤਗੜੇ ਲੋਕ ਆ ਘਰਾਂ 'ਚ ਪ੍ਰਵਾਸੀਆਂ ਨੂੰ ਛੱਡ ਜਾਂਦੇ ਵੀ ਘਰ ਸਾਂਭੀ ਚੱਲੋ, ਉੱਥੇ ਆਪਾਂ ਆਪਦੇ ਬਜ਼ੁਰਗਾਂ ਨੂੰ ਕਰਤਾ ਉਸ ਫਿਰ ਲਿਵਿੰਗ ਸਟੈਂਡਰਡ ਅਪ ਕਿਵੇਂ, ਉੱਥੇ ਲਿਵਿੰਗ ਸਟੈਂਡਰਡ ਕਾਹਦਾ ਰਹਿ ਗਿਆ। ਇੱਥੇ ਮੈਨੂੰ ਲੱਗਦਾ ਵੀ ਜੇ ਬੰਦੇ ਕੋਲ 2 ਕਿੱਲੇ ਵੀ ਹੋਣ ਅਤੇ ਨਾਲ ਉਹਨੇ 2 ਪਸ਼ੂ ਰੱਖੇ ਹੋਣ ਤਾਂ ਉਸ ਲਾਈਫ ਨਾਲੋਂ ਬੈਟਰ ਲਾਈਫ ਜਿਉਂ ਸਕਦਾ, ਮਹਿੰਗੀਆਂ ਗੱਡੀਆਂ 'ਚ ਇਹ ਨਾ, ਬਹੁਤ ਸੌਖੀ ਲਾਈਫ ਜਿਉਂ ਸਕਦਾ ਭਾਜੀ ਜੇ ਉਹਦੇ ਖਰਚੇ ਘੱਟ ਨੇ। ਉਹਦੇ ਪਹਿਲੀ ਗੱਲ ਤਾਂ ਉਹਦੇ ਖਰਚੇ ਘੱਟ ਹੋਣ, ਉਹ ਆਪਦੀ ਮਿਹਨਤ ਕਰੇ, ਆਪਦੀ ਮਿਹਨਤ ਕਰਕੇ ਕੁਛ ਮਰਜ਼ੀ ਲੈ ਲੇ। ਮੈਂ ਵਿੱਚ ਇਹੋ ਜਿਹੇ ਬੰਦੇ ਵੀ ਜਾਣਦਾ ਜਿਹੜੇ ਰੇਹੜੀਆਂ ਲਾਉਂਦੇ ਸੀ ਅਤੇ ਅੱਜ 18 ਵੀ ਨੇ ਉਹਨਾਂ ਥੱਲੇ, ਅਤੇ ਇੱਥੇ 20-20 ਕਿੱਲਿਆਂ ਵਾਲੇ ਜ਼ਿਮੀਂਦਾਰ ਵੀ ਜਾਣਦਾ ਵੀ 50-50 ਲੱਖ ਦੀਆਂ ਲਿਮਟਾਂ 'ਤੇ ਤਾਂ ਵੀ ਪੈਸੇ ਵਿਆਜ 'ਤੇ ਫੜ ਫੜ ਚਲਾਉਂਦੇ ਆ। ਨਹੀਂ ਇਹ ਤਾਂ ਆਮ ਹੀ, ਤੁਸੀਂ ਕਿਸੇ ਵੀ ਸ਼ਹਿਰ 'ਚ ਚਲੇ ਜਾਓ ਇੱਥੇ ਮਤਲਬ ਇਸ ਤਰ੍ਹਾਂ ਦੇ ਤੁਹਾਨੂੰ ਬੰਦੇ ਮਿਲ ਜਾਣਗੇ ਜਿਹੜੇ ਖਾਲੀ ਹੱਥ ਆਏ ਤੁਹਾਡੇ ਸ਼ਹਿਰ 'ਚ ਅਤੇ ਅੱਜ ਉਹਨਾਂ ਕੋਲ ਪ੍ਰੋਪਰਟੀਆਂ ਵੀ ਨੇ, ਗੱਡੀਆਂ ਵੀ ਨੇ। ਇੰਡੀਆ 'ਚ ਐਡੀ ਮਾਰਕੀਟ ਤਾਂ ਕੋਈ ਹੈ ਨਹੀਂ, ਮਾਰਕੀਟ ਹੈ ਭਾਈ, ਬਾਹਰਲੀਆਂ ਕੰਟਰੀਆਂ ਆਪਣੇ ਮਾਰਕੀਟ ਕਰਦੀਆਂ ਨੇ ਅਤੇ ਆਪਾਂ ਆਪਦੇ ਦੇਸ਼ 'ਚ ਕਿਉਂ ਨਹੀਂ ਕਰ ਸਕਦੇ, ਆਪਾਂ ਭੱਜੀ ਜਾਂਦੇ ਹਾਂ ਜ਼ਮੀਨਾਂ ਦੇ। ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਕੰਪਨੀ ਆ ਗਈ ਜੀ ਇੰਡੀਆ 'ਚ ਇਨਵੈਸਟ ਕਰ ਦਿਉ, ਆਏ ਕਰ ਦਿਉ, ਆਪਾਂ ਕਿਉਂ ਨਹੀਂ ਕੰਪਨੀਆਂ ਬਣਾ ਸਕਦੇ ਬਈ। ਹਾਂ ਹਾਲਾਂਕਿ ਉਹ ਵੀ ਆਪਣੇ ਜਿੰਨੇ ਪੜ੍ਹੇ ਲਿਖੇ ਨੇ, ਆਪਾਂ ਹੋ ਸਕਦਾ ਆਪਾਂ ਨੂੰ ਉਹਨਾਂ ਤੋਂ ਵੱਧ ਤਕਨੀਕ ਹੋਵੇ। ਹਾਂ ਤੁਸੀਂ ਪ੍ਰੋਸੈਸ ਕਰਕੇ ਦੁਨੀਆ 'ਚ ਕਿਤੇ ਵੀ ਆਪਣਾ ਖੇਤੀ ਪ੍ਰੋਡਕਟ ਵੇਚ ਸਕਦੇ ਹੋ, ਪ੍ਰੋਡਕਟ ਵੇਚ ਸਕਦੇ ਹਾਂ। ਬਾਕੀ ਇਹ ਆਪਾਂ ਜੀ ਵੀ ਕਰਨ ਦੀ ਹਿੰਮਤ ਚਾਹੀਦੀ ਆ ਤੁਹਾਨੂੰ, ਤੁਸੀਂ ਇਕੱਲੇ ਨਹੀਂ ਕਰ ਸਕਦੇ, ਤੁਸੀਂ 2-4 ਬੰਦਿਆਂ ਨੂੰ ਆਪਦੇ ਫਰੈਂਡ ਸਰਕਲ 'ਚ, ਫਰੈਂਡ ਨਹੀਂ ਤਾਂ ਹੋਰ ਆਸੇ ਪਾਸੇ ਲੋਕਾਂ ਨੂੰ ਲੱਭੋ ਜਿਹੜੇ ਤੁਹਾਡੇ ਵਰਗੇ 2-4 ਲੋਕ ਨੇ, ਉਹਨਾਂ ਨਾਲ ਰਲ ਮਿਲ ਕੇ ਕਰ ਲਓ। ਇਹ ਸਭ ਤੋਂ ਸਿਆਣੀ ਗੱਲ ਕੀਤੀ ਹੈ, ਕਿਉਂਕਿ ਜਿਹੜੀ ਕੋਆਪਰੇਟਿਵ ਖੇਤੀ ਹੈ ਉਹਦੀ ਵਰਗੀ ਕੋਈ ਰੀਸ ਨਹੀਂ ਹੈਗੀ, ਹੈ ਨਾ। ਕੋਆਪਰੇਟਿਵ ਸੁਸਾਇਟੀਆਂ ਅੱਗੇ ਗੌਰਮੈਂਟ ਨੇ ਬਣਾਈਆਂ ਸੀ, ਹੁਣ ਤਾਂ ਨਾਂ ਦੀਆਂ ਰਹਿ ਗਈਆਂ, ਅੱਗੇ ਸਾਰੀ ਮਸ਼ੀਨਰੀ ਆਉਂਦੀ, ਬਹੁਤ ਸਾਰੀ ਰੇਹਾਂ ਖਾਦਾਂ, ਉਹ ਲੋਕਾਂ ਨੇ ਭਾਜੀ ਆਪ ਹੀ ਜ਼ਿਮੀਦਾਰਾਂ ਨੇ ਖਤਮ ਕੀਤੀਆਂ। ਉੱਥੇ ਆਪਾਂ ਸਰਕਾਰਾਂ ਦਾ ਦੋਸ਼ ਨਹੀਂ ਮੰਨਦੇ, ਹੁਣ ਤੁਸੀਂ ਸੁਸਾਇਟੀ 'ਚੋਂ ਮੰਨ ਕੇ ਚੱਲੋ, ਇੱਕ ਮੈਂ ਆਪਾਂ ਕਿਸੇ ਨੂੰ ਨਹੀਂ ਕਹਿੰਦੇ ਮੈਂ ਹੀ ਰੱਖ ਲਓ, ਮੈਂ 1 ਲੱਖ ਰੁਪਏ ਦਾ ਸਮਾਨ ਚੱਕ ਲਿਆ, ਪੈਸੇ ਮੈਂ ਭਰਨੇ ਨਹੀਂ ਹੈਗੇ ਅਤੇ ਉਹ ਫੇਲ ਹੀ ਹੋਣਗੀਆਂ। ਹੁਣ ਮੇਰੇ ਵਰਗੇ ਜੇ 20 ਲੱਖ ਦਾ ਘਾਟਾ ਸੁਸਾਇਟੀ 'ਚ ਪੈ ਜਾਣਾ ਅਤੇ ਉਹ ਪੂਰਾ ਕੌਣ ਕਰੂਗਾ? ਕਿੱਥੇ ਚਾਹੀਦਾ ਸੀ ਵੀ ਉਹਨੂੰ ਕਿੱਥੇ ਤਾਂ ਉਹਨੂੰ ਸਰਕਲ ਬਣਾਉਂਦੇ, ਉਹਦੀ ਕਮੇਟੀ ਬਣਾ ਕੇ ਤੁਸੀਂ ਫੰਡ ਲਾਓ ਹਰ ਇੱਕ ਕਿਸਾਨ ਨੂੰ ਵੀ ਭਾਈ ਜੇ ਸਰਕਾਰ ਵੱਲੋਂ ਨਹੀਂ ਪੈਸਾ ਆਉਂਦਾ ਆਪਾਂ ਆਹ ਤਕਨੀਕ ਜਾਂ ਆਹ ਸੰਦ ਆਪਾਂ ਸੁਸਾਇਟੀ ਦਾ ਬਣਾਵਾਂਗੇ, ਆਪਦੀ ਸਾਂਭ ਸੰਭਾਲ ਕਰਾਂਗੇ। ਸੁਸਾਇਟੀ ਵਾਲੇ ਸੰਦ ਦਾ ਤਾਂ ਉਹ ਹੋ ਜਾਂਦਾ ਭਾਜੀ, ਹੁਣ ਮੈਂ ਲਿਆਇਆ ਤਵੀਆਂ, ਮੈਂ ਮਾਰ ਕੇ ਬਾਹ ਕੇ ਟੁੱਟ ਗਈਆਂ ਭੱਜ ਗਈਆਂ, ਮੈਂ ਖੜਾ ਆਉਣੀਆਂ ਆਪਦੀ ਚੀਜ਼। ਜੇ ਆਪਾਂ ਕੰਮ ਕਰਨਾ ਚਾਹੁੰਦੇ ਹਾਂ, ਸੁਧਾਰ ਚਾਹੁੰਦੇ ਹਾਂ, ਪਹਿਲਾਂ ਆਪਦੇ ਆਪ ਨੂੰ ਸੁਧਾਰਨਾ ਪੈਣਾ ਨਾ। ਆਪਣੇ ਐਂ ਹੁੰਦਾ ਵੀ ਟੁੱਟ ਗਈ ਯਾਰ, ਜਿਹੜਾ ਲੈ ਕੇ ਜਾਊ ਆਪੇ ਠੀਕ ਕਰਾ। ਜੇ ਉਹਨੂੰ ਸਹੀ ਤਰੀਕੇ ਨਾਲ ਰੱਖਿਆ ਹੁੰਦਾ ਤਾਂ ਆਪਦਾ ਸਮਝ ਕੇ ਚਲਾਉਣ ਨਾ। ਫਿਰ ਪਿੰਡ 'ਚ ਕਿੰਨੇ ਟਰੈਕਟਰ ਹੋਣਗੇ? ਸਾਡੇ ਪਿੰਡ 'ਚ ਤਕਰੀਬਨ ਹੋਣਗੇ ਭਾਜੀ 50 ਟਰੈਕਟਰ ਤਾਂ ਹੋਣਗੇ। ਹਾਂ ਅਤੇ ਜੇ ਸੁਸਾਇਟੀ ਵਾਲ 'ਚ 4 ਟਰੈਕਟਰ ਵੀ ਹੁੰਦੇ ਤਾਂ ਇਹ 50 ਦੀ ਥਾਂ 'ਤੇ 10 ਹੋ ਸਕਦੇ ਸੀ, ਹੈ ਨਾ। ਇੰਨੇ ਕਰਾਂ, ਕਿਉਂਕਿ ਮੈਂ ਇਹ ਦੇਖਿਆ ਕਿਸਾਨ ਸੰਘਰਸ਼ ਦੇ ਵਿੱਚ, ਮੈਂ ਬਹੁਤ ਕਵਰੇਜ ਕੀਤੀ ਹੈ, ਵੀ ਅੱਧਾ ਪੰਜਾਬ ਟਰੈਕਟਰ ਲਈ ਦਿੱਲੀ ਖੜਾ ਸੀ, ਪਰ ਮੈਂ ਕੋਈ ਖਬਰ ਨਹੀਂ ਸੁਣੀ ਵੀ ਕਿਸੇ ਦਾ ਖੇਤ ਵਾਹੁਣ ਕੰਨੀ ਹੋ ਰਿਹਾ, ਵਾਹੁਣ ਕੰਨੀ ਹੋ ਰਿਹਾ, ਹੈ ਨਾ। ਬੇਲੋੜੇ ਟਰੈਕਟਰ ਬੇਲੋੜੇ ਨੇ ਆਪਣੇ ਕੋਲ, ਬੇਲੋੜੇ ਵੀ ਬੇਲੋੜੇ ਆ ਭਾਜੀ, ਮਸ਼ੀਨਰੀ ਨੇ ਬੇਲੋੜਾ ਕੰਮ ਕਰਤਾ ਸੌਖਾ। ਲੋਕ ਨਾ ਭਾਜੀ ਸੌਖ ਭਾਲਣ ਲੱਗ ਗਏ ਵੀ ਮੈਂ ਸੌਖਾ ਰਹਾਂ, ਦੁੱਖ ਨਾ ਹੋਵੇ ਕੋਈ ਮੈਨੂੰ, ਠੀਕ ਆ। ਉਹ ਫਾਇਦਾ ਨੁਕਸਾਨ ਨਹੀਂ ਸੋਚਦੇ ਲੋਕ। ਹੁਣ ਜ਼ਮੀਨ ਵਾਹੁਣੀ ਆ, ਜ਼ਮੀਨ ਟਰੈਕਟਰ ਨੇ ਤੁਹਾਡੇ ਨੇ 40 ਹਾਰਸ ਪਾਵਰ ਦੇ ਨੇ ਵੀ ਵਾਹਲਣੀ ਆ, ਅਤੇ ਵਾਹੁਣੀ ਆ 75 ਹਾਰਸ ਪਾਵਰ ਦੇ ਨੇ ਵੀ ਵਾਹਲਣੀ ਆ। ਅਤੇ ਹੁਣ ਜੇ ਮੇਰੇ ਵਰਗਾ ਨਕੰਮਾ ਬੈਠਾ ਉਹ ਟਰੈਕਟਰ 'ਤੇ ਘਰੇ ਖੜਾ ਗਾ, ਉਹ ਡਰਾਈਵਰ ਲੈ ਕੇ ਆਊਗਾ, ਚਾਹੇ ਤੁਹਾਡੇ ਘਰੇ 4 ਖੜੇ ਆ ਚਾਹੇ 1 ਖੜਾ, ਜਿਹਨੇ ਵਾਹੁਣੀ ਵੀ ਨਹੀਂ। ਉਹ 40 ਵਾਲਾ 2 ਦਿਨ ਵੱਧ ਲਾ ਦੂਗਾ, ਸਹੀ ਉਹ ਵੱਧ ਲਾ ਦੂਗਾ। ਜਿਹਦੇ ਕੋਲ 150-200 ਕਿੱਲਾ ਗਾ ਉਹਦੇ ਕੋਲੇ, ਚਲੋ ਮੰਨ ਲਿਆ ਯਾਰ ਵੀ ਉਹਦੇ ਕੋਲੇ ਜਾਇਜ਼ ਆ, ਉਹਨੂੰ ਵੱਡੇ ਸਾਧਨਾਂ ਦੀ ਲੋੜ ਆ, ਵੱਡੀ ਚਾਹੀਦੀ। 5-7 ਕਿੱਲਿਆਂ ਵਾਲੇ ਨੂੰ ਤਾਂ ਮੇਰੇ ਖਿਆਲ ਨਾਲ 50 ਹਾਰਸ ਪਾਵਰ ਦਾ ਟਰੈਕਟਰ ਵਾਧੂ ਆ। 5-7 ਵਾਲੇ ਵੀ ਮੈਨੂੰ ਲੱਗਦਾ ਜੇ 2-3 ਕਿਸਾਨ ਰਲ ਕੇ ਖਰੀਦ ਲੈਣ ਮਸ਼ੀਨਰੀ ਤਾਂ ਵੀ ਵਧੀਆ ਰਹਿਣਗੇ। ਪ੍ਰੋਬਲਮ ਹੀ ਇੱਥੇ ਆ ਭਾਜੀ, ਆਪਣੇ ਲੋਕਾਂ 'ਚ ਏਕਾ ਹੈ ਨੀਗਾ, ਚੀਜ਼ਾਂ ਨੂੰ ਸੋਚਣ ਨਾ ਆਪਣੇ ਲੋਕਾਂ 'ਚ ਜਹਿਲ ਸੀ ਜ਼ਿਆਦੇ ਆ ਵੀ ਇਹ ਅੱਗੇ ਵੱਧਦਾ ਇਹ ਨਾ ਵਧੇ, ਆਪਦਾ ਚਾਹੇ ਨੁਕਸਾਨ ਹੋ ਜੇ, ਪ੍ਰੋਬਲਮ ਇੱਥੇ ਆ ਜਾਂਦੀ ਆ। ਹੁਣ ਜੇ ਸੋਚਣ ਤਾਂ ਲੋਕ ਰਲ ਮਿਲ ਕੇ ਤਾਂ ਬਹੁਤ ਕੁਛ ਕਰ ਸਕਦੇ ਆ, ਰੁਜ਼ਗਾਰ ਹੋਰ ਬੰਦਿਆਂ ਨੂੰ ਵੀ ਮਿਲੂਗਾ। ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਪੈਸਟੀਸਾਈਡ ਵਾਲੀ ਗੱਲ ਵੀ, ਨਾਲੇ ਤਾਂ ਢੂਹਾ ਕਟਾਉਂਦੇ ਆ ਨਾਲੇ ਫਿਰ ਉੱਥੇ ਜਾਂਦੇ ਆ, ਵੀ ਉਹੀ ਚੀਜ਼ ਆ ਵੀ ਆਪਦੇ ਜਿਵੇਂ ਇੱਕ ਪਿੰਡ 'ਚ ਤੁਸੀਂ ਕੋਈ ਨੌਜਵਾਨ ਪੜ੍ਹਿਆ ਲਿਖਿਆ ਉਹਨੂੰ ਰੱਖ ਕੇ ਉਹ ਤੋਂ ਚੀਜ਼ਾਂ ਖਰੀਦੋ, ਤੁਸੀਂ ਚਲੋ 20-40-50 ਰੁਪਏ ਮਾਰਜਨ ਉਹਨੂੰ ਦੇ ਕੇ ਤੁਸੀਂ ਨਗਦ ਚੀਜ਼ਾਂ ਖਰੀਦੀ ਚੱਲੋ, ਨਾਲੇ ਤਾਂ ਉਹਨੂੰ ਰੁਜ਼ਗਾਰ ਮਿਲਦਾ ਗਾ। ਇਹ ਚੀਜ਼ ਨਾ ਮਤਲਬ ਇੱਕ ਪੱਖੋਂ ਹੋਰ ਸਕੂਨ ਦੇਣ ਵਾਲੀ ਹੈ, ਮਤਲਬ ਮੇਰੀ ਪੀੜ੍ਹੀ ਦੇ ਲੋਕਾਂ ਲਈ, ਜਿਹੜੇ ਤੁਹਾਡੇ ਵਰਗੇ ਨੌਜਵਾਨ ਮੁੰਡੇ ਨੇ ਇਹ ਗੱਲ ਸੋਚਣ ਲੱਗ ਗਏ, ਸਾਡੇ ਲਈ ਇਹ
ਕਿਸਾਨ ਜਿਵੇਂ ਤੁਸੀਂ ਦੱਸਦੇ ਹੋ ਕਿਸਾਨ ਤਾਂ ਆੜਤ ਦਾ ਹਿਸਾਬ ਨਹੀਂ ਲਾਉਂਦਾ ਵੀ ਸਾਨੂੰ ਪੈਂਦੀ ਕਿੰਨੀ ਹੈ। ਆੜਤ ਦਾ ਪਤਾ ਹੀ ਨਹੀਂ ਭਾਜੀ ਕਿਸਾਨਾਂ ਨੂੰ। ਜੇ ਪਿੰਡਾਂ 'ਚ ਤੁਸੀਂ ਇਹ ਸੋਚਣ ਲੱਗ ਗਏ ਵੀ ਕਿਸੇ ਐਂ ਪੜ੍ਹੇ ਲਿਖੇ ਬੰਦੇ ਨੂੰ ਐਂ ਦੁਕਾਨ ਖੋਲ੍ਹ ਕੇ ਰੁਜ਼ਗਾਰ ਦਵਾਓ, ਨਾਲੇ ਆਪ ਸਸਤੀ ਚੀਜ਼ ਆਪ ਸਸਤੀ ਲਵੋ, ਨਾਲੇ ਉਹਦਾ ਵਿਚਾਰੇ ਦਾ ਘਰ ਚੱਲਦਾ ਹੋਵੇ, ਨਾਲੇ ਉਹਨੂੰ ਇਹ ਨਾ ਹੋਵੇ ਵੀ ਯਾਰ ਮੈਂ ਵਿਹਲਾ ਬੈਠਾ 20 ਲੱਖ 15 ਲੱਖ ਡਿਗਰੀ 'ਤੇ ਲਾ ਕੇ ਮੈਂ ਘਰੇ ਬਹਿ ਗਿਆ ਜਾਂ ਇਹ ਹੋ ਗਿਆ ਉਹ ਹੋ ਗਿਆ, ਉਹ ਬੰਦਾ ਸਟ੍ਰੈਸ 'ਚ ਆ, ਸਟ੍ਰੈਸ 'ਚੋਂ ਕੋਈ ਉੱਨੀ ਇੱਕੀ ਹਰਕਤ ਕਰਦਾ ਫਿਰ ਆਪਾਂ ਨੂੰ ਭਾਂਡਦੇ ਹਾਂ ਯਾਰ ਇਹ ਨਸ਼ੇ ਕਰਨ ਲੱਗ ਗਿਆ, ਇਹ ਯਾਰ ਗਲਤ ਹੋ ਗਿਆ, ਐਂ ਹੋ ਗਿਆ ਉਹ ਹੋ ਗਿਆ, ਪਹਿਲਾਂ ਚੰਗਾ ਬੰਦਾ ਸੀ। ਕਸੂਰਵਾਰ ਤਾਂ ਆਪਾਂ ਵੀ ਆ ਨਾ ਵੀ ਆਪਾਂ ਉਹਦਾ ਸਾਥ ਕਿੰਨਾ ਕੁ ਦਿੰਦੇ ਹਾਂ। ਅਤੇ ਜੇ 50-60 ਘਰ ਵੀ ਪਿੰਡ ਦੇ ਉਹਦੇ ਪੱਕੇ ਗਾਹਕ ਨੇ ਤਾਂ 50-60 ਖੇਤਾਂ ਨਾਲ ਉਹਦੀ ਵੀ ਫੀਲਿੰਗ ਜੁੜੂਗੀ ਨਾ। 50 ਘਰਾਂ ਦਾ ਭਾਜੀ ਰਕਬਾ ਵੱਧ ਵੀ ਹੁੰਦਾ, ਠੀਕ ਆ 10 ਕਿੱਲਿਆਂ ਦੇ ਹਿਸਾਬ ਨਾਲ 500 ਕਿੱਲਾ ਰਕਬੇ ਦਾ ਬਣਦਾ, ਠੀਕ ਆ, ਹਾੜੀ ਸੋਹਣੀ 1000 ਕਿੱਲਾ ਬਣਦਾ ਗਾ, ਉਹਦਾ ਵੀ ਤਾਂ ਮਨ ਜੁੜੂਗਾ ਨਾ, ਨਾਲੇ ਉਹਦਾ ਮਨ ਜੁੜੂਗਾ ਭਾਜੀ, ਨਾਲ ਪਲੱਸ ਉਹਦੇ ਉਹਨੂੰ ਕੰਮ ਮਿਲ ਗਿਆ, ਨਾਲ ਤੁਹਾਡੇ ਖਰਚੇ ਵੀ ਬਚ ਗਏ, ਤੁਹਾਡੇ ਪਿੰਡ 'ਚ ਤੁਹਾਨੂੰ ਸੰਦ ਸਾਧਨ, ਤੁਹਾਨੂੰ ਦਵਾਈ ਲੈਣ ਮੈਂ ਜਾਂਦਾ ਗਾ, ਹੋਰ ਜਾਂਦਾ ਗਾ, ਮੈਨੂੰ 5-7 ਕਿਲੋਮੀਟਰ ਜਾਣਾ ਪੈਂਦਾ ਆਸੇ ਪਾਸੇ, 20 ਜਾਣਾ ਪੈਂਦਾ ਜਦੋਂ ਮੈਂ ਜਾਂਦਾ ਗਾ, ਠੀਕ ਆ, ਨਾਲੇ ਮਹਿੰਗੀ ਮਿਲਦੀ ਆ, ਉਹਦੇ ਨਾਲ ਤੁਹਾਨੂੰ ਸਸਤੀ ਵੀ ਮਿਲੂ, ਇੱਕ ਦੋ ਜਣਿਆਂ ਦਾ ਘਰ ਦਾ ਰੁਜ਼ਗਾਰ ਵੀ ਚੱਲ ਪਿਆ, ਉਹਦੇ ਨਾਲ ਤੁਹਾਨੂੰ ਖੁਸ਼ੀ ਵੀ ਮਿਲੂ ਵੀ ਯਾਰ ਆਪਣੇ ਖਣੋਂ ਕਿਸੇ ਦਾ ਘਰ ਚੱਲਦਾ ਪਿਆ। ਕਈ ਚੀਜ਼ਾਂ ਕਈ ਹੋ ਜਾਂਦੀਆਂ ਪਰ ਇਹ ਸੋਚਣ ਵਿਚਾਰਨ ਦੀਆਂ ਗੱਲਾਂ ਨੇ। ਨਹੀਂ ਪਰ ਜਦੋਂ ਸੋਚ ਆ ਗਈ ਜੇ ਅੱਜ ਤੁਹਾਡੇ ਮਨ 'ਚ ਆਈ ਹੈ ਤਾਂ ਤੁਸੀਂ 10 ਨੂੰ ਹੋਰ ਵੀ ਦੱਸੋਗੇ, ਸੋਚ ਆਈ ਹੈ ਤਾਂ ਇਹ ਪ੍ਰੈਕਟੀਕਲੀ ਵੀ ਹੋ ਜਾਵੇ, ਪ੍ਰੈਕਟੀਕਲੀ ਕਰਨੇ ਜ਼ਰੂਰੀ ਆ ਭਾਜੀ। ਸੋਚ ਇਹ ਆ ਨਾ ਵੀ ਮੈਂ ਇਕੱਲਾ ਸੋਚ ਕੇ ਛੱਡ, ਸੋਚ ਮੈਂ ਇਕੱਲਾ ਸੋਚ ਲੈਂਦਾ ਪਰ ਨਾਲ ਹੋਰ ਵੀ 10 ਬੰਦਿਆਂ ਦੀ ਸੋਚ ਇਹ ਚਾਹੀਦੀ। ਹੋ ਜਾਣਾ ਇੱਕ ਦਿਨ। ਇਹ ਜਿਹੜੀਆਂ ਤੁਸੀਂ ਚੀਜ਼ਾਂ ਕੀਤੀਆਂ 2 ਏਕੜ ਦੇ ਵਿੱਚ, ਤੁਸੀਂ ਪਿਛਲੇ 3 ਸਾਲ ਤੋਂ ਸਬਜ਼ੀਆਂ ਲਾ ਰਹੇ ਹੋ ਅਤੇ ਵਧੀਆ ਉਹ 'ਚ ਆਮਦਨ ਤੁਸੀਂ ਲੈ ਰਹੇ ਹੋ, 1500 ਤਾਂ ਤੁਹਾਨੂੰ ਰਿਟੇਲ 'ਚੋਂ ਹੀ ਆ ਰਿਹਾ ਨਾ, ਹੋਲਸੇਲ 'ਚੋਂ ਵੀ ਕੁਛ ਆਉਂਦਾ ਹੋਊ। ਹਾਂਜੀ ਹਾਂ। ਜਿਹੜੀ ਬਾਕੀ ਦੀ ਜ਼ਮੀਨ ਹੈ ਇਹਦੇ 'ਚ ਵੀ ਤੁਹਾਡੀ ਜਿਹੜੀ ਪਲੈਨਿੰਗ ਹੈ, ਕਿਉਂਕਿ ਤੁਸੀਂ ਵੈਬਸਾਈਟ ਦੀ ਗੱਲ ਕੀਤੀ ਡਿਜੀਟਲ ਕਰਨ ਦੀ, ਹਾਂਜੀ, ਤਾਂ ਹੋਰ ਕੀ ਨਵਾਂ ਕਰ ਰਹੇ ਹੋ ਇਹਦੇ 'ਚ ਭਾਜੀ? ਇੱਕ ਤਾਂ ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਵੀ ਬਾਗਬਾਨੀ ਹੋ ਗਈ, ਫਰੂਟ ਵਗੈਰਾ ਦਾ ਹੋ ਗਿਆ, ਇੱਕ ਨਾ ਮੇਰੀ ਜਿਹੜੀ ਸੋਚ ਆ ਟੂਰਿਜ਼ਮ ਬਣਾਉਣ ਦੀ ਵੀ ਥੋੜ੍ਹਾ ਜਿਹਾ ਰਕਬਾ ਕੋਈ 200-300 ਫੁੱਟ ਜਗ੍ਹਾ 'ਚ ਨਾ ਟੂਰਿਜ਼ਮ ਬਣਾ ਕੇ ਵੀ ਲੋਕਾਂ ਨੂੰ ਘੱਟੋ ਘੱਟ ਜਿਹੜੀ ਹਵਾ ਹੈਗੀ ਉਹ ਤਾਜ਼ੀ ਮਿਲੇ, ਉੱਥੇ ਬਹਿ ਕੇ ਅਗਲਾ ਉੱਥੇ ਫੋਨ ਅਵੋਇਡ ਹੋਣਗੇ ਭਾਜੀ, ਵੀ ਫੋਨ ਤੁਸੀਂ ਆਪਦਾ ਗੱਡੀ 'ਚ ਰੱਖ ਲਓ, ਫੋਨ ਦੀ ਵਰਤੋਂ ਨਹੀਂ ਹੋਣੀ, ਵੀ ਤੁਸੀਂ ਰਿਲੈਕਸ ਰਹੇ ਬੰਦਾ, ਮੇਰੇ ਕਹਿਣ ਦਾ ਭਾਵ ਇਹ ਆ ਵੀ ਬੰਦਾ ਆ ਕੇ ਫਰੈਸ਼ ਫੀਲ ਕਰੇ ਅਤੇ ਰਿਲੈਕਸ ਰਹੇ, ਵੀ ਜਿਹੜਾ ਸਟ੍ਰੈਸ ਫਰੀ ਆ ਆਪਦੀ ਫੈਮਿਲੀ ਨੂੰ ਲੈ ਕੇ ਆਵੇ ਬੰਦਾ, ਪਰਿਵਾਰ ਨਾਲ ਬੈਠ ਕੇ 10 ਮਿੰਟ ਸਪੈਂਡ ਕਰੇ, ਉਹਨੂੰ ਲੱਗੇ ਵੀ ਹਾਂ ਯਾਰ ਅਸੀਂ ਕਿਤੇ ਬੈਠੇ ਹਾਂ, ਉਹ ਚੀਜ਼ਾਂ ਬਣਾਉਣ ਦੀ ਸੋਚ ਰਹੇ ਹਾਂ ਤਕਰੀਬਨ ਕਰ ਲਾਂਗੇ 1-2 ਸਾਲ ਤੱਕ ਭਾਜੀ। ਅਤੇ ਉਹਦੇ ਲਈ ਤੁਸੀਂ ਕੋਈ ਉਹ ਹੱਟ ਟਾਈਪ ਬਣਾਓਗੇ ਉਹ ਜਿੱਥੇ ਅਗਲਾ ਸਟੇ ਵੀ ਕਰ ਸਕੇ? ਹਾਂਜੀ ਹਾਂ ਭਾਜੀ, 2-3 ਚੀਜ਼ਾਂ ਸੋਚੀਆਂ ਨੇ ਵੀ ਜਿੱਦਾਂ ਕਿਸੇ ਨੇ ਨਾਈਟ ਸਟੇ ਕਰਨੀ ਆ, ਕੋਈ ਜਿੱਦਾਂ ਬਾਹਰੋਂ NRI ਆਉਂਦੇ ਆ ਉਹਨਾਂ ਦੀ ਖਾਤਰ ਬਣਾਇਆ ਜਾਵੇ ਵੀ ਯਾਰ ਆਪਾਂ 10 ਦਿਨ ਰਿਲੈਕਸ ਕਰ ਲਈਏ, ਉਹ ਚੀਜ਼ਾਂ ਬਣਾਵਾਂਗੇ ਵੀ ਕਰਾਂਗੇ ਥੋੜ੍ਹੇ ਤੋਂ ਪਰ ਉਹ ਚੀਜ਼ਾਂ ਬਣਾਵਾਂਗੇ ਜ਼ਰੂਰ ਵੀ ਲੋਕ ਆ ਕੇ ਰਿਲੈਕਸ ਫੀਲ ਕਰਨ, ਉੱਥੇ ਇਹ ਨਾ ਹੋਵੇ ਵੀ ਯਾਰ ਆਪਾਂ ਆ ਕੇ ਬਹਿ ਗਏ ਅਤੇ ਉਹ ਇੱਥੇ ਵੀ ਉਹੀ ਚੀਜ਼ਾਂ ਨੇ ਵੀ ਜ਼ਿੰਦਗੀ ਦਾ ਬੋਝ ਲੈ ਕੇ ਬੈਠੇ ਹਾਂ, ਵੀ ਜ਼ਿੰਦਗੀ ਦੇ ਬੋਝ ਤੋਂ ਆਪਾਂ ਖੜਾ ਛਡਾਉਣਾ ਲੋਕਾਂ ਦਾ ਜਿਹੜੀ ਚੀਜ਼ ਸੋਚਦੇ ਪਏ ਹਾਂ ਵੀ ਆ ਕੇ ਲੋਕ ਬੈਠਣ ਆਪਦਾ ਕੋਈ ਕਿੱਟੀ ਪਾਰਟੀ ਕਰਨੀ ਆ ਜਾਂ ਟਾਈਮ ਸਪੈਂਡ ਕਰਨਾ ਕਿਸੇ ਨੇ, ਉਹ ਚੀਜ਼ ਬਣਾਉਣ ਦੇ ਉਹਦੇ ਲਈ ਮੈਨੇਜ ਕਰਨ ਲਈ ਫੈਮਿਲੀ ਹੈਗੀ ਆ, ਘਰ ਵਾਲੀ ਹੈਗੀ ਆ, ਉਹ ਕਰ ਲੈਣਗੇ ਮੈਨੇਜ, ਫਾਦਰ ਸਾਹਿਬ ਹੋ ਗਏ, ਬਾਕੀ ਆਪ ਵੀ ਉੱਥੇ ਹੋਇਆ ਕਰਾਂਗੇ। ਆਪ ਤਾਂ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਭਾਜੀ, ਕਿਉਂਕਿ ਰਿਟੇਲ ਵੀ ਕਰਨੀ ਹੁੰਦੀ ਆ, ਹੋਲਸੇਲ 'ਚ ਵੀ ਮੰਡੀ 'ਚ ਵੀ ਲੈ ਕੇ ਜਾਣਾ ਹੁੰਦਾ, ਮੇਰਾ ਸ਼ਡਿਊਲ ਮੰਨ ਕੇ ਚੱਲੋ ਵੀ ਮੈਂ 3 ਵਜੇ ਉੱਠ ਖੜਦਾ ਅਤੇ ਰਾਤ ਨੂੰ 10 ਵਜੇ ਸੌਂਦਾ, ਉਹਦੇ 'ਚ ਤੁਸੀਂ ਇਹ ਲਾ ਲਓ ਸਾਹਿਬ ਵੀ 1-2 ਘੰਟਾ ਮਸਾ ਰੈਸਟ ਮਿਲਦੀ ਆ, ਉਹਦੇ ਲਈ ਫਿਰ ਫੈਮਿਲੀ ਦੀ ਸਪੋਰਟ ਵੀ ਜ਼ਰੂਰੀ ਆ, ਉਹ ਆਪੇ ਮੈਨੇਜ ਕਰਨਗੇ ਇਹ ਚੀਜ਼ਾਂ। ਉਹ ਤੁਹਾਡੇ ਘਰ ਦੇ ਵੀ IT ਦੇ ਐਕਸਪਰਟ ਨੇ ਤਾਂ ਔਨਲਾਈਨ ਤਾਂ ਘੱਟੋ ਘੱਟ ਉਹ ਘਰੇ ਬੈਠੇ ਹੀ ਕਰ ਸਕਦੇ? ਹਾਂਜੀ ਹਾਂ, ਔਨਲਾਈਨ ਭਾਅ ਜੀ ਉਹ ਘੱਟੋ ਘੱਟ, ਬਾਕੀ ਇਹ ਆ ਭਾਅ ਜੀ ਉਹਨਾਂ ਨੂੰ ਸਾਰਾ ਕੁਛ ਆਉਂਦਾ ਵੀ ਆ, ਸਾਈਟ ਵਗੈਰਾ ਬਣਾਉਣੀ, ਹੋਰ ਚੀਜ਼ਾਂ ਆਉਂਦੀਆਂ ਨੇ, ਜਿਹੜੀ ਚੀਜ਼ ਪੜ੍ਹਿਆ ਉਹਦਾ ਫਾਇਦਾ ਵੀ ਲਵਾਂਗੇ। ਇਹ ਚੀਜ਼ਾਂ ਆਸ ਪੈਦਾ ਕਰਦੀਆਂ ਨੇ, ਕਿਉਂਕਿ ਇਹ ਵੀ ਜਦੋਂ ਸਾਡੇ ਬਜ਼ੁਰਗ ਅਨਪੜ੍ਹ ਸੀ, ਬੀਬੀਆਂ ਸਾਡੀਆਂ ਅਨਪੜ੍ਹ ਸੀਗੀਆਂ, ਉਹਨਾਂ ਨੇ ਉਦੋਂ ਖੇਤੀ ਹੌਲੀ ਹੌਲੀ ਕਰਕੇ ਇੱਥੋਂ ਤੱਕ ਲੈ ਜਾਂਦੀ। ਹੁਣ ਜਦੋਂ ਤੁਹਾਡੇ ਵਰਗੇ ਕਿਸਾਨ ਨੇ ਅਤੇ ਉਹ ਬੀਬੀਆਂ IT ਕੰਪਿਊਟਰ ਦੀ ਕੀਤੀ, ਜਿਹੜੀ ਵੈਬਸਾਈਟ ਵੀ ਆਪ ਡਿਜ਼ਾਇਨ ਕਰ ਸਕਦੀ ਹੈ, ਸਾਰਾ ਕੁਛ ਕਰ ਸਕਦੇ ਭਾਈ, ਸੰਭਾਵਨਾਵਾਂ ਨੇ ਫਿਰ ਬਹੁਤ ਨੇ, ਆਸਵੰਦ ਮਤਲਬ ਬੰਦਾ ਹੋ ਸਕਦਾ ਵੀ ਪੰਜਾਬ ਦੀ ਖੇਤੀ ਦਾ ਭਵਿੱਖ ਅਜੇ ਇੰਨਾ ਹੀ ਕਹਿ ਨਹੀਂ ਸਕਦੇ। ਪੰਜਾਬ ਡੁੱਬਿਆ ਨਹੀਂ ਭਾਜੀ, ਪੰਜਾਬ ਖਤਮ ਨਾ ਤਾਂ ਭਾਜੀ ਪੰਜਾਬ ਖਤਮ ਹੋਇਆ ਨਾ ਹੋਵੇ ਅਤੇ ਨਾ ਕੋਈ ਕਰ ਸਕਦਾ। ਇਹ ਗੱਲਾਂ ਨੇ ਕਹਿਣ ਦੀਆਂ ਯਾਰ ਪੰਜਾਬ ਉੱਜੜ ਗਿਆ, ਪੰਜਾਬ ਇਹ ਹੋ ਗਿਆ ਉਹ ਹੋ ਗਿਆ, ਲੋਕਾਂ ਨੂੰ ਮੈਂਟਲੀ ਸਪੋਰਟ ਦੀ ਜ਼ਿਆਦਾ ਜ਼ਰੂਰਤ ਆ ਜਿੱਥੇ ਤੱਕ ਮੈਂ ਦੇਖਿਆ, ਆਪਣੇ ਲੋਕ ਲੱਤਾਂ ਖਿੱਚਣ 'ਚ ਜ਼ਿਆਦਾ, ਸਪੋਰਟ ਕਰਨ 'ਚ ਘੱਟ ਨੇ। ਇੱਕ ਲਾਸਟ ਗੱਲ, ਜਿਹੜਾ ਤੁਸੀਂ ਇਹ ਕੀਤਾ ਹੈ ਨਾ, ਸਾਰਿਆਂ ਦੇ ਘਰ ਦੀ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ, ਸਾਰਿਆਂ ਕੋਲ ਜ਼ਮੀਨ ਇੱਕੋ ਜਿਹੀ ਨਹੀਂ ਹੁੰਦੀ, ਸਾਰਿਆਂ ਦਾ ਪਰਿਵਾਰ ਇੱਕੋ ਜਿਹੀ ਸਪੋਰਟ ਨਹੀਂ ਕਰਦਾ। ਹਾਂਜੀ ਹਾਂ, ਪਰ ਨੌਜਵਾਨ ਬਹੁਤ ਨੇ ਇਸ ਤਰ੍ਹਾਂ ਦੇ ਜਿਹੜੇ ਸੋਚਦੇ ਨੇ ਪਰ ਉਹਨਾਂ ਨੂੰ ਜੱਕ ਮਾਰਦੀ ਹੈ, ਹੈ ਨਾ, ਕਰਨਾ ਚਾਹੁੰਦੇ ਨੇ ਪਰ ਕਿਸੇ ਨਾ ਕਿਸੇ ਗੱਲ ਕਰਕੇ ਰੁਕ ਜਾਂਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਭਾਅ ਜੀ ਉਹਨਾਂ ਨੂੰ ਤਾਂ ਇਹੀ
संग तोड़न आपकी ओह हौली हौली साधन भी बन जाते ने। मैं ये कहना भी मेरे एरिए जे 5-7 मुंडे ने जिन्हों आए हैं भी यार साढ़े को खेत जमीन भी है नहीं पैसा भी है नहीं, मैं कहना मेरे ना कंटैक्ट कर लैन। अच्छा। 5-7 जणियां नूं तां मैं भी रुजगार दवा दूंगा। क्या बात है। रुजगार की मैं पैसे भी नहीं लैंदा, मैं आपदे खेत की सब्जी दे दूंगा भी बेच लो, बेच के आपदा प्रॉफिट रख के होलसेल का मुल मैनू दे दिओ, इन्ना मैं कर सकदा। इदों वध तां की सपोर्ट इदों वध हाँ जे कोई करन दा जिद्दां मन के चलो कोई ज़्यादा पढ़िया लिखा BSC एग्रीकल्चर करी आ जां जिहनूं तजर्बा गा मैनू नहीं हैगा, मैं उहनूं किला खंड नाल भी उहदे लग जूंगा करन भी हाँ यार भी तैनूं जिहड़ा जो प्रॉफिट होया उह आपां हाफ हाफ कर लांगे, मैं खर्चा भी मैं कर दूंगा। फिर तरक्की आ हुण अबानी अडानी करदे आपां कहिंदे इन्हां ने अज आ लॉन्च करती, ओह कहिंदा कहिंदे वी लोक की कहणगे। ਹੁਣ ਮੇਰੇ ਵਰਗਾ ਵਿਚਾਰਾ ਹੀ ਲੁੱਟੀ ਜਾਂਦੇ ਆ, ਲੁੱਟਣਗੇ ਜਦੋਂ ਆਪਾਂ ਲੁੱਟਣ ਦਿੰਦੇ ਹਾਂ ਉਹਨਾਂ ਨੂੰ। ਜਦੋਂ ਕਿਸਾਨ ਤਾਂ ਚੀਜ਼ ਵੀ ਇਹੋ ਜਿਹੀ ਪੈਦਾ ਕਰਦਾ ਜਿਹੜੀ ਭੁੱਖ ਮਿਟਾਉਂਦੀ ਹੈ, ਭੁੱਖ ਮਿਟਾਉਂਦੀ ਆ। ਕਿਸਾਨ ਦੀ ਇੱਜ਼ਤ ਨਹੀਂ ਹੈਗੀ ਭਾਈ, ਇੱਜ਼ਤ ਕਿਸਾਨ ਨੇ ਆਪਦੇ ਆਪ ਰੋਲ ਲਈ। ਇਸ ਚਾਹੀਏ ਇਹ ਜੇ ਇਹ ਬਹੁਤ ਗੁੱਸਾ ਮੰਨਣਗੇ ਵੀ ਹਾਂ ਇਹ ਖਨੀਵੀ ਜੱਬੜੀਆਂ ਮਰੀ ਜਾਂਦਾ, ਪਰ ਜਿੱਥੇ ਕੁ ਤੱਕ ਉਮਰ ਛੋਟੀ ਆ ਚਾਹੇ, ਪਰ ਤਜਰਬਾ ਇਹ ਕਹਿੰਦਾ ਵੀ ਕਿਸਾਨ ਨੇ ਆਪਦੀ ਇੱਜ਼ਤ ਆਪ ਰੋਲ ਲਈ। ਉਹਦੇ 'ਚ ਕਾਰਨ ਕਈ ਨੇ, ਹੁਣ ਕਈ ਕਿਸਾਨ ਨੇ ਕਿਸੇ ਦਵਾਈਆਂ ਵਾਲੇ ਦੇ ਪੈਸੇ ਮੁੱਕਰ ਗਏ, ਕਿਸੇ ਆੜਤੀਏ ਦੇ ਪੈਸੇ ਮੁੱਕਰ ਗਏ, ਠੀਕ ਆ, ਫਿਰ ਫਸਲ ਆ ਜਿਹੋ ਜਿਹੀ ਹੈਗੀ ਆ ਉਹੋ ਜਿਹੀ ਵੇਚ ਦਿਓ, ਉਹ ਚੀਜ਼ਾਂ ਜਦੋਂ ਆਪਾਂ ਨਹੀਂ ਕਿਸੇ ਦੀ ਕਦਰ ਕਰਨੀ ਤਾਂ ਆਪਣੀ ਵੀ ਨਹੀਂ ਕਰਨੀ। ਮਤਲਬ ਉਹ ਆਪਦੀ ਵੀ ਨਹੀਂ ਪਰਵਾਹ ਕਰਦੇ, ਆਪਦੀ ਆਪ ਵੀ ਖਾਣੀ ਹੁੰਦੀ ਆ ਉਹਦੇ 'ਤੇ। ਮੈਂ ਕਈ ਕਿਸਾਨ ਦੇਖਦਾ ਭਾਈ ਇੱਥੇ ਮੱਕੀ ਦੇ ਨਾਲ ਜੇ ਮੰਜੇ ਜਿੰਨਾ ਥਾਂ ਲਾਇਆ ਉਹਦੇ 'ਤੇ ਵੀ ਸਪਰੇ ਮਰੀ ਜਾਣਗੇ, ਉਹਦੇ 'ਤੇ ਰੇਹ ਸਿੱਟੀ ਜਾਣਗੇ। ਹਾਲਾਂਕਿ ਕਨਾਲ ਖੰਡ ਤੋਂ ਘੱਟ ਕਿਸੇ ਜ਼ਿਮੀਂਦਾਰ ਦਾ ਥਾਂ ਘਰ 'ਚ ਵੀ ਨਹੀਂ ਹੁੰਦਾ ਖਾਲੀ। ਹੁਣ ਮੇਰੇ ਘਰ ਜਾ ਕੇ ਦੇਖੋਗੇ ਕਨਾਲ ਸਵਾ ਕਨਾਲ ਥਾਂ 'ਚ ਕੱਚਾ ਥਾਂ ਪਿਆ ਗਾ, ਉੱਥੇ ਕਿੰਨਾ ਮਰਜ਼ੀ ਸਬਜ਼ੀ ਘਰੇ ਲਾ ਕੇ ਖਾਈ ਚੱਲੋ ਤੁਸੀਂ, ਘੱਟੋ ਘੱਟ ਉੱਥੇ ਤਾਂ ਨਾ ਘਰੇ ਖਾਣ ਜੋਗੀ ਤਾਂ ਹਰੇਕ ਕਿਸਾਨ ਕਰ ਹੀ ਸਕਦਾ ਗਾ, ਫੇਰ ਹੀ ਖਰਚੇ ਘਟਣਗੇ ਭਾਈ। ਖਰਚੇ ਘਟਾ ਕੇ ਆਮਦਨ ਵਧਾ ਕੇ ਫਿਰ ਤੁਸੀਂ ਪ੍ਰੋਫਿਟ 'ਚ ਹੋ, ਜੇ ਤੁਸੀਂ ਕਹੋ ਵੀ ਆਮਦਨ ਵੀ ਉੱਨੀ ਆ ਅਤੇ ਖਰਚੇ ਵੀ ਉੱਨੇ ਆ, ਫਿਰ ਨਹੀਂ ਤੁਸੀਂ ਪ੍ਰੋਫਿਟ ਘੱਟ ਸਕਦੇ ਭਾਈ। ਇਹ ਸੀਗੇ ਰਵਿੰਦਰ ਸਿੰਘ, ਨੌਜਵਾਨ ਕਿਸਾਨ ਨੇ ਸੱਦੋ ਵਾਲੇ, ਉਹਨਾਂ ਦਾ ਪਿੰਡ ਹੈ ਬਰਨਾਲੇ ਦੇ ਵਿੱਚ। ਜੇ ਕਿਸੇ ਨੇ ਇਹਨਾਂ ਦਾ ਫਾਰਮ ਵਿਜ਼ਿਟ ਕਰਨਾ ਤਾਂ ਬਰਨਾਲੇ ਤੋਂ ਸਿੱਧੀਆਂ ਬੱਸਾਂ ਵੀ ਆਉਂਦੀਆਂ ਨੇ, ਜੇ ਕਿਸੇ ਨੇ ਲੁਧਿਆਣੇ ਵਾਲੇ ਪਾਸਿਓਂ ਜਾਂ ਕਿਸੇ ਮੋਗੇ ਵਾਲੀ ਸਾਈਡ ਤੋਂ ਆਉਣਾ ਤਾਂ ਉੱਧਰੋਂ ਵੀ ਇਹ ਵਿਚਾਲੇ ਜੇ ਪੈ ਜਾਂਦਾ। ਮਤਲਬ ਇਸ ਤੋਂ ਅਗਲਾ ਪਿੰਡ ਆ ਜਿਹੜਾ ਉਹ ਲੁਧਿਆਣੇ 'ਚ, ਅਤੇ ਇੱਧਰਲੀ ਸਾਈਡ ਚਲੇ ਜਾਈਏ ਤਾਂ ਮੋਗਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਕੀਤੀਆਂ, ਨੌਜਵਾਨ ਕਿਸਾਨ ਨੇ ਕੁਛ ਤਜਰਬੇ ਉਹਨਾਂ ਨੇ ਕਰੇ ਨੇ, ਕੁਛ ਤਜਰਬੇ ਹਲੇ ਉਹ ਹੋਰ ਕਰਨਗੇ ਜ਼ਿੰਦਗੀ ਦੇ ਵਿੱਚ ਆਪਦੀ ਖੇਤੀਬਾੜੀ ਅਤੇ ਆਪਦੇ ਬਿਜ਼ਨਸ ਮਾਡਲ ਦੇ ਉੱਤੇ। ਪਰ ਇੱਕ ਚੀਜ਼ ਉਹ ਸਫਲਤਾ ਨਾਲ ਕਰ ਚੁੱਕੇ ਨੇ ਕਿ ਉਹਨਾਂ ਨੇ ਮਾਰਕੀਟਿੰਗ ਆਪਦੀ ਆਪ ਕਰਨ ਦਾ ਫੈਸਲਾ ਕੀਤਾ, ਅਤੇ ਉਹਦੇ ਸਿੱਟੇ ਉਹਨਾਂ ਨੂੰ ਇੰਨੇ ਵਧੀਆ ਮਿਲੇ ਨੇ ਵੀ ਜਿੰਨਾ ਇੱਕ ਕਿੱਲੇ ਦਾ ਠੇਕਾ ਆਮ ਐਵਰੇਜ ਜੀ ਕੱਢੀਏ ਪੰਜਾਬ ਦੀ ਤਾਂ 50,000, ਕਿਤੇ 60 ਹੈ ਕਿਤੇ ਵੱਧ ਹੈ, ਐਵਰੇਜ 50,000 ਕਿੱਲੇ ਦਾ ਠੇਕਾ, ਅਤੇ ਕਿੱਲੇ ਦੇ ਠੇਕੇ ਜਿੰਨਾ ਉਹ ਇੱਕ ਮਹੀਨੇ 'ਚ ਆਪਦੀ ਸਬਜ਼ੀ ਆਪ ਵੇਚ ਕੇ ਕਮਾ ਲੈਂਦੇ ਨੇ। ਉਸ ਤੋਂ ਬਿਨਾਂ ਜਿਹੜੀ ਬਚ ਜਾਂਦੀ ਹੈ ਉਹਨੂੰ ਹੋਲਸੇਲ 'ਚ ਵੇਚ ਦਿੰਦੇ ਨੇ, ਤਾਂ ਉਹਨੂੰ ਆਪਾਂ ਐਕਸਟਰਾ ਆਮਦਨ ਕਹਿ ਸਕਦੇ ਹਾਂ। ਇਸ ਤਰੀਕੇ ਦੇ ਨਾਲ ਕਰਕੇ ਉਹਨਾਂ ਨੇ ਉਸੇ ਜ਼ਮੀਨ 'ਚੋਂ ਜਿਹਦੇ ਵਿੱਚ ਝਾੜ ਵੀ ਸੀਮਿਤ ਹੋ ਚੁੱਕਿਆ ਸੀ ਕਣਕ ਝੋਨੇ ਦਾ, ਜਿਹਦੇ 'ਚ ਖਰਚੇ ਰੋਜ਼ ਵੱਧ ਰਹੇ ਸੀ, ਜਿਹ 'ਚ ਆਮਦਨ ਵਧਣ ਦਾ ਕੋਈ ਚਾਂਸ ਨਹੀਂ ਸੀ, ਉਹਦੇ 'ਚ ਉਹਨਾਂ ਨੇ ਆਪਦਾ ਖੇਤੀ ਢੰਗ ਬਦਲ ਕੇ ਆਪਦਾ ਰਿਟੇਲ ਆਪ ਕਰਨ ਦਾ ਫੈਸਲਾ ਕਰਕੇ, ਜਿਹੜੀ ਸੰਗ ਹੁੰਦੀ ਹੈ ਜ਼ਿਮੀਂਦਾਰਾਂ ਨੂੰ ਜਾਂ ਜੱਟਵਾਦ ਵਾਲਾ ਕਿੱਲਾ ਹੁੰਦਾ ਉਹਨੂੰ ਲਾ ਕੇ ਗਲੀ ਗਲੀ ਹੋਕਾ ਦੇ ਕੇ ਟਰੈਕਟਰ 'ਤੇ ਸਪੀਕਰ ਲਾ ਕੇ ਵੇਚ ਕੇ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਲਿਆ, ਆਮਦਨ ਨੂੰ ਕਈ ਗੁਣਾ ਕਰ ਲਿਆ। ਨਾਲ ਉਹਨਾਂ ਨੇ ਇਸ ਪੋਜੀਸ਼ਨ 'ਤੇ ਜਿਹੜੀ ਉਹ ਆਪਦੇ ਮੂੰਹੋਂ ਕਹਿ ਕੇ ਗਏ ਨੇ ਕਿ ਜੇ ਕੋਈ ਹੋਰ ਨੌਜਵਾਨ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਜਾਂ ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈਗੇ ਤਾਂ ਉਹ ਵੀ ਆ ਕੇ ਕਰ ਸਕਦੇ ਨੇ। ਇਹੋ ਜਿਹੇ ਨੌਜਵਾਨਾਂ ਦੇ ਸਿਰ 'ਤੇ ਇਹ ਆਸਵੰਦ ਹੋਇਆ ਜਾ ਸਕਦਾ ਕਿ ਪੰਜਾਬ ਦੀ ਖੇਤੀ ਜਿਹੜੀ ਮਾਰੂ ਖੇਤੀ ਕਹੀ ਜਾ ਸਕਦੀ ਹੈ, ਕਿਸਾਨੀ ਲਈ ਵੀ, ਜ਼ਮੀਨ ਲਈ ਵੀ, ਵਾਤਾਵਰਨ ਲਈ ਵੀ, ਉਹਦੇ ਤੋਂ ਬਚ ਸਕਦੇ ਹਾਂ ਜੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਇਸ ਤਰੀਕੇ ਨਾਲ ਕਰਨ ਵਾਲੇ ਪਾਸੇ, ਚਾਹੇ ਇਹਨਾਂ ਦੀ ਗਿਣਤੀ ਥੋੜ੍ਹੀ ਹੈ ਪਰ ਇੱਕ ਆਸ ਦੀ ਕਿਰਨ ਹੈ ਕਿ ਪੰਜਾਬ ਦੇ ਵਿੱਚ ਹਲੇ ਨਿਰਾਸ਼ਤਾ ਇੰਨੀ ਭਰ ਉੱਨੀ ਹੋਈ ਕਿ ਸਾਰੇ ਲੋਕਾਂ ਨੂੰ ਇਹ ਲੱਗਣ ਲੱਗ ਜਾਵੇ ਪੰਜਾਬ 'ਚ ਕੁਛ ਬਚਿਆ ਨਹੀਂ। ਅੱਜ ਦੀ ਇੰਟਰਵਿਊ ਤੁਹਾਨੂੰ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ, ਤਾਂ ਕਿ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਬੈਠੇ ਸੋਚ ਰਹੇ ਨੇ ਪਰ ਉਹ ਕਿਸੇ ਨਾ ਕਿਸੇ ਗੱਲ ਕਰਕੇ ਪਹਿਲਾ ਪੈਰ ਚੱਕਣ ਤੋਂ ਜਾ ਰਹੇ ਨੇ, ਉਹਨਾਂ ਤੱਕ ਇਹ ਪਹੁੰਚੇ ਤਾਂ ਉਹਨਾਂ ਨੂੰ ਵੀ ਇੱਕ ਰੋਸ਼ਨੀ ਦੀ ਕਿਰਨ ਮਿਲ ਸਕੇ।